ਨਹੀਂ ਨਹੀਂ ਬਹੁਤ ਸੁੰਦਰ ਆਵਾਜ਼ ਆ ਰਹੀ ਹੈ। ਹਾਂਜੀ ਵਾਹਿਗੁਰੂ ਜੀ ਕੀ ਫਤਿਹ ਕੰਗ ਸਾਹਿਬ। ਪ੍ਰੋਗਰਾਮ ਸਿੱਖੀ ਸਿੱਖਿਆ ਗੁਰ ਵਿਚਾਰ, ਇਹ ਪ੍ਰੋਗਰਾਮ ਲੈ ਕੇ ਅਸੀਂ ਆਪ ਜੀ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਹਾਂ। ਰੱਬ ਵਰਗੇ ਸਰੋਤਿਓ, ਅਸੀਂ ਰੇਡੀਓ ਵਾਟਸਐਪ ਖਾਲਸਾ ਦੇ ਸਰੋਤਿਆਂ ਨੂੰ ਇਹ ਅੱਜ ਦੱਸ ਦਈਏ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਬੜਾ ਵਿਸ਼ੇਸ਼ ਪ੍ਰੋਗਰਾਮ ਹੈ। ਸੋ ਅੱਜ ਦਿਨ ਸ਼ਨੀਵਾਰ 13 ਤਰੀਕ, ਤੇ ਜਿਹੜੀਆਂ ਜਰਮਨ ਦੀਆਂ ਘੜੀਆਂ ਉਹ ਇਸ ਵੇਲੇ 8:11 ਵਜਾ ਰਹੀਆਂ ਨੇ। ਅੱਜ ਅਸੀਂ 10 ਮਿੰਟ ਗਿਆਨੀ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਵਾਲੇ, ਉਹ ਅੱਜ ਨਾਲ ਰੇਡੀਓ ਵਾਇਸ ਆਫ ਖਾਲਸਾ ਦੇ ਮੰਚ ਤੇ ਹਾਜ਼ਰ ਨੇ। ਤੇ ਅੱਜ ਅਸੀਂ ਜਿਹੜੀ ਗੱਲਬਾਤ ਕਰਨੀ ਹੈ, ਜਿਵੇਂ ਅੱਜ ਦਾ ਅਸੀਂ ਵਿਸ਼ਾ ਰੱਖਿਆ ਸਿੱਖੀ ਸਿੱਖਿਆ ਗੁਰ ਵਿਚਾਰ, ਸਭ ਤੋਂ ਪਹਿਲਾਂ ਇਹ ਵੇਖਣਾ ਹੈ ਕਿ ਗੁਰੂ ਤੇ ਸਿੱਖ ਦਾ ਸੰਬੰਧ ਕੀ ਹੈ। ਤੇ ਸਿੱਖ ਨੇ ਗੁਰੂ ਤੋਂ ਸਿੱਖਿਆ ਲੈ ਕੇ ਗੁਰੂ ਦੇ ਦੱਸੇ ਮਾਰਗ ਤੇ ਚੱਲਣਾ, ਜਾਂ ਉਹ ਇਹ ਦੇਖੀ ਵੀ ਆਹ ਗੱਲ ਮੇਰੇ ਵਾਸਤੇ ਠੀਕ ਨਹੀਂ, ਜਾਓ ਆਪਣੇ ਮਨ ਦੀ ਜਿਹੜੀ ਉਹਦੀ ਤੁਹਾਨੂੰ ਆਪਣੀ ਕੋਈ ਗੱਲ ਚੰਗੀ ਲੱਗਦੀ ਆ ਉਸ ਹਿਸਾਬ ਨਾਲ ਢਾਲ ਕੇ, ਜਾਂ ਉਹ ਜਿਹੜੀ ਗੁਰਮਤ ਆ ਉਹਨੂੰ ਗੁਰਮਤ ਮਾਰਗ ਤੇ ਚੱਲਣ ਦੀ ਬਜਾਏ ਉਹਨੂੰ ਆਪਣੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਕੇ ਤੇ ਆਮ ਸੰਗਤ ਦੇ ਵਿੱਚ ਭਰਮ ਲੇਖੇ ਖੜੇ ਕਰਨੇ, ਇਹਦੀਆਂ ਗੱਲਾਂ ਕਰਨੀਆਂ ਜਿਹਦੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਕੋਈ ਸਿੱਖ ਜਿਹੜਾ ਉਹ ਸ਼ੰਕਾ ਕਰੇ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਕੀ ਦੇਖਦੇ ਹਾਂ, ਬਹੁਤ ਸਾਰੇ ਜਿਹੜੇ ਪ੍ਰਚਾਰਕ ਨੇ ਉਹ ਐਸੀਆਂ ਗੱਲਾਂ ਕਰਦੇ ਨੇ, ਚਾਰ ਕਿਤਾਬਾਂ ਪੜ੍ਹੀਆਂ, ਘਰ ਬੈਠੇ 1-2 ਸਾਲ ਦਾ ਕੋਰਸ ਚੱਲਦਾ ਮਿਸ਼ਰੀ ਵਾਲਿਆਂ ਦਾ, ਤੇ ਉਹ ਘਰ ਬੈਠ ਕੇ ਕਿਤਾਬਾਂ ਪੜ੍ਹ ਕੇ ਤੇ ਫਿਰ ਮੱਥਾ ਉਹ ਲਾਉਂਦੇ ਉਹਨਾਂ ਦੇ ਨਾਲ ਜਿਹਨਾਂ ਦੀਆਂ ਲੰਬਾ ਲੰਬਾ ਸਮਾਂ ਜ਼ਿੰਦਗੀ ਜਿਹੜੀ ਆ ਸਮਾਂ ਜਿਹੜਾ ਉਹ ਸੰਪਰਦਾਵਾਂ ਦੇ ਵਿੱਚ ਵੱਖ ਵੱਖ ਧਰਮਾਂ ਦਾ ਅਧਿਐਨ ਕਰਦੇ ਹੋਏ ਨਿਕਲ ਜਾਂਦਾ। ਗੁਰੂ ਗ੍ਰੰਥ ਸਾਹਿਬ ਤੇ ਹੋਰ ਜਿਹੜੇ ਸਾਡੇ ਧਰਮ ਗ੍ਰੰਥ ਹੈ, ਜਿਹੜਾ ਸਾਡਾ ਸਿੱਖ ਇਤਿਹਾਸ ਹੈ, ਹੋਰ ਧਰਮਾਂ ਦਾ ਇਤਿਹਾਸ ਪੜ੍ਹਦੇ ਹਾਂ, ਉਹਨਾਂ ਦਾ ਜ਼ਿੰਦਗੀ ਦਾ ਅਹਿਮ ਹਿੱਸਾ ਉਹ ਉਹਦੇ ਵਿੱਚ ਲਾ ਦਿੰਦੇ ਆ। ਤੇ ਜਿਹੜਾ ਬੰਦਾ ਕਿਤਾਬਾਂ ਪੜ੍ਹ ਕੇ ਚਾਰ 2 ਸਾਲ ਦਾ ਜਾਂ 3 ਸਾਲ ਦਾ ਕੋਰਸ, ਉਹ ਮੇਰੇ ਵਰਗਾ ਕੋਈ ਜਰਮ ਬੈਠਾ ਹੋਵੇ, ਚਾਹੇ ਅਮਰੀਕਾ ਚਾਹੇ ਕਨੇਡਾ ਜਿੱਥੇ ਮਰਜ਼ੀ ਬੈਠਾ ਹੋਵੇ, ਤੇ ਫਿਰ ਉਹ ਐਸਾ ਹੋ ਜਾਂਦਾ ਹੈ ਬਈ ਜਿੱਦਾਂ ਕਹਿੰਦੇ ਆ ਵੀ ਜਿੱਦਾਂ ਇੱਕ ਪੰਡਿਤ ਸੀ ਬਈ ਉਹ ਕਹਿੰਦੇ ਵੀ ਗਧੇ ਦੇ ਉੱਤੇ ਕਿਤਾਬਾਂ ਲੱਗੀ ਫਿਰਦਾ ਸੀਗਾ ਕੋਈ ਮੇਰੇ ਅੱਗਾ, ਤੇ ਉਹ ਫਿਰ ਕਹੇ ਵੀ ਮੈਂ ਬਲਵਾਨ ਬੜਾ ਤੇ ਮੇਰੇ ਨਾਲ ਕੋਈ ਚਰਚਾ ਕਰੋ। ਸੋ ਐਸਾ ਕਈ ਵਾਰੀ ਹੰਕਾਰ ਵੀ ਹੋ ਜਾਂਦਾ ਵੀ ਅੱਜ ਕੱਲ੍ਹ ਸਾਡੇ ਖਾਸ ਕਰਕੇ ਮੂਵਮੈਂਟ ਤਾਂ ਚੱਲਦੀ ਕੌਮ ਦੀ ਆਜ਼ਾਦੀ ਦੀ ਮੂਵਮੈਂਟ ਤਾਂ ਸਾਡੀ ਜਿਹੜੀ ਹੈ ਉਹ ਇਹ ਹੈ ਕਿ ਸਿੱਖ ਕੌਮ ਨੂੰ ਜੋ ਸਾਡੇ ਤੋਂ ਜਨਮ ਹੋਇਆ ਇਨਸਾਫ ਮਿਲੇ, ਪਰ ਸਾਨੂੰ ਆਜ਼ਾਦੀਆਂ ਦਾ ਕਹਿ ਲਈਏ ਜਾਂ ਸਾਡੇ ਆਪਣਿਆਂ ਦਾ ਕਹਿ ਲਈਏ, ਸਾਨੂੰ ਆਪ ਨੇ ਐਸੇ ਭੰਬਲ ਭੁੱਸੇ ਵਿੱਚ ਇਹਨਾਂ ਨੇ ਪਾਇਆ ਹੋਇਆ ਕਿ ਸਾਡੇ ਬਹੁਤ ਸਾਰੇ ਜਿਹੜੇ ਭਰਾ ਹੈਗੇ ਆ ਜਾਂ ਲੜਾਈ ਦੇ ਜਾਂ ਸਾਡੇ ਲੜਨ ਦਾ ਤਰੀਕਾ ਜਿਹੜਾ ਕਿ ਅਸੀਂ ਕੌਮ ਦੇ ਦੁਸ਼ਮਣਾਂ ਨਾਲ ਲੜੀਏ ਜਾਂ ਅਸੀਂ ਆਪਣੇ ਨਾਲ ਲੜੀਏ, ਜਾਂ ਜਿਹੜੀਆਂ ਆਜ਼ਾਦੀਆਂ ਸਾਡੇ ਤੇ ਵਾਰ 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 ਕਰਦੀਆਂ ਉਹਨਾਂ ਨਾਲ ਕਰੀਏ, ਜਾਂ ਕੌਮ ਦੇ ਇਨਸਾਫ ਦੇ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਸਰਕਾਰਾਂ ਦੇ ਕੋਲ ਪਹੁੰਚ ਕਰੀਏ। ਸੋ ਬਹੁਤ ਸਾਰੇ ਪੱਖਾਂ ਤੋਂ ਸਾਨੂੰ ਇਸ ਵੇਲੇ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤੇ ਅਸੀਂ ਆਪ ਜੀ ਨੂੰ ਦੱਸਦੇ ਜਾਈਏ, ਗੁਰਪ੍ਰੀਤ ਸਿੰਘ ਕੈਲੀਫੋਰਨੀਆ ਵਾਲੇ ਗਿਆਨੀ ਜੀ ਜਿਹੜੇ ਸਪੈਸ਼ਲ ਤੌਰ ਤੇ ਜਰਮਨ ਆਏ ਨੇ, ਕਿਉਂਕਿ ਸਿੱਖ ਪ੍ਰਚਾਰਕ ਆਇਆ ਹੋਇਆ ਤੇ ਜਿਹਨੇ ਬਹੁਤ ਸਾਰੇ ਐਸੇ ਝਮੇਲੇ ਖੜੇ ਕੀਤੇ ਹੋਏ ਨੇ, ਅਸੀਂ ਚਾਹੁੰਦੇ ਚਾਹੁੰਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ, ਕਿਉਂਕਿ ਰੇਡੀਓ ਵਾਟਸਐਪ ਖਾਲਸਾ ਸਭ ਦਾ ਸਾਂਝਾ ਮੈਂ ਕਿਸੇ ਦਾ ਨਾਂ ਸਾਰੂ ਲੈਣਾ, ਤਕਰੀਬਨ ਪੂਰੇ ਯੂਰਪ ਦੇ ਵਿੱਚ ਤੇ ਪੂਰੀ ਦੁਨੀਆਂ ਦੇ ਵਿੱਚ ਜਿਹੜੇ ਸਿੱਖ ਇਸ ਪਾਸੇ ਧਿਆਨ ਰੱਖਦੇ ਉਹਨਾਂ ਨੂੰ ਪਤਾ ਵੀ ਕੌਣ ਹੈ। ਸੋ ਗੁਰਪ੍ਰੀਤ ਸਿੰਘ ਕਹਿੰਦੇ ਪੂਰਨੀਆਂ ਜਿਹੜੇ ਆ ਉਹ ਸਾਡੇ ਨਾਲ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਰਹੇ ਨੇ, ਵਿਸ਼ੇਸ਼ ਸਦੇ ਤੇ
ਸਮਾਨ ਲਿਆਓ, ਬਹੁਤ ਸਾਰੇ ਪਖੰਡ ਕਰਦੇ ਆ ਬੜੇ ਕੀ ਆਪਾਂ ਇਹਦੇ ਵਿੱਚ ਗੱਲਬਾਤ ਕਰੀਏ ਤੇ ਬਹੁਤੀ ਗੱਲ ਇਹ ਆ ਬਈ ਕਿਸੇ ਨਾ ਕਿਸੇ ਤਰੀਕਾ ਕਾਨ ਜ਼ਰੂਰ ਕਰਕੇ ਉਹ ਕਹਿੰਦੇ ਵੀ ਕਿਸੇ ਵੀ ਹੱਦ ਵਿੱਚ ਅਸੀਂ ਇਹਦੇ ਨਾਲ ਗੁਰਮਤ ਵਿਚਾਰ ਦੀ ਜਿਹੜੀ ਸਾਂਝ ਨਹੀਂ ਪਾਉਣੀ। ਅਸੀਂ ਕਹਿੰਦੇ ਵੀ ਜਿਹੜੀਆਂ ਗੱਲਾਂ ਤੇ ਇਤਿਹਾਸ ਵਿੱਚ ਗੁਰਬਾਣੀ ਤੇ ਜਾਂ ਤੁਸੀਂ ਹੋਰ ਉਹਨਾਂ ਧਾਰਮਿਕ ਸਥਾਨਾਂ ਦੇ ਉੱਤੇ ਭਗਤੀ ਭਾਵ ਦੇ ਉੱਤੇ ਸਿੱਖ ਭਾਵਨਾ ਨੂੰ ਠੇਸ ਪਹੁੰਚਾਈ ਹੈ ਗੱਲਾਂ ਕਰ ਕਰਕੇ, ਅਸੀਂ ਉਹਨਾਂ ਸਵਾਲਾਂ ਦੇ ਜਵਾਬ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ। ਉਹ ਸਾਨੂੰ ਪੁੱਛਦੇ ਤੁਹਾਡੇ ਕੋਲ ਸਵਾਲ ਕੀ ਆ, ਅਸੀਂ ਕਿਹਾ ਕੀ ਆ ਤੇ ਸਾਡੇ ਕੋਲ ਸਬੂਤ ਕੀ ਆ। ਅਸੀਂ ਇਹ ਗੱਲ ਵੀ ਕਹਿੰਦੇ ਹਾਂ ਕਿ ਤੁਹਾਡੇ ਸਾਹਮਣੇ ਬੈਠਾਂਗੇ, ਤੁਹਾਡੀ ਸ਼ਕਲ, ਤੁਹਾਡਾ ਇਹ ਬੋਲ, ਤੁਹਾਡੀ ਆਵਾਜ਼ ਤੁਹਾਡੇ ਸਾਹਮਣੇ ਰੱਖਣੀ ਹੈ ਤੇ ਫਿਰ ਅਸੀਂ ਇਹਨਾਂ ਪੁੱਛਣ ਵਾਲੇ ਸਾਨੂੰ। ਸੋ ਅਸੀਂ ਪਹਿਲਾਂ ਇਹ ਗੱਲ ਕਰੀਏ ਕਿ ਇੱਕ ਸਿੱਖ ਜਿਹੜਾ ਉਹਦਾ ਗੁਰੂ ਦੇ ਨਾਲ ਸੰਬੰਧ ਕੀ ਹੈ, ਗੁਰਮਤ ਹੈ ਕੀ ਚੀਜ਼, ਆਪਣੇ ਮਨ ਦੇ ਮਗਰ ਮਨ ਦੇ ਅਨੁਸਾਰ ਸਿੱਖੀ ਨੂੰ ਢਾਲ ਕੇ ਚੱਲਣਾ ਉਹ ਕੀ ਚੀਜ਼ ਹੈ। ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਭਾਈ ਸਾਹਿਬ ਨੂੰ ਸੱਦਿਆ ਵੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਸਿੱਖ ਤੇ ਗੁਰੂ ਦਾ ਜਿਹੜਾ ਸੰਬੰਧ ਹੈ ਨਾ, ਉਹ ਮਾਂ ਤੇ ਉਹਦੇ ਗਰਭ ਦੇ ਵਿੱਚ ਪਲ ਰਹੇ ਬੱਚੇ ਵਾਂਗੂ ਹੈ। ਮਾਂ ਦੇ ਵਿਚਾਰ ਬੱਚੇ ਦੇ ਉੱਤੇ ਅਸਰ ਕਰਦੇ ਨੇ, ਮਾਂ ਦਾ ਖਾਣਾ ਬੱਚੇ 'ਤੇ ਅਸਰ ਕਰਦਾ ਹੈ, ਮਾਂ ਦਾ ਆਲਾ ਦੁਆਲਾ ਬੱਚੇ 'ਤੇ ਅਸਰ ਕਰਦਾ ਹੈ। ਇਹ ਦੋ ਗਰਭ ਮੰਨੇ ਗਏ ਨੇ, ਇੱਕ ਤੇ ਮਾਤ ਗਰਭ ਮੰਨਿਆ ਗਿਆ, ਇੱਕ ਰਾਮ ਗਰਭ ਮੰਨਿਆ ਗਿਆ। ਮਾਤ ਗਰਭ 'ਤੇ ਅਸੀਂ ਨਿਕਲ ਕੇ ਆ ਗਏ ਇਸ ਲੋਕ 'ਤੇ, ਅਤੇ ਰਾਮ ਗਰਭ ਇਹ ਜੋ ਸੰਸਾਰ ਹੈ, ਜਿਵੇਂ ਮਾਤਾ ਬੱਚੇ ਨੂੰ ਗਰਭ 'ਚ ਰੱਖ ਕੇ 10 ਮਹੀਨੇ ਪਾਲਦੀ ਹੈ, ਉਹਦੀ ਪਰਵਰਿਸ਼ ਕਰਦੀ ਹੈ, ਉਹਦਾ ਧਿਆਨ ਰੱਖਦੀ ਹੈ, ਅਤੇ ਫਿਰ ਉਹਨੂੰ ਸੰਸਾਰ 'ਤੇ ਲਿਆਉਂਦੀ ਹੈ ਆਪ ਪੀੜਾ ਸਹਿ ਕੇ। ਇਸੇ ਤਰ੍ਹਾਂ ਜਿਹੜਾ ਗੁਰੂ ਹੈ ਉਹ ਸਿੱਖ ਨੂੰ ਇਸ ਜੋ ਰਾਮ ਗਰਭ ਹੈ, ਐਸੇ ਕਰਮ ਬਹੁਤ ਵਸਾਏ ਜਾ ਤੇ ਰਾਮ ਗਰਭ ਹੋਇਆ ਹੈ, ਇਸ ਗੁਰ 'ਚ ਗੁਰੂ ਸਾਨੂੰ ਆਪ ਪੀੜਾ ਸਹਿੰਦਾ ਹੈ, ਬੱਚੇ ਵੀ ਕੁਰਬਾਨ ਕਰਦਾ ਹੈ, ਸੀਸ ਵੀ ਦਿੰਦਾ ਹੈ, ਪਰ ਸਾਨੂੰ ਇਸ ਗਰਭ 'ਚੋਂ ਕੱਢਣ ਦੇ ਵਾਸਤੇ ਸਾਨੂੰ ਸਹੀ ਡਿਲੀਵਰ ਕਰਕੇ ਸਾਡਾ ਜਿਹੜਾ ਜਨਮ ਸਫਲਾ ਕਰਕੇ ਸਾਨੂੰ ਸੱਚਖੰਡ ਤੱਕ ਪਹੁੰਚਾਉਣ ਵਾਸਤੇ। ਇਹ ਹੈਗਾ ਸਿੱਖ ਅਤੇ ਗੁਰੂ ਦਾ ਰਿਸ਼ਤਾ। ਅਤੇ ਜੇ ਗਰਭ 'ਚ ਪਿਆ ਹੋਇਆ ਬੱਚਾ ਆਪਣੇ ਹੱਥ ਪੈਰ ਜ਼ਿਆਦਾ ਮਾਰੇ ਨਾ, ਜ਼ਿਆਦਾ ਤੰਗ ਕਰੇ, ਅਤੇ ਕਈ ਦਫ਼ਾ ਪ੍ਰੀ ਵਿੱਚ ਉਹ ਡਿਲੀਵਰੀ ਵੀ ਕਰਨੀ ਪੈਂਦੀ ਹੈ। ਜ਼ਿਆਦਾ ਬੱਚਾ ਜਿਹੜਾ ਇਲਤੀ ਹੁੰਦਾ ਨਾ, ਕਈ ਦਫ਼ਾ ਜਿਹੜੇ ਨਰੂਆ ਦੀ ਧੁੰਦ ਦੇ ਦੁਆਲੇ ਘੁੰਮ ਵੀ ਜਾਂਦਾ ਅਤੇ ਬੱਚਾ ਮਰ ਵੀ ਜਾਂਦਾ ਅੰਦਰ ਹੀ। ਜਿਹੜੀ ਗੁਰਮਤ ਹੈ ਇਹਦਾ ਨਾ, ਅਸੀਂ ਤਾਂ ਐਕਚੁਲੀ ਜੋ ਸਾਡੇ ਮਨ ਨੂੰ ਚੰਗਾ ਲੱਗਦਾ ਅਸੀਂ ਉਹਨੂੰ ਗੁਰਮਤ ਮੰਨ ਕੇ ਬਹਿ ਗਏ ਹਾਂ। ਗੁਰਮਤ ਦੀ ਪਰਿਭਾਸ਼ਾ ਇਤਨੀ ਕੁ ਬਿਖਮ ਹੈ ਵੀ ਅਸੀਂ 5 ਸਾਲ ਦੀ ਉਮਰ ਤੋਂ ਵਿੱਦਿਆ ਲੈ ਰਹੇ ਹਾਂ ਖਾਨਦਾਨੀ, ਅਜੇ ਤੱਕ ਫਿਰ ਸੋਚਣਾ ਪੈਂਦਾ ਕਿ ਵਾਕਿਆ ਇਹ ਗੁਰਮਤ ਹੈ ਕਿ ਮਨਮਤ ਹੈ, ਕਿਉਂਕਿ ਜੋ ਗੁਰਬਾਣੀ ਕਹਿੰਦੀ ਉਹ ਸਾਡੇ ਮਨ ਨੂੰ ਚੰਗਾ ਲੱਗਦਾ ਹੀ ਨਹੀਂ ਹੈ। ਗੁਰਮਤ ਇਹ ਹੈ ਕਿ ਉੱਡੈ ਉੱਡ ਆਵੈ ਸਹਿ ਕੋਸਾਂ ਦੇ ਸਪਾਛੇ ਬਚਰੇ, ਛਰਿਆ ਦਿਨ ਕਮਣ ਖਿਲਾਵੇ ਕਮਣ ਚੁਕਾਵੇ ਮਨ ਮੈਂ ਸਿਮਰਨ ਕਰਿਆ। ਤੇ ਮਨਮਤ ਕਹਿੰਦੀ ਹੈ ਬਈ ਪੰਛੀ ਜੇ ਆਉਂਦੇ ਨੇ ਉੱਡ ਕੇ ਤੇ ਪਿੱਛੇ ਉਹਨਾਂ ਦਾ ਪਰਮੇਸ਼ਰ ਧਿਆਨ ਰੱਖਦਾ ਹੈ, ਪਰ ਪੰਛੀਆਂ ਨੂੰ ਕਿਹੜਾ ਫੋਨ ਦੇ ਬਿੱਲ ਆਉਂਦੇ ਨੇ, ਪੰਛੀਆਂ ਨੂੰ ਕਿਹੜਾ ਕਾਰਾਂ ਦੀਆਂ ਪੇਮੈਂਟਾਂ ਭਰਨੀਆਂ, ਅਸੀਂ ਤੇ ਭਰਨੀਆਂ ਨੇ। ਹਰ ਵਕਤ ਹੁਕਮ ਦੇ ਨਾਲ ਲੜਾਈ ਹੈ ਮਨਮਤ ਹੈ। ਜਿਹੜਾ ਗੁਰਮਤ ਦੇ ਪ੍ਰਚਾਰ ਦੀ ਗੱਲ ਕਰਦਾ ਹੈ ਨਾ, ਪਹਿਲਾਂ ਤਾਂ ਉਹ ਆਪ ਇਸ ਵਿਧਾਨ ਦੇ ਉੱਤੇ ਖਰਾ ਉਤਰ ਕੇ ਦਿਖਾਵੇ, ਕਿਉਂਕਿ ਸਤਿਗੁਰੂ ਸਾਹਿਬ ਦਾ ਬਚਨ ਹੈ ਮਾਇਆ ਕਾਰਨ ਵਿਦਿਆ ਵਿੱਚ ਹੈ ਜਨਮ ਅਬਿਰਥਾ ਜਾਈ, ਤੂੰ ਉਹਦੇ ਪੈਸੇ ਪਿੱਛੇ ਮਾਇਆ ਪਿੱਛੇ ਤੂੰ ਬ੍ਰਹਮ ਵੇਚਦਾ ਫਿਰਦਾ, ਵਿਦਿਆ ਵੇਚਦਾ ਫਿਰਦਾ, ਤੇਰਾ ਤਾਂ ਰੋਟੀ ਦੀ ਤੇ ਰੋਟੀ ਰੁਜ਼ਗਾਰ ਇੱਥੋਂ ਚੱਲਦਾ, ਤੂੰ ਦੂਜੇ ਦਾ ਕੀ ਜੀਵਨ ਸਵਾਰੇਂਗਾ। ਜਿਹੜਾ ਗੁਰਮਤ ਦਾ ਧਾਰ ਨਹੀਂ, ਸਤਿਗੁਰੂ ਦੇ ਕਹਿੰਦੇ ਨੇ ਘਰ ਖਾਏ ਕੇ ਜੱਥੋਂ ਦੇ ਨਾਨਕ ਰਾਹ ਪਛਾਣੇ ਸੇ, ਕੀ ਇਹਨਾਂ ਸ਼ਰਤਾਂ ਦੇ ਉੱਤੇ ਜੇ ਤੇ ਪ੍ਰਚਾਰਕ ਖੜਾ ਹੈ, ਪ੍ਰਥਮੇ ਮਨ ਪ੍ਰਬੋਧੇ ਆਪਣਾ ਪਾਛਿਆ ਪਰ ਜਹਾਵੇ, ਤਾਂ ਤੇ ਇਹ ਗੱਲ ਸਮਝ ਕਿਤੇ ਕਿਤੇ ਆ ਸਕਦੀ ਗੁਰਮਤ ਦੀ। ਗੁਰਮਤਿ ਕਹਿੰਦੀ ਹੈ ਪਹਿਲਾਂ ਮਰਨ ਕਬੂਲ ਜੀਵਨ ਚ ਕੀ ਛੱਡ ਆਸ, ਗੁਰਮਤਿ ਕਹਿੰਦੀ ਹੈ ਜਦੋਂ ਪ੍ਰੇਮ ਖਿਲਨ ਕਾ ਜਾਓ ਸਿਰ ਧਰ ਤਲੀ ਗਲੀ ਮੁਰਿਓ। ਗੁਰਮਤਿ
ਇਸ ਬਿਖਮ ਪਾਂਡੇ ਦੇ ਚੱਲਣ ਨੂੰ ਕਹਿੰਦੀ ਹੈ। ਪਰ ਅਸੀਂ ਕੀ ਕੀਤਾ ਹੈ, ਅਸੀਂ ਉਸ ਮਾਰਗ ਤੇ ਚੱਲ ਤੇ ਨਹੀਂ ਸਕਦੇ, ਪਰ ਅਸੀਂ ਉਹ ਗੁਰਮਤ ਨੂੰ ਧੂਤ ਆ ਕੇ ਮਨਮਤ ਨੂੰ ਗੁਰਮਤ ਸਾਬਤ ਕਰਨ ਤੇ ਲੱਗੇ ਹੋਏ ਹਾਂ। ਤੇ ਜਿਹੜੀ ਤੁਸੀਂ ਅੱਗੇ ਬਚਨ ਕੀਤਾ ਜੀ 2 ਸਾਲ ਦੇ, ਪੈਸੇ ਜੀ 2 ਸਾਲ ਦੇ ਕੋਰਸ ਦੇ 25 ਸ਼ਬਦ ਪੜ੍ਹਾਏ ਜਾਂਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਕੁਛ ਵਾਰਾਂ ਭਾਈ ਗੁਰਦਾਸ ਸਾਹਿਬ ਜੀ ਦੀਆਂ, ਕੁਛ ਇੱਕ ਇਤਿਹਾਸ, ਤੇ ਏਦਾਂ ਪ੍ਰਚਾਰਕ ਤਿਆਰ ਕੀਤਾ ਜਾਂਦਾ, ਭਾਵੇਂ ਦੀ ਕੋਰਸਪੋਂਡੈਂਸ ਕਰ ਲਓ। ਹੁਣ ਭਾਈ ਸਾਹਿਬ ਜੀ, ਇੱਕ ਜਿਵੇਂ ਅਸੀਂ ਗੱਲ ਸਾਂਝੀ ਦੀ ਕਰਦੇ ਹਾਂ, ਹਾਂਜੀ, ਸਿਮਰਨ ਦੀ ਗੱਲ ਆਪਾਂ ਕਰਦੇ ਹਾਂ, ਹਾਂਜੀ, ਤੇ ਸਿਮਰਨ ਵਾਸਤੇ ਜਿਹੜਾ ਹੈ, ਜੇ ਆਪਾਂ ਸੁਖਮਨੀ ਸਾਹਿਬ ਦਾ ਪਾਠ ਆਪਾਂ ਕਰ ਲਈਏ, ਹਾਂਜੀ, ਵਿੱਚ ਪ੍ਰਭ ਤੈ ਸਿਮਰਨ ਗਰਭ ਨਾ ਦੱਸੈ, ਪ੍ਰਭ ਤੈ ਸਿਮਰਨ ਦੁੱਖ ਜਨ ਦੱਸੈ, ਅਨੇਕਾਂ ਇੱਕ ਪੌੜੀ ਦੇ ਵਿੱਚ ਜਿਹੜੇ ਅਸ਼ਟਪਦੀ ਦੇ ਸ਼ਬਦ ਆਉਂਦੇ ਨੇ, ਹਾਂਜੀ, ਫੇਰ ਜਦ ਇਹਦੇ ਸਿਮਰਨ ਦੀ ਗੱਲ ਆਉਂਦੀ ਹੈ ਪਰਮਾਤਮਾ ਦੇ, ਤੇ ਫੇਰ ਸਾਨੂੰ ਇਹਦੇ ਵਾਸਤੇ ਸਿੱਖ ਨੂੰ ਇਹ ਹੁਕਮ ਹੈ ਕਿ ਗੁਰਸਿੱਖ ਗੁਰਸਿੱਖ ਜੋ ਗੁਰਸਿੱਖ ਹੈ ਜਿਹੜਾ ਗੁਰੂ ਦਾ ਸਿੱਖ ਜਿਹੜਾ, ਉਹ ਅੰਮ੍ਰਿਤ ਵੇਲੇ ਉੱਠ ਕੇ ਇਕਾਂਤ ਸਮੇਂ ਦੇ ਵਿੱਚ ਆਪਣਾ ਨਿਤਨੇਮ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਕੇ ਗੁਰ ਸਤਿਗੁਰ ਕਾਜੋ ਸਿੱਖ ਖਾਏ, ਸੋ ਭਲ ਕੇ ਉਥਰ ਨਾਮ ਧਿਆ ਲੱਭਣੀ, ਘਰ ਬਾਰ ਛੱਡ ਕੇ ਗੁਰਮਤ ਨਿੰਦਿਆ ਕਰਦੇ, ਪਰ ਅਕਾਲ ਸਤਿਗੁਰ ਘਰ ਹੀ ਮਾਹੇ ਉਦਾਸਾ ਹੋਈ ਦਸ਼ਮੇਸ਼ ਦਿੱਤੀ ਆਪਣੀ ਰਸਾਂ ਤੋਂ ਵਿਚਾਰ ਕੇ ਬਣ ਗਈ, ਉਹ ਘਰ ਵਿੱਚ ਜਿਹੜੀ ਅਕਾਂਤ ਹੈ ਉਹ ਅੰਮ੍ਰਿਤ ਵੇਲੇ ਦੀ ਹੈ। ਅੰਮ੍ਰਿਤ ਵੇਲਾ ਜਿਹੜਾ ਆ ਉਹ ਸੰਭਾਲਣ ਵਾਸਤੇ ਗੁਰਸਿੱਖ ਨੂੰ ਬੜੀ ਤਕੜੀ ਤਕੀਦ ਕੀਤੀ ਗਈ ਹੈ, ਤੇ ਜਿਹੜੇ ਮਹਾਂਪੁਰਸ਼ ਬਹੁਤ ਸਾਰੇ ਹੋਏ ਨੇ ਬੰਦਗੀ ਵਾਲੇ, ਹਾਂਜੀ ਹਾਂਜੀ, ਉਹਨਾਂ ਨੇ ਸੰਸਾਰ ਦੇ ਵਿੱਚ ਰਹਿੰਦੇ ਆ, ਜਾਂ ਉਹ ਗੁਰੂ ਘਰ ਹੋਣ, ਜਾਂ ਉਹ ਐਸੇ ਅਸਥਾਨ ਨੇ ਜਿੱਥੇ ਉਹਨਾਂ ਨੇ ਬੈਠ ਕੇ ਭਗਤੀ ਕੀਤੀ ਆ, ਉਹ ਕਾਂਤ ਜਗ੍ਹਾ ਬਣਾ ਲਈ ਕਿਸੇ ਨੇ ਕਿ ਉਸ ਪਾਸੇ ਕੋਈ ਨਾ ਆਵੇ, ਹਾਂਜੀ, ਜਿੰਨਾ ਚਿਰ ਉਹ ਬੰਦਗੀ ਕਰਦੇ ਸੀ, ਜਿੱਦਾਂ ਇੱਥੇ ਬੇਸਮੈਂਟਾਂ ਬਣੀਆਂ ਹੋਈਆਂ ਇੱਦਾਂ ਬਣਾ ਲਿਆ, ਜਿਹਨਾਂ ਨੂੰ ਅੱਜ ਅਸੀਂ ਭੋਰੇ ਕਹਿੰਦੇ ਹਾਂ, ਹਾਂਜੀ ਹਾਂਜੀ, ਅੱਜ ਦੇ ਜਿਹੜੇ ਪ੍ਰਚਾਰਕ ਨੇ ਜਿਹੜੇ ਇੱਥੇ, ਖਾਸ ਕਰਕੇ ਮੈਂ ਕਹਾਂ ਕਿ ਜਿਹੜੇ ਜਰਨ ਵਿੱਚ ਇੱਥੇ ਲਿਆਏ ਹੋਏ ਨੇ, ਹਾਂਜੀ ਹਾਂਜੀ, ਉਹਨਾਂ ਦੀ ਯੂਟਿਊਬ ਦੇ ਉੱਤੇ ਵੀਡੀਓ ਪਈ ਹੋਈ ਹੈ, ਹਾਂਜੀ, ਤੇ ਉੱਪਰ ਜਿਹੜਾ ਸਿਰਲੇਖ ਹੈ ਲਿਖਿਆ ਭੋਰਿਆਂ ਦੀ ਭਗਤੀ ਤੇ ਕਰਾਰੀ ਚਪੇੜ। ਅੱਛਾ, ਕੀ ਕਹਿਣਾ ਚਾਹੋਗੇ ਇਸ ਬਾਰੇ ਭਾਈ ਸਾਹਿਬ ਜੀ? ਜਿਹੜਾ ਨਲਾਇਕ ਬੱਚਾ ਹੁੰਦਾ ਨਾ, ਉਹ ਅਕਸਰ ਕਲਾਸ ਦੇ ਵਿੱਚ ਸਭ ਤੋਂ ਜ਼ਿਆਦਾ ਸ਼ੋਰ ਮਚਾਉਂਦਾ, ਨਾ ਤੇ ਉਹਨੇ ਖੁਦ ਪੜ੍ਹਨਾ ਨਾ ਉਹਨੇ ਕਿਸੇ ਨੂੰ ਪੜ੍ਹਨ ਦੇਣਾ, ਉਹਦੀ ਕੋਸ਼ਿਸ਼ ਹੁੰਦੀ ਵੀ ਜਿਹੜੇ ਨਾਲ ਦੇ ਉਹ ਮੇਰੇ ਨਾਲ ਸ਼ਰਾਰਤਾਂ ਕਰਨ ਤਾਂ ਕਿ ਮੇਰੇ ਤੋਂ ਅੱਗੇ ਨਾ ਲੰਘ ਜਾਣ। ਬੰਦਗੀ ਦਾ, ਸਿਮਰਨ ਦਾ ਤੁਸੀਂ ਸੋਧਰਤ ਪੜ੍ਹ ਕੇ ਦੇਖੋ, ਸਤਿਗੁਰੂ ਕਹਿੰਦੇ ਕੌਣ ਕੌਣ ਤੈਨੂੰ ਕਿਵੇਂ ਕਿਵੇਂ ਗਾ ਰਿਹਾ, ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ, ਸਮਾਧੀਆਂ ਦੇ ਬਹਿ ਕੇ ਤੈਨੂੰ ਗਾ ਰਹੇ ਨੇ। ਅਸਲ ਦੇ ਵਿੱਚ ਨਾ ਤੇ ਇਹਨਾਂ ਨੇ ਸਕੂਲ ਦੀ ਪੜ੍ਹਾਈ ਕੀਤੀ ਹੈ, ਧਰਮ ਦੀ ਪੜ੍ਹਾਈ ਕੀਤੀ ਹੈ। ਬੱਚਾ ਪੜ੍ਹਦਾ ਨਾ ਉਹ ਇਕਾਂਤ ਲੱਭਦਾ ਹੈ, ਜਦੋਂ ਕੋਈ ਸਾਹਿਤਕਾਰ ਰਚਨਾ ਕਰਦਾ ਉਹ ਇਕਾਂਤ ਲੱਭਦਾ ਹੈ, ਜਦੋਂ ਕੋਈ ਸ਼ਾਇਰ ਗਜ਼ਲ ਕਹਿੰਦਾ ਉਹ ਇਕਾਂਤ ਲੱਭਦਾ ਹੈ, ਜਦੋਂ ਕੋਈ ਭਗਤ ਆਪਣੇ ਮੂਲ ਨਾਲ ਜੁੜਦਾ ਤੇ ਉਹ ਇਕਾਂਤ ਲੱਭਦਾ ਹੈ। ਬੇਸ਼ੱਕ ਅਸੀਂ ਜੰਗਲਾਂ ਨੂੰ ਜਈ ਨਹੀਂ ਜਾਣਾ, ਪਰ ਸਾਹਿਬ ਕਹਿੰਦੇ ਨੇ ਰੇ ਮਨ ਐਸੋ ਕਰ ਸੰਨਿਆਸਾ ਬੰਸੇ ਸਦਨ ਸਵੈ ਕਰ ਸਮਝੋ ਮਨ ਹੀ ਮਾਏ ਉਦਾਸਾ। ਤੂੰ ਘਰ ਨੂੰ ਹੀ ਜੰਗਲ ਸਮਝ ਲੈ ਨਾ, ਇਕਾਂਤ ਕਮਰਾ ਕਰ ਲਾ ਆਪਣਾ। ਅਸੀਂ ਵੀ ਜਦੋਂ ਕਿਸੇ ਗਹਿਣ ਚਿੰਤਨ ਚ ਹੁੰਦੇ ਹਾਂ ਤੇ ਅਸੀਂ ਇਕਾਂਤ ਮੰਗਦੇ ਹਾਂ, ਯਾਰ ਤੰਗ ਨਾ ਕਰ ਮੈਂ ਕੁਛ ਸੋਚ ਰਿਹਾ, ਇਹਦਾ ਮਤਲਬ ਸਾਨੂੰ ਇਕਾਗਰਤਾ ਚਾਹੀਦੀ ਹੈ। ਔਰ ਅੰਮ੍ਰਿਤ ਵੇਲੇ ਦੀ ਔਰ ਨਿਤਨੇਮ ਦੀ, ਇਹ ਕਹਿੰਦੇ ਨਾ ਵੀ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਜਿਹੜੇ ਵੇਲੇ ਤੁਸੀਂ ਵਡਿਆਈ ਵਿਚਾਰ ਕੀਤੀ ਅੰਮ੍ਰਿਤ ਵੇਲਾ ਬਣ ਜਾਂਦਾ ਹੈ। ਸਭ ਤੋਂ ਵੱਡੀ ਉਦਾਹਰਨ ਇਤਿਹਾਸ ਦੇ ਵਿੱਚ ਇੱਕੋ ਹੀ ਇੱਕ ਹੈ, ਜਿਹੜੀ ਇਹਨਾਂ ਦੇ ਸਾਰੇ ਮੈਥਡੋਲੋਜੀ ਸਾਰੀ ਇਹਨਾਂ ਦੀ ਗੱਲਾਂ ਨੂੰ ਕੱਟਦੀ ਹੈ। ਜਦ ਕੋਈ ਕਲਗੀਧਰ ਪਿਤਾ ਨੇ ਆਨੰਦਪੁਰ ਸਾਹਿਬ ਛੱਡਿਆ ਤੇ ਸਿਰਸਾ ਦੇ ਕੰਢੇ ਤੇ ਪਹੁੰਚੇ, ਉਸ ਵਕਤ ਸਮਾਂ ਹੋ ਚੁੱਕਾ ਸੀਗਾ ਆਸਾ ਜੀ ਕੀ ਵਾਰ ਦਾ, ਨਿਤਨੇਮ ਦਾ। ਗੁਰੂ ਸਾਹਿਬ ਨੇ 50 ਸਿੰਘ ਪਿੱਛੇ ਭੇਜੇ ਤੇ ਮਹਾਰਾਜ ਜੀ ਨੇ ਉੱਥੇ ਪੜਾਅ ਕੀਤਾ ਤੇ 52 ਤਰਬਾਂ ਵਾਲੇ ਤਾਊਸ ਦੇ ਮਹਾਰਾਜ ਜੀ ਨੇ ਕੀਰਤਨ ਕੀਤਾ ਆਸਾ ਜੀ ਕੀ ਵਾਰ ਦਾ। ਜੇ ਇੰਨੀ ਖੁੱਲ ਹੁੰਦੀ ਨਿਤਨੇਮ ਦੇ ਸਮਾਂ ਅੱਗੇ ਪਿੱਛੇ ਕਰਨ ਦੀ, ਮਹਾਰਾਜ ਜੀ ਕਹਿੰਦੇ ਕੋਈ ਨੀ ਸਿੰਘੋ, ਪਹਿਲਾਂ ਸਰਸਾ ਦੇ ਪਰਲੇ ਪਾਸੇ ਚਲੋ ਤੇ ਆਪਾਂ ਸਰਸਾ ਟੱਪ ਕੇ ਤੇ ਫਿਰ ਅਸੀਂ ਜਿਹੜਾ ਆਪਣਾ ਸਿਮਰਨ ਨਿਤਨੇਮ ਕਰ ਲਾਂਗੇ। ਕਿਉਂ 50 ਜਾਨਾਂ ਮਹਾਰਾਜ ਨੇ ਦਾਤ ਲਾਤੀਆਂ ਸਿਰਫ ਨਿਤਨੇਮ ਸੰਭਾਲਣ ਵਾਸਤੇ, ਤਾਂ ਕਿ ਸਿੱਖ ਨੂੰ ਇਹ ਕਿਹਾ ਜਾ ਸਕੇ, ਸਿੱਖਾ
ਤੇਰਾ ਨਿਤਨੇਮ ਤੇਰੀ ਮੌਤ ਦੀ ਘੜੀ ਨਾਲੋਂ ਵੀ ਵੱਡਾ ਹੈ, ਤੇਰਾ ਨਿਤਨੇਮ ਤੇਰੇ ਮੌਤ ਦੇ ਖਤਰੇ ਨਾਲੋਂ ਵੀ ਵੱਡਾ ਹੈ। ਇਹ ਤੋਂ ਵੱਡੀ ਉਦਾਹਰਣ ਨੂੰ ਅਸੀਂ ਕੀ ਦਈਏ? ਹੁਣ ਸਕੂਲ 'ਚ ਅਸੀਂ ਬੱਚੇ ਭੇਜਦੇ ਹਾਂ, ਇੱਕ ਸਕੂਲ ਹੈ ਜਿਹਨੂੰ ਅਸੀਂ ਆਰਮੀ ਸਕੂਲ ਕਹਿੰਦੇ ਹਾਂ, ਬੱਚੇ ਉੱਥੇ ਜਾਣ ਤੋਂ ਡਰਦੇ ਨੇ ਕਿਉਂਕਿ ਉਹਨਾਂ ਦੀ ਯੂਨੀਫਾਰਮ, ਉਹਨਾਂ ਦੀ ਜਿਹੜਾ ਡਿਸਿਪਲਿਨ ਉਹ ਬਹੁਤ ਸਟ੍ਰਿਕਟ ਹੈ, ਪਰ ਆਰਮੀ ਸਕੂਲ ਦੇ ਪੜ੍ਹੇ ਹੋਏ ਬੱਚੇ ਬਹੁਤ ਕਾਮਯਾਬ ਹੁੰਦੇ ਨੇ। ਇੱਕ ਸਰਕਾਰੀ ਸਕੂਲ ਹੈ, ਖਾਕੀ ਨਿੱਕਰ ਹੈ, ਸ਼ਰਟ ਚਿੱਟੀ ਹੈ, ਉੱਤੇ ਸ਼ਾਹੀ ਡਿੱਗੀ ਹੈ, ਨਿਆਣੇ ਰੌਲਾ ਪਾਉਂਦੇ ਨੇ, ਅੱਧੀ ਛੁੱਟੀ ਨੂੰ ਬਾਹਰ ਆਉਂਦੇ ਨੇ, ਆਪ ਵੀ ਤੰਗ ਹੁੰਦੇ ਨੇ, ਮਹੱਲਾ ਵੀ ਤੰਗ ਕਰਦੇ ਨੇ। ਅਤੇ ਇੱਕ ਸਕੂਲ ਉਹ ਹੈ ਜਿਹਦੀ ਪ੍ਰੋਪਰ ਯੂਨੀਫਾਰਮ ਹੈ, ਜਿੱਥੇ ਪ੍ਰੋਪਰ ਪੀਰੀਅਡ ਚੱਲਦੇ ਨੇ। ਤੁਸੀਂ ਆਪਣਾ ਬੱਚਾ ਕਿਹੜੇ ਸਕੂਲ 'ਚ ਪੜ੍ਹਨ ਭੇਜੋਗੇ? ਹੈਲੋ ਜੀ ਜੀ ਜੀ, ਹੈ ਨਾ, ਬੱਚਾ ਆਪਾਂ ਉੱਥੇ ਪੜ੍ਹਾਂਗੇ ਨਾ ਜਿੱਥੇ ਡਿਸਿਪਲਿਨ ਹੈ, ਜਿੱਥੇ ਪ੍ਰੋਪਰ ਯੂਨੀਫਾਰਮ ਹੈ। ਸੰਸਾਰੀ ਪੜ੍ਹਾਈ ਵਾਸਤੇ ਅਸੀਂ ਇੰਨਾ ਡਿਸਿਪਲਿਨ ਮੰਨਦੇ ਹਾਂ ਵੀ ਜਿਸ ਵੇਲੇ ਮੈਥ ਪੜ੍ਹਨਾ ਉਸ ਵੇਲੇ ਮੈਥ ਦਾ ਪੀਰੀਅਡ ਹੈ, ਜਦੋਂ ਇੰਗਲਿਸ਼ ਪੜ੍ਹਨੀ ਉਦੋਂ ਇੰਗਲਿਸ਼ ਦਾ ਪੀਰੀਅਡ ਹੈ। ਕਦੇ ਟੀਚਰ ਨੇ ਇਹ ਥੋੜ੍ਹੀ ਆਖਿਆ ਵੀ ਚੱਲ ਤੂੰ ਭਾਵੇਂ 8 ਵਜੇ ਆ ਜਾਈਂ, 9 ਵਜੇ ਤੈਨੂੰ ਪੜ੍ਹਾ ਦਾਂਗਾ ਮੈਂ। ਤੈਨੂੰ ਉਸੇ ਵੇਲੇ ਸਕੂਲ 'ਚ ਹਾਜ਼ਰ ਹੋਣਾ ਪੈਣਾ, ਉਸ ਵੇਲੇ ਤੈਨੂੰ ਕਲਾਸ ਹੋਣਾ ਪੈਣਾ। ਜੇ ਸੰਸਾਰ ਦੀ ਜਿਹੜੀ ਮਾਮੂਲੀ ਜਿਹੀ ਪੜ੍ਹਾਈ ਹੈ ਉਹਦੇ ਵਾਸਤੇ ਇੰਨਾ ਡਿਸਿਪਲਿਨ ਹੈ, ਤਾਂ ਫਿਰ ਇਹ ਜਿਹੜੀ ਧਰਮ ਦੀ ਪੜ੍ਹਾਈ ਇਹਦੇ ਵਾਸਤੇ ਡਿਸਿਪਲਿਨ ਜ਼ਰੂਰੀ ਕਿਉਂ ਨਹੀਂ ਹੈ? ਸੂਰਜ ਡਿਸਿਪਲਿਨ ਦੇ ਵਿੱਚ ਹੈ, ਚੰਦਰਮਾ ਡਿਸਿਪਲਿਨ ਦੇ ਵਿੱਚ ਹੈ, ਉਹ ਨਿਯਤ ਸਮੇਂ 'ਤੇ ਉੱਗਦਾ ਹੈ, ਨਿਯਤ ਸਮੇਂ 'ਤੇ ਛੁੱਪਦਾ ਹੈ, ਹਵਾਵਾਂ ਦੀ ਮਰਿਆਦਾ ਹੈ, ਸਾਗਰਾਂ ਦੀ ਮਰਿਆਦਾ ਹੈ, ਅਗਨੀ ਦੀ ਮਰਿਆਦਾ ਹੈ, ਹਰ ਚੀਜ਼ ਜੇ ਮਰਿਆਦਾ 'ਚ ਬੱਝੀ ਹੈ ਤਾਂ ਫਿਰ ਅਸੀਂ ਮਰਿਆਦਾ 'ਚ ਕਿਉਂ ਨਹੀਂ ਆਉਣਾ ਚਾਹੁੰਦੇ? ਇਹ ਤਾਂ ਸਾਡੀ ਨਲਾਇਕੀ ਦੀ ਇੰਤਹਾ ਹੈ ਨਾ ਵੀ ਭੋਰਿਆਂ 'ਚ ਇਹ ਜਿਹੜੇ ਕਹਿੰਦੇ ਨਾ ਭੋਰਿਆਂ ਦੇ ਕਰਾਰੀ ਚਪੇੜ, ਅਸਲ ਦੇ ਵਿੱਚ ਇਹਨਾਂ ਦੇ ਮੂੰਹ 'ਤੇ ਭੇਜਿਆ ਹੋਇਆ ਛਿੱਤਰ ਵੱਜਿਆ ਜਦੋਂ ਜਵਾਬ ਦਿੱਤਾ ਗਿਆ। ਜਿਹੜੀਆਂ ਕਿਤਾਬਾਂ 'ਤੇ ਇਹ ਹਵਾਲੇ ਦਿੰਦੇ ਨੇ ਉਹ ਕਿਤਾਬਾਂ ਬਿਲਕੁਲ ਨਕਲੀ ਨਿਕਲੀਆਂ, ਜਿੰਨਾ ਭੱਟ ਵਈਆਂ ਦੇ ਹਵਾਲੇ ਦਿੰਦੇ ਨੇ ਵੀ ਭੱਟ ਵਈਆਂ ਜੀ ਔਥੈਂਟਿਕ ਨੇ, ਇਹਦੇ ਚੈਲੰਜ ਨਹੀਂ ਹੋ ਸਕਦੀਆਂ। ਜਦੋਂ ਡਾਕਟਰ ਅਨੁਰਾਗ ਸਿੰਘ ਉਹਨਾਂ ਦੀ ਇੰਟਰਵਿਊ ਕਰਕੇ ਸੰਗਤ ਤੱਕ ਪਹੁੰਚਾਈ ਅਸੀਂ, ਤਾਂ ਪਤਾ ਲੱਗਾ ਕਿ ਭੱਟ ਵਈਆਂ ਦੇ ਵਿੱਚ ਕਿਤਨੇ ਵੱਡੇ ਮੁਗਾਲਤੇ ਨੇ, ਭੱਟ ਵਈਆਂ ਕਿੱਥੋਂ ਤੱਕ ਜਿਹੜੀਆਂ ਗਲਤ ਨੇ। ਔਰ ਇਹ ਜਿਹੜੇ ਭੱਟ ਵਈਆਂ ਦੀ ਗੱਲ ਕਰਦੇ, ਮੈਂ ਚੈਲੰਜ ਕਰਦਾ ਇਹ ਦਿਖਾਣ ਭੱਟ ਵਈ ਕਿਹਦੇ ਕੋਲ ਹੈ, ਅਤੇ ਮੈਂ ਇਹਨੂੰ ਖੁੱਲ੍ਹਾ ਸੰਸਾਰ 'ਤੇ ਚੈਲੰਜ, ਮੈਂ ਭੱਟ ਵਈ ਲੈ ਕੇ ਆਵਾਂਗਾ ਅਤੇ ਇਹਨੂੰ ਕੋਈ ਪੜ੍ਹ ਕੇ ਦਿਖਾਓ, ਪੜ੍ਹੀ ਕਿੰਨੇ ਭੱਟ ਵਈ, ਉਹਦੇ ਭੱਟ ਭਾਸ਼ਾ ਦੇ ਵਿੱਚ ਉਹ ਤਾਂ ਪੜ੍ਹੀ ਵੀ ਨਹੀਂ ਜਾਂਦੀ ਇਹਨਾਂ ਕੋਲੋਂ। ਫਿਰ ਜਿਹੜੀਆਂ ਨੇ ਕਿਤਾਬਾਂ ਜ਼ਿਕਰ ਕੀਤਾ ਸੀ ਉਹ ਸਾਰੀਆਂ ਕਿਤਾਬਾਂ ਅਸੀਂ ਨੈੱਟ 'ਤੇ ਪਾਈਆਂ, ਉਹਦੇ 'ਚ ਕੁਛ ਵੀ ਨਹੀਂ ਲਿਖਿਆ ਹੋਇਆ। ਜੇ ਕਹਿੰਦੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਭੋਰੇ 'ਚ ਨਹੀਂ ਬੈਠੇ, ਤਾਂ ਸਾਨੂੰ ਇਹ ਦੱਸਣ ਵੀ ਹਿੰਦੁਸਤਾਨ ਦੇ ਵਿੱਚ ਐਸੇ ਕਿਹੜੇ ਗੁਰਦੁਆਰੇ ਜਿਨ੍ਹਾਂ ਦਾ ਇਤਿਹਾਸ ਕਹਿੰਦਾ ਕਿ ਨੌਵੇਂ ਪਾਤਸ਼ਾਹ ਜਿਹੜੇ ਨੇ ਉਹ ਗੁਰੂ ਬਣਨ ਤੋਂ ਪਹਿਲਾਂ ਇੱਥੇ ਆਏ। ਐਸਾ ਤਾਂ ਕੋਈ ਗੁਰੂ ਨਾ ਸਾਨੂੰ ਦੱਸ ਸਕੇ ਅੱਜ ਤੱਕ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀਵਨ 'ਚ ਕਿਹੜੀ ਘਾਟ ਸੀ ਵੀ ਜਿਹਦੇ ਕਰਕੇ ਮਹਾਰਾਜ ਨੂੰ 7ਵੀਂ ਗੱਦੀ ਨਹੀਂ ਮਿਲੀ, 8ਵੀਂ ਨਹੀਂ ਮਿਲੀ, 9ਵੀਂ ਜਾ ਕੇ ਮਿਲੀ ਹੈ? ਜੇ ਪ੍ਰਚਾਰ ਕਰਨਾ ਤਾਂ ਗੁਰੂ ਨਾਨਕ ਸਾਹਿਬ ਗੁਰੂ ਹੋ ਕੇ ਪ੍ਰਚਾਰ ਕਰਦੇ, ਗੁਰੂ ਅੰਗਦ ਦੇਵ ਮਹਾਰਾਜ ਗੁਰੂ ਹੋ ਕੇ ਪ੍ਰਚਾਰ ਕਰਦੇ ਨੇ, ਗੁਰੂ ਅਮਰਦਾਸ ਪਾਤਸ਼ਾਹ ਗੁਰੂ ਹੋ ਕੇ ਪ੍ਰਚਾਰ ਕਰਦੇ ਨੇ, ਗੁਰੂ ਰਾਮਦਾਸ ਪਾਤਸ਼ਾਹ ਗੁਰੂ ਹੋ ਕੇ ਪ੍ਰਚਾਰ ਕਰਦੇ ਨੇ, ਪੰਚਮ ਪਾਤਸ਼ਾਹ ਗੁਰੂ ਹੋ ਕੇ ਪ੍ਰਚਾਰ ਕਰਦੇ ਨੇ, 6ਵੇਂ ਪਾਤਸ਼ਾਹ ਗੁਰੂ ਹੋ ਕੇ ਪ੍ਰਚਾਰ ਕਰਦੇ ਨੇ, ਸਾਰੇ ਗੁਰੂ ਤਾਂ ਗੁਰੂ ਹੋ ਕੇ ਪ੍ਰਚਾਰ ਕਰ ਰਹੇ ਨੇ, ਤਾਂ 9ਵੇਂ ਪਾਤਸ਼ਾਹ ਨੂੰ ਕੀ ਲੋੜ ਪਈ ਸੀ ਕੱਢਣ ਦੀ? ਇਹ ਸਿਰਫ ਔਰ ਸਿਰਫ ਕਿਉਂਕਿ ਜਿਤਨੀ ਵੀ ਸ਼ਕਤੀ ਆਈ ਚੌਂਕੜੇ 'ਚੋਂ ਆਈ ਹੈ, ਜਿਹਨਾਂ ਚੌਂਕੜੇ ਲਾਏ ਤੇਗਾਂ ਵੀ ਉਹਨਾਂ ਵਾਹੀਆਂ ਨੇ, ਜਿਹਨਾਂ ਚੌਂਕੜੇ ਲਾਏ ਨੇ ਸਿਰ ਵੀ ਸੀਸ ਵੀ ਤਲੀ ਦੇ ਉਹਨਾਂ ਨੇ ਧਰਿਆ, ਜਿਹਨਾਂ ਚੌਂਕੜੇ ਲਾਏ ਨੇ ਹਿੰਦੁਸਤਾਨ ਸਰਕਾਰ ਦਾ ਮੂੰਹ ਵੀ ਉਹਨਾਂ ਨੇ ਭੰਨਿਆ, ਜਿੰਨੇ ਵਿਦਿਆਰਥੀ ਸੀਗੇ ਟਕਸਾਲ ਦੇ। ਜੀ ਭਾਈ ਸਾਹਿਬ ਤੁਹਾਡੀ ਗੱਲ ਕਾਫੀ ਹੱਦ ਤੱਕ ਦਰੁਸਤ ਹੈ, ਕਿਉਂਕਿ ਬਰਗਾੜੀ ਕੱਟ ਵਾਪਰਿਆ ਤੇ ਇਹਨਾਂ ਲੋਕਾਂ ਨੇ ਪਹਿਲਾਂ ਤਾਂ ਰੌਲਾ ਪਾਇਆ ਤੇ ਇਹਨੂੰ ਜਿਹੜਾ ਸਾਡਾ ਪ੍ਰੋਗਰਾਮ ਹੈ ਇਹਨੂੰ ਕੀਤਾ ਜਾ ਰਿਹਾ ਜੀ, ਵੀ ਸਾਡੇ ਖੋਇਆ ਜਾ ਰਿਹਾ, ਤੇ ਫੇਰ ਉਹ ਜਥੇਬੰਦੀਆਂ ਪਿੱਛੇ ਹਟ ਗਈਆਂ, ਫੇਰ ਇਹਨਾਂ ਨੂੰ ਅੱਗੇ ਕਰ ਦਿੱਤਾ, ਤੇ ਫੇਰ ਖੂਨ ਦਾ ਪਿਆਲਾ ਲੈ ਕੇ ਤੁਰਦਾ, ਉਹ ਤੋਂ ਬਾਅਦ ਇਹ ਲੋਕ ਲੱਭੇ ਨੀ, ਤੇ ਕੌਮ ਜਿਹੜੀ ਸੀਗੀ ਉਹ ਕਿਸੇ ਪਾਸੇ ਕੰਢੇ ਉਹ ਜਿਹੜਾ ਸੰਘਰਸ਼ ਸਾਡਾ ਲੱਗਿਆ ਨੀ ਹੈ, ਤੇ ਮੁੜ ਕੇ ਇਹ ਚੈਂਪੀਅਨ ਵਾਲੇ ਲੱਭੇ ਹੈ ਜਿਹੜੇ ਇੱਦਾਂ ਦੀਆਂ ਚਰਚਾ ਕਰਦੇ ਆ, ਤੇ ਅਸੀਂ ਅਗਲੀ ਉਹਨਾਂ ਵੱਲੋਂ ਕਹੀ ਹੋਈ ਗੱਲ ਹੈ। ਪਾਸ਼ਾ ਮੈਂ ਤੁਹਾਡੀ ਗੱਲ ਥੋੜੀ ਟੋਕਣੀ ਚਾਹੁੰਦਾ, ਬਰਗਾੜੀ ਕਾਂਡ ਦਾ ਮੈਂ ਸਾਖੀ ਹਾਂ, ਅਸੀਂ ਉੱਥੇ ਸੀਗੇ। ਮੈਂ ਹੁਣ ਤੁਹਾਨੂੰ ਜਿਹੜਾ ਬੇਅਦਬੀਆਂ ਹੋਈਆਂ ਨੇ ਇਹ ਮੈਂ ਓਨ ਏਅਰ ਕਹਿ ਰਿਹਾ ਵਾਂ, ਇਹ ਬੇਅਦਬੀਆਂ ਦੇ ਪਿੱਛੇ ਵੀ ਉਸੇ ਸ਼ਖਸ ਦਾ ਹੱਥ ਹੈ ਜਿਹੜਾ ਇਸ ਵੇਲੇ ਜਰਮਨ 'ਚ ਆਇਆ ਹੋਇਆ, ਕਿਉਂਕਿ ਸਾਡੇ ਦੇ ਪੰਜਾਬ ਸਰਕਾਰ ਨੇ ਕੇਸ ਪਾਇਆ ਸੀ ਬਾਦਲਾਂ ਦੀ ਕਤਲ ਦੀ ਸਾਜਿਸ਼ ਦਾ। ਸਾਡੀਆਂ ਪੇਸ਼ੀਆਂ ਹੁੰਦੀਆਂ ਸੀ ਥਾਣਿਆਂ ਦੇ ਵਿੱਚ ਬਰਨਾਲੇ, ਕਦੀ ਸੁਖਬੀਰ ਦੀ ਕੋਠੀ, ਕਦੀ ਵੱਡੇ ਬਾਦਲ ਦੀ ਕੋਠੀ, ਕਦੀ ਕਿਤੇ ਸਾਨੂੰ ਖੜਿਆ ਜਾਂਦਾ ਸੀ। ਉਹਨਾਂ ਦੇ ਦੌਰਾਨ ਸਾਡੀ ਕਾਫੀ ਪੁਲਿਸ ਵਾਲਿਆਂ ਨਾਲ ਗੱਲਬਾਤ ਹੋਈ, ਤੇ ਮੈਂ ਨਾਂ ਨੀ ਨਸ਼ਰ ਕਰਾਂਗਾ ਉਸ DIC ਦਾ, ਜਿਹਨੇ ਇਹ ਦੱਸਿਆ, ਕਹਿੰਦਾ ਜਦੋਂ ਅਸੀਂ ਦੋਵੇਂ ਭਰਾ ਫੜੇ ਪੰਜ ਗ੍ਰਾਈ ਵਾਲੇ, ਅਸੀਂ ਪੰਤਪ੍ਰੀਤ ਨੂੰ ਢੱਡਰੀਵਾਲ ਨੂੰ ਸੱਦਿਆ ਸੀ ਆਪਣੇ ਥਾਣੇ ਦੇ ਵਿੱਚ, ਅਸੀਂ ਉਹਨੂੰ ਕਿਹਾ ਵੀ ਸਾਨੂੰ ਬਾਕੀ ਗੱਲਾਂ ਛੱਡੋ, ਇਹ ਕੋਈ ਸਾਨੂੰ ਇਹ ਪੁੱਛ ਕੇ ਦਿਓ ਤੁਸੀਂ ਬਈ ਜਿਹੜੀ ਬੇਅਦਬੀ ਹੋਈ ਹੈ ਉਹ ਤੇਰੇ ਪਿੰਡ ਤੋਂ 10-15 ਕਿਲੋਮੀਟਰ ਦੂਰ ਹੋਈ ਹੈ,
ਤੇ 5 ਵਜੇ ਸਭ ਤੋਂ ਪਹਿਲੀ ਕਾਲ ਤੇਰੀ ਪੰਜਾਬ ਚੋਂ ਬਾਹਰ ਜਾਣ ਦੀ ਵੀ ਬੇਅਦਬੀ ਹੋ ਗਈ, ਤੈਨੂੰ ਕਿਹਨੇ ਦੱਸਿਆ ਬੇਅਦਬੀ ਹੋ ਗਈ? ਤੇ ਜਿਹੜੀ ਆਵਾਜ਼ ਉਸ ਆਡੀਓ ਦੇ ਵਿੱਚ ਹੈ ਜਿਸ 'ਚ ਇਹ ਕਹਿ ਰਿਹਾ ਵੀ ਸਾਡੇ ਕੋਲ ਸਮਾਨ ਪਿਆ ਹੋਇਆ, ਉਹ ਆਡੀਓ ਵੀ ਟੈਸਟੀਫਾਈ ਕੀਤੀ ਤੇ ਕਹਿੰਦੇ ਇਹਨਾਂ ਅਸੀਂ ਇਹਨੂੰ ਬੇਨਤੀ ਕੀਤੀ ਵੀ ਅਸੀਂ ਇਹਨੂੰ ਮਾਰ ਕੁੱਟ ਨਹੀਂ ਸਕਦੇ, ਬਈ ਤੁਸੀਂ ਜਿਹੜੀ ਲੱਖ ਦੀ ਹੱਡੀ ਦਾ ਬਹਾਨਾ ਕੀਤਾ ਉਹ ਲੱਖ ਦੀ ਹੱਡੀ ਵਾਲਾ ਬਹਾਨਾ ਵੀ ਝੂਠ ਹੈ, ਤੁਸੀਂ ਸਾਨੂੰ ਸਿਰਫ ਇਹਦੇ ਕੋਲ ਪੁਛਾ ਦਿਓ। ਤੇ ਕਹਿੰਦੇ ਮੈਂ ਕਿਹਾ ਜੀ ਫਿਰ ਕੀ ਹੋਇਆ? ਕਹਿੰਦੇ ਇਹ ਗਏ ਇਹਨਾਂ ਰਾਤੋਂ ਰਾਤ ਧਰਨਾ ਲਾਇਆ ਤੇ ਆਪਣਾ ਜਿਹੜਾ ਉਹ ਮੁੰਡਿਆਂ ਨੂੰ ਛੁਡਾ ਕੇ ਲੈ ਗਏ। ਫਿਰ ਜਿੱਥੇ ਬਰਗਾੜੀ ਇਹਨਾਂ ਨੇ ਮਹਾਰਾਜ ਜੀ ਦੇ ਅੰਗ ਸਾਂਭੇ ਸੀ ਨਾ ਜੀ, ਉਹ ਇੱਕ ਸੁਨਿਆਰਾ ਸਿੰਘ ਸੀ ਉਹਦੇ ਘਰ ਇਹਨਾਂ ਨੇ ਅੰਗ ਰਖਾਏ, ਤੇ ਜਦੋਂ ਇਹਨਾਂ ਨੂੰ ਪੁਲਿਸ ਨੇ ਚੱਕਿਆ ਦੋ ਚਪੇੜਾਂ ਪਈਆਂ ਇਹਨਾਂ ਨੇ, ਉਹਦਾ ਨਾਂ ਦੱਸਤਾ। ਹੁਣ ਪੁਲਿਸ ਉਹਨੂੰ ਤੰਗ ਕਰ ਰਹੀ ਸੀ ਵੀ ਅੰਗ ਤੇਰੇ ਕੋਲ ਨੇ ਤੇ ਜਿਹੜਾ ਪੂਰਨ ਸਰੂਪ ਹੈ ਉਹ ਵੀ ਤੇਰੇ ਕੋਲ ਹੋਣਾ ਚਾਹੀਦਾ ਹੈ। ਉਹ ਵਿਚਾਰਾ ਸਾਡੇ ਕੋਲ ਉੱਥੇ ਆਇਆ, ਅਸੀਂ ਉਹਦੇ ਸੀ ਆਪਣੇ ਗੁਰੂ ਸਰ ਸੀਗੇ, ਤੇ ਕਹਿੰਦਾ ਜੀ ਭਾਈ ਸਾਨੂੰ ਕਹੋ ਵੀ ਸਾਡੇ ਹੱਕ 'ਚ ਬਿਆਨ ਲਾ ਦੇਣ ਵੀ ਉਹ ਪੰਗ ਮੈਨੂੰ ਇਹਨਾਂ ਨੇ ਦਿੱਤੇ ਆ, ਨਾ ਕਿ ਮੈਂ ਕਿਤੋਂ ਲਏ ਆ। ਤੇ ਇਹਨਾਂ ਦੋਨਾਂ ਪਿਓ ਪੁੱਤਾਂ ਨੇ ਇਹਨਾਂ ਨੇ ਮਤਲਬ ਉਹ ਪੁਲਿਸ ਨੂੰ ਇਹ ਗੱਲ ਨਹੀਂ ਆਖੀ ਵੀ ਅੰਗ ਇਹਦੇ ਘਰ ਅਸੀਂ ਰੱਖੇ ਵੀ ਇਹਨੂੰ ਛੱਡ ਦਿਉ, ਉਹ ਜਿਹੜਾ ਗਰੀਬ ਬੰਦਾ ਰਗੜਿਆ ਗਿਆ। ਤੇ ਜਦੋਂ ਅਸੀਂ ਉੱਥੇ ਅਪੋਲੋ ਪਹੁੰਚੇ, DMC ਪਹੁੰਚੇ, ਬਾਬਾ ਜੀ 2 ਸਿੰਘ ਸਾਡੇ ਜਿਹੜੇ ਸ਼ਹੀਦ ਹੋਏ ਨੇ, ਕੁਛ ਜ਼ਖਮੀ 83 ਸਿੰਘ ਜ਼ਖਮੀ ਸੀਗੇ, ਉੱਥੇ 22 ਪੁਲਿਸ ਵਾਲੇ ਜ਼ਖਮੀ ਸੀਗੇ ਜੋ ਅੱਖਾਂ ਨਾਲ ਵੇਖਿਆ। ਤੇ ਜ਼ਖਮੀਆਂ ਦੇ ਕਿਰਪਾਨਾਂ ਦੇ ਨਿਸ਼ਾਨ ਅਸੀਂ ਪੁੱਛਿਆ ਵੀ ਤੁਹਾਡੇ ਕਿਰਪਾਨਾਂ ਕਿਉਂ ਵੱਜੀਆਂ? ਕਹਿੰਦੇ ਪੁਲਿਸ ਨੇ ਮਾਰੀਆਂ। ਅਸੀਂ ਕਿਹਾ ਪੁਲਿਸ ਗੋਲੀ ਮਾਰਦੀ ਹੈ, ਕਿਉਂ ਝੂਠ ਬੋਲਦੇ ਹੋ? ਕਹਿੰਦੇ ਗਿਆਨੀ ਝੂਠ ਨਹੀਂ ਬੋਲਦੇ, ਸਾਨੂੰ ਇਹਨਾਂ ਭਾਈ ਸਾਹਿਬ ਨੇ ਕਿਹਾ ਤੇ ਬਾਬਾ ਜੀ ਢੱਡੀਆਂ ਨੇ ਕਿਹਾ ਵੀ ਆਪਣੇ ਸਰੀਰ ਸਭ ਉਤਾਰ ਕੇ ਪੁਲਿਸ ਨੂੰ ਦੇ ਦਿਓ, ਅਸੀਂ ਜਿਹੜੇ ਸ਼ਾਂਤਮਈ ਧਰਨੇ ਕਰਨੇ ਆ। ਅਸੀਂ ਸ਼ਸਤਰ ਦੇ ਦਿੱਤੇ, ਫਿਰ ਸਾਨੂੰ ਕਹਿੰਦੇ ਤੁਸੀਂ ਆ ਕੇ ਤੇ ਗੱਡੀਆਂ 'ਚ ਬਹਿ ਜਾਓ। ਅਸੀਂ ਗੱਡੀਆਂ 'ਚ ਬਹਿ ਗਏ, ਪਿੱਛੋਂ ਜਿਹੜੀ ਗੱਡੀ ਆਈ ਗੰਦੇ ਪਾਣੀ ਵਾਲੀ, ਜਦੋਂ ਅਸੀਂ ਕਹਿੰਦੇ ਆਪਣੀ ਧੀਆਂ ਭੈਣਾਂ ਦੇ ਪਾਣੀ ਡਿੱਗਾ ਤਾਂ ਅਸੀਂ ਉੱਠ ਕੇ ਪਿਛਾਂਹ ਭੱਜੇ ਤੇ ਸਾਡੀਆਂ ਕਿਰਪਾਨਾਂ ਪੁਲਿਸ ਨੇ ਸਾਡੇ ਮਾਰੀਆਂ। ਉਹ ਸਿੰਘ ਬਹੁਤ ਜ਼ਿਆਦਾ ਜਿਹੜੇ ਅੱਗੇ ਆਉਣ ਨੂੰ ਤਿਆਰ ਨਹੀਂ ਸੀ, ਕਹਿੰਦੇ ਬਾਬਾ ਜੀ ਛੋਟੀਆਂ ਛੋਟੀਆਂ ਚੋਟਾਂ ਨੇ, ਜੇ ਅਸੀਂ ਬਾਹਰ ਆਉਂਦੇ ਤਾਂ ਪੁਲਿਸ ਤੰਗ ਕਰੀ, ਗਰੀਬ ਆਦਮੀ ਹੈ, ਇਸ ਕਰਕੇ ਜਿਹੜਾ ਅਸੀਂ ਉਹ ਕੰਪਲੇਨ ਨਹੀਂ ਕਰ ਰਹੇ। ਇਹ ਸੱਚਾਈ ਹੈ ਇਹਨਾਂ ਦੀ। ਜੇ ਇਹ ਐਡੇ ਹੀਰੋ ਸੀ ਬਰਗਾੜੀ ਕਾਂਡ ਦੇ, ਤੇ ਦੁਬਾਰਾ ਇਹਨਾਂ ਇਹਨਾਂ ਸਹੁੰ ਖਾਧੀ, ਦੇਖੋ ਬਚਨ ਕਰੇ ਤੇ ਖਿਸਕਜਾ ਬੋਲਿਆ, ਸਭ ਕੱਚਾ ਵਾਲੀ ਗੱਲ ਹੈ। ਇਹਨਾਂ ਸਹੁੰ ਖਾਧੀ, ਜਦ ਤੱਕ ਮਸਲਾ ਹੱਲ ਨਹੀਂ ਹੋਏਗਾ ਤੇ ਅਸੀਂ ਜੀ ਆਪਣਾ ਮੋਰਚਾ ਨਹੀਂ ਛੱਡਾਂਗੇ, ਤੇ ਕਿੱਥੇ ਗਏ ਮੋਰਚਾ ਜੀ ਇਹਨਾਂ ਦੇ? ਸਿੰਘ ਸ਼ਹੀਦ ਕਰਵਾਤੇ, ਜਿਹੜੇ ਜਿੱਥੇ ਇਹਨਾਂ ਸਿੰਘ ਸ਼ਹੀਦ ਕਰਵਾਏ ਬਰਗਾੜੀ ਵਾਲੇ ਨੇ, ਇਹਨਾਂ ਨੂੰ ਵਰਨੇ ਤਾਂ ਸਾਲਾਨਾ ਸਮਾਗਮ ਦੇ ਵਿੱਚ, ਪੁੱਛੋ ਇਹਨਾਂ ਪਿੰਡ ਵਾਲਿਆਂ ਕਿਉਂ ਨਹੀਂ ਵੰਡ ਦਿੱਤਾ? ਇਹ ਸਾਰੀ ਕਾਰਵਾਈ ਇਹਨਾਂ ਦੀਆਂ ਹੀ ਪਾਈਆਂ ਹੋਈਆਂ ਨੇ ਬਾਬਾ ਜੀ। ਪਰ ਸਰਕਾਰਾਂ ਕੀ ਕਰਦੀਆਂ ਨੇ? ਸਰਕਾਰਾਂ ਦੇ ਹੱਥ ਜਦ ਹੁਕਮ ਦਾ ਇੱਕ ਆਉਂਦਾ ਨਾ, ਸਰਕਾਰਾਂ ਫਿਰ ਉਹਨੂੰ ਨਸ਼ਰ ਨਹੀਂ ਕਰਦੀਆਂ, ਇਹਨੂੰ ਵਰਤ ਜਾਂਦੀਆਂ ਨੇ, ਸਰਕਾਰਾਂ ਵਰਤਦੀਆਂ ਨੇ ਇਹਨਾਂ ਨੂੰ। ਹਾਂਜੀ, ਬਹੁਤ ਵੱਡੀ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਤੁਸੀਂ। ਜਿਵੇਂ ਅਸੀਂ ਗੱਲ ਕਰੀਏ ਹੁਣ ਆਪਾਂ ਰਹਿਤ ਮਰਿਆਦਾ ਦੀ, ਰਹਿਤ ਮਰਿਆਦਾ ਦੇ ਜਿਹੜੀ ਅਕਾਲ ਤਖ਼ਤ ਦੀ ਰਹਿਤ ਮਰਿਆਦਾ, ਉਹਦੇ ਤੇ ਅਨੇਕਾਂ ਸੈਮੀਨਾਰ ਹੋਏ ਆ, ਬਹੁਤ ਸੈਮੀਨਾਰ ਹੋਏ ਆ, ਥਾਂ ਥਾਂ ਹੋ ਰਹੇ ਤੇ ਹੁਣ ਵੀ ਹੋ ਰਹੇ ਆ। ਤੇ ਪਿਛਲੇ ਸਮੇਂ ਗਿਆਨੀ ਗੁਰਸਤ ਸਿੰਘ ਜੀ ਧਰਮ ਪ੍ਰਚਾਰ ਕਮੇਟੀ ਦੇ UK ਤੋਂ ਹੈਗੇ ਆ ਜੀ, ਉਹ ਮੈਂਬਰ ਨੇ ਕਾਫ਼ੀ ਲੰਬੇ ਸਮੇਂ ਤੋਂ, ਹੁਣ ਤਾਂ ਮੈਨੂੰ ਪਤਾ ਨੀ, ਬਹੁਤ ਤਕੜੇ ਵਿਦਵਾਨ ਹੈ ਤੇ ਉਹ ਅਕਾਲ ਤਖ਼ਤ ਦੀ ਜਿਹੜੀ ਹੈਗੀ ਧਰਮ ਪ੍ਰਚਾਰ ਕੋਲ ਕਮੇਟੀ ਬਣਾਈ ਉਹਦੇ ਉਹ ਮੈਨੂੰ ਜਿੰਨਾ ਕੁ ਪਤਾ ਉਹਦੇ ਮੈਂਬਰ ਹੈਗੇ ਨੇ। ਤੇ ਉਹਨਾਂ ਨੇ ਇੱਕ ਬੜਾ ਪੁਰਾਣਾ ਕੀਤਾ, ਉਹਨਾਂ ਨੇ ਇੱਕ ਸੈਮੀਨਾਰ ਕਰਾਇਆ ਕੰਡਨ ਜਿਹੜਾ ਵੱਡਾ ਗੁਰਦੁਆਰਾ ਹੈਗਾ ਸਿੰਘ ਸਭਾ, ਉੱਥੇ ਸਾਰੀਆਂ ਸੰਸਥਾਵਾਂ ਸੱਦੀਆਂ ਗਈਆਂ, ਟਕਸਾਲ ਦੇ ਸਿੰਘ ਵੀ ਗਏ ਸੀ, ਜਿਹੜਾ ਕਥਾ ਬਾਜ ਮੈਨੂੰ ਉਹਦਾ ਨਾਮ ਭੁੱਲ ਗਿਆ ਸਿੰਘ ਦਾ, ਹਾਂਜੀ ਭਾਈ ਪਰਮਿੰਦਰਪਾਲ ਸਿੰਘ ਬੁੱਟਰ, ਸਾਰੀਆਂ ਗੱਲਾਂ ਬਾਤਾਂ ਹੋਈਆਂ। ਤੇ ਉੱਥੇ ਫਿਰ ਉਹਨਾਂ ਨੇ ਇਹ ਚੈਲੰਜ ਕੀਤਾ ਕਿ ਤੁਸੀਂ ਅਕਾਲ ਤਖ਼ਤ ਦੀ ਮਰਿਆਦਾ ਦਾ ਜਿਹੜੀ ਆ, ਤੁਸੀਂ ਖਰੜੇ ਜਿਹੜੇ ਕਹਿੰਦੇ ਆ ਤੁਸੀਂ, ਉਹ ਸਾਨੂੰ ਸਾਬਤ ਕਰੋ ਕਿ ਅਕਾਲ ਤਖ਼ਤ ਦੀ ਕਿਵੇਂ ਦੀ ਮਰਿਆਦਾ ਆ ਤੇ ਕਦੋਂ ਉਹ ਪਾਸ ਹੋਈ ਹੈ। ਤੇ ਜਿਹੜਾ ਅੱਜ ਯੂਟਿਊਬ ਤੇ ਪਈ ਹੋਈ ਆ ਉਹ ਉੱਥੇ ਮੈਂ ਲਾਈਵ ਵੀ ਦੇਖਿਆ, ਇੱਕ ਵਾਰ ਨੀ ਦੇਖਿਆ, ਮੈਂ ਇਹਨੂੰ ਕਈ ਵਾਰੀ ਦੇਖਿਆ ਤੇ ਸ਼ਾਇਦ ਮੇਰੇ ਸਮਝਣ ਵਿੱਚ ਕੋਈ ਫਰਕ ਹੋਵੇ, ਪਰ ਉਹਨਾਂ ਦੀ ਗੱਲ ਦਾ ਕੋਈ ਜਵਾਬ ਨੀ ਦੇ ਸਕਿਆ, ਕੋਈ ਸਾਬਤ ਨੀ ਕਰ ਸਕਿਆ। ਕੀ ਕਹਿਣਾ ਚਾਹੁੰਦੇ ਇਸ ਸੰਬੰਧ ਵਿੱਚ? ਦੇਖੋ ਪਾਸੇ ਇਹ 'ਚ ਦੋ ਤਰ੍ਹਾਂ ਦੇ ਜਵਾਬ ਹੈਗੇ ਨੇ। ਪਹਿਲਾ ਜਵਾਬ, ਚਲੋ ਜੇ ਅਸੀਂ ਉਹਨੂੰ ਪੰਥਕ ਰਹਿਤ ਮਰਿਆਦਾ ਮੰਨਦੇ ਹਾਂ ਤੇ ਕੀ ਇਹ ਪ੍ਰਚਾਰਕ ਉਸ ਪੰਥਕ ਰਹਿਤ ਬਣਨੀ ਹੈ? ਇਹ ਕਿੱਧਰ ਦੀ ਰਹਿਤ ਮਰਿਆਦਾ ਸਾਡੀ? ਜੇ ਇਹ ਐਡੇ ਹੀ ਰਹਿਤ ਮਰਿਆਦਾ ਦੇ ਪੂਜਣ ਵਾਲੇ ਨੇ, ਜੇ ਇਹ ਐਡੇ ਹੀ ਰਹਿਤ ਮਰਿਆਦਾ ਨੂੰ ਮੰਨਦੇ ਨੇ, ਜਦ ਪ੍ਰੋਫੈਸਰ ਦਰਸ਼ਨ ਸਿੰਘ ਨੇ ਆਪਣੇ 13 ਅੰਗਾਂ 'ਚੋਂ ਅੰਮ੍ਰਿਤ ਤਿਆਰ ਕੀਤਾ, ਇਹ ਕਿਉਂ ਨਾ ਬੋਲੇ? ਇਹ ਸੰਤਾਂ ਮਹਾਂਪੁਰਖਾਂ ਤੇ ਬਹੁਤ ਬੋਲਦੇ ਨੇ, ਦੇਖੋ ਜੀ ਉਹਨੇ ਏਦਾਂ ਕਰਤਾ ਤਾਂ ਤੇ ਰਹੋ ਵਿਚਾਰ, ਉਹਨੇ ਏਦਾਂ ਕਰਤਾ ਤਾਂ ਤੇ ਰਹੋ ਵਿਚਾਰ। ਤੇ ਜਦ ਦਰਸ਼ਨ ਸਿੰਘ ਨੇ ਆਪਣੀ ਅਰਦਾਸ ਬਣਾ ਲਈ ਤੇ ਉਦੋਂ ਇਹਨਾਂ 'ਚ ਕੋਈ ਨਾ ਕੁਛ ਕਿਹਾ ਕੀ? ਰਹਿਤ ਮਰਿਆਦਾ ਸਿਰਫ ਇਹ ਡੇਰਿਆਂ ਤੇ ਲਾਗੂ ਕਰਨਾ ਚਾਹੁੰਦੇ ਨੇ, ਆਪ ਕਿਉਂ ਨਹੀਂ ਉਸ ਰਹਿਤ ਮਰਿਆਦਾ ਨੂੰ ਮੰਨ? ਦੂਜੀ, ਉਹ ਰਹਿਤ ਮਰਿਆਦਾ ਕੋਈ ਪੰਥ ਪ੍ਰਵਾਨਿਤ ਨਹੀਂ ਹੈ, ਉਹ ਤੇ ਖਰੜਾ ਸੀ ਜਿਹਦੇ ਬਾਰੇ ਲਿਖਿਆ ਵੀ ਇੱਕ ਲੰਬੀ ਬਹਿਸ ਤੋਂ ਬਾਅਦ ਕੋਈ ਨਿਰਣੇ ਨਾ ਨਿਕਲ ਸਕਿਆ ਤੇ ਇਹ ਇਸੇ ਤਰ੍ਹਾਂ ਇਹ ਜਿਹੜਾ ਖਰੜਾ ਇਹ ਪਿਆ ਰਿਹਾ। ਬਾਅਦ 'ਚ ਸ਼੍ਰੋਮਣੀ ਕਮੇਟੀ ਕਿਤੇ ਛਾਪਤਾ, ਉਹਦੇ ਉੱਤੇ ਤੇ ਕਿਸੇ ਦੇ ਸਾਈਨ ਵੀ ਨਹੀਂ ਹੈਗੇ, ਨਾ ਅਕਾਲ ਤਖ਼ਤ ਦੀ ਮੋਹਰ ਹੈ।
ਫਿਰ ਉਹਦੇ 'ਚ ਕਈ ਦਫ਼ਾ ਜਿਹੜਾ ਫੇਰ ਬਦਲ ਵੀ ਹੋਇਆ, ਨਾ ਉਹ 'ਤੇ ਕੋਈ ਨਿਹੰਗ ਸਿੰਘ ਜਿੱਥੇ ਬੰਦਿਆਂ ਦੀ ਮੋਹਰ ਹੈ, ਨਾ ਟਕਸਾਲਾਂ ਦੇ ਸਿਗਨੇਚਰ ਨੇ, ਜੇ ਉਹਨੂੰ ਕਿਸੇ ਨੇ ਪ੍ਰਵਾਨ ਹੀ ਨਹੀਂ ਕੀਤਾ ਤਾਂ ਉਹ ਪੰਥਕ ਕਿੱਦਾਂ ਬਣ ਜਾਂਦੀ ਹੈ? ਅਤੇ ਜੋ ਪੰਥਕ ਮਾੜੀ ਮੋਟੀ ਹੈ ਵੀ ਤੁਹਾਡੇ ਹਿਸਾਬ ਨਾਲ, ਜਿਹੜਾ ਜਿਹੜੇ ਰੌਲਾ ਪਾਉਂਦੇ ਨੇ ਪੰਥਕ ਰਹਿਤ ਮਰਿਆਦਾ ਦਾ, ਉਹ ਤਾਂ ਆਪ ਨਹੀਂ ਉਸ ਰਹਿਤ ਮਰਿਆਦਾ ਨੂੰ ਮੰਨਦੇ ਪਏ। ਤੁਸੀਂ ਜਿੱਦਾਂ ਭਾਈ ਸਾਹਿਬ ਜੀ ਮੋਹਰ ਦੀ ਗੱਲ ਕਰਦੇ ਹੋ ਤੇ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਨਾ ਤਾਂ ਅਕਾਲ ਤਖ਼ਤ ਦੀ ਤੇ ਮੋਹਰ ਲੱਗੀ ਹੋਈ ਹੈ, ਨਾ ਹੀ ਸ਼੍ਰੋਮਣੀ ਕਮੇਟੀ ਦੀ ਕੋਈ ਮੋਹਰ ਆ। ਉੱਥੇ ਸਿਰਫ ਦਰਬਾਰ ਜਿਹੜੇ ਇਕੱਠੇ ਹੁੰਦੇ ਰਹੇ ਆ ਵਾਰ ਵਾਰ, ਕਿੰਨੇ ਹੋਏ ਕਿੰਨੇ ਨਹੀਂ ਹੋਏ, ਅਖੀਰ ਵਾਰੀ ਤਾਂ ਮੈਂ ਸੁਣਿਆ ਜੋ ਪੜ੍ਹਿਆ ਵੀ ਹੈਗਾ ਤੇ ਸਿਰਫ 3 ਜਣੇ ਰਹਿ ਗਏ ਸੀਗੇ ਤੇ ਬਾਕੀ ਆਏ ਨੱਸੇ। ਉਹ ਵੀ ਖਰੜਾ ਜਿਹੜਾ ਉਹਨਾਂ ਨੇ ਤਿਆਰ ਕਰਕੇ ਲਾਗੂ ਕਰ ਦਿੱਤਾ। ਪਰ ਇੱਕ ਹੁਣ ਇੱਥੇ ਗੱਲ ਹੋਰ ਹੈ, ਜਦੋਂ ਅਕਾਲ ਤਖ਼ਤ ਦੀ ਮਰਿਆਦਾ ਨੂੰ ਇਹ ਬਹੁਤ ਪਹਿਲ ਦਿੰਦੇ ਆ ਤੇ ਚਲੋ ਆਪਾਂ ਮੰਨ ਵੀ ਲੈਣੇ ਤੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਮੰਨਦੇ ਆ, ਤੇ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਨਾਲ ਤੁਸੀਂ ਗੱਲ ਕੀਤੀ ਆ ਕਿ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਇੱਦਾਂ ਕਰਿਆ ਤਾਂ ਇਹ ਉਹਦਾ ਖਿਲਾਫ਼ ਵੀ ਨਹੀਂ ਉਹਦੇ ਬੋਲੇ ਹੈ, ਸਗੋਂ ਹੋਇਆ ਕੀ, ਸਾਡੇ ਕੋਲ ਵੀਡੀਓ ਆ, ਸਾਡੇ ਕੋਲ ਇਹਦੀ ਫੋਟੋ ਆ, ਇਹਦੀ ਆਵਾਜ਼ ਹੈ, ਸਾਰਾ ਕੁਛ ਇਹਦਾ ਆ। ਉਹਨਾਂ ਨੇ ਕਿਹਾ ਕਿ ਝੋਗ ਲਵਾਉਣ ਦਾ ਢੌਂਗ, ਜਦਕਿ ਉਸ ਮਿਰਜ ਰਹਿਤ ਪ੍ਰਵਾਨ ਕਰਾਉਣ ਲਈ ਦੁਕਾਨ ਭੇਟ ਕਰੋ। ਇਹ ਹੁਣ ਹੌਲੀ ਹੌਲੀ ਉਹ ਲੁਬੜਦੀ ਹੈ, ਮਾਰੇ ਵੀ ਭੁੱਖ ਲੱਗਦੀ, ਗਰਜਦੇ ਦੀਆਂ ਗੱਲਾਂ ਜਿਹੜੀਆਂ ਹੈਗੀਆਂ, ਤੇ ਫਿਰ ਸਭ ਤੋਂ ਇੱਦਾਂ ਦੇ ਝੋਂਕ ਵਾਲੀ ਗੱਲ ਕਰਦੇ ਆ ਤੇ ਇਹ ਸੋਚਦੇ ਨੀ ਹੈ ਤੇ ਜਿਹੜੀ ਐਡਾ ਵੱਡਾ ਖਾਲਸਾ ਪੰਥ ਹੈ, ਐਡੀ ਵੱਡੀ ਸਿੱਖ ਕੌਮ ਆ, ਮੇਰੇ ਇੱਕ ਵਿਅਕਤੀ ਵੱਲੋਂ ਕੋਈ ਐਸੀ ਬਿਨਾਂ ਸੋਚੇ ਸਮਝੇ ਕੋਈ ਏਦਾਂ ਦਾ ਲਫ਼ਜ਼ ਮੈਂ ਜਿਹੜਾ ਵਰਤ ਰਿਹਾ ਇਹਦੇ ਨਾਲ ਮਨਾਂ ਨੂੰ ਠੇਸ ਪਹੁੰਚੂਗੀ। ਕੋਈ ਇੱਕ ਗੱਲ ਕਰਨ ਦਾ ਤਰੀਕਾ ਹੁੰਦਾ, ਹਾਂਜੀ ਹਾਂਜੀ, ਫਿਰ ਇਹਨੂੰ ਪੁੱਛਣ ਸਵਾਲ ਪੁੱਛਣ ਵਾਲੇ ਆ ਪਿੱਛੇ ਜਾ ਕੇ, ਇੱਥੇ ਇਹਨਾਂ ਦੀ ਹੁਣ ਵੀਡੀਓ ਵੀ, ਇੱਥੇ ਇੱਕ ਮੀਡੀਆ ਨੇ ਇਹਨਾਂ ਦੀ ਕੀਤੀ ਇੰਟਰਵਿਊ, ਹਾਂਜੀ, ਵਿੱਚ ਉਹਨੂੰ ਕਰਦੇ ਆ, ਭਾਈ ਸਾਹਿਬ ਜੀ ਤੁਹਾਡਾ ਬਹੁਤ ਤੁਹਾਡੀ ਦੂਸਰੀ ਹੈਗੀ ਆ ਸਹਿਣ ਸ਼ਕਤੀ ਤੁਹਾਡੇ ਵਿੱਚ, ਤੁਹਾਨੂੰ ਕੋਈ ਕੁਛ ਵੀ ਕਹੇ ਤੁਸੀਂ ਬੋਲਦੇ ਨੀ ਹੈਗੇ, ਸਾਰ ਨੀ ਦਿੰਦੇ, ਉਹ ਸਾਨੂੰ ਗਾਲਾਂ ਵੀ ਕੱਢਦੇ ਆ। ਤੇ ਫਿਰ ਇਹ ਆਪਣੇ ਹੁਬ ਹੁਬ ਕਿਸੇ ਵਿੱਚ ਖੜੇ ਹੋ ਕੇ ਹਾਫ ਕਹਿੰਦੇ ਸ਼ਹਿਰ ਚ ਮਿਲਤਾ ਰਿਹਾ, ਤੇ ਗੱਲ ਉਹ ਕਰਦੀ ਆ ਜਿਹੜੀਆਂ ਸਿੱਖ ਹੈਰ ਦੇ ਬਲੂ ਕਰਕੇ ਰੱਖਦੇ। ਭਾਈ ਸਾਹਿਬ ਦੇਖੋ, ਜਿਹੜੇ ਜਿਹੜੇ ਗੁਰੂ ਕੇ ਸਿੱਖ ਨੇ ਨਾ, ਹਾਂਜੀ ਦੇਖੋ, ਲਾਓ ਭੋਗ ਹਰਾ ਤੁਸੀਂ ਜਿਹੜੀ ਪੰਕਤੀ ਪੜ੍ਹੀ, ਜਿਹੜੇ ਗੁਰੂ ਕੇ ਸਿੱਖ ਨੇ ਉਹ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣਦੇ ਨੇ, ਹਾਜ਼ਰ ਨਾਜ਼ਰ ਜਾਣ ਕੇ ਗੁਰੂ ਸਾਹਿਬ ਨੂੰ, ਉਹ ਗੁਰੂ ਸਾਹਿਬ ਨੂੰ ਭੋਗ ਲਵਾਉਂਦੇ ਨੇ। ਦੇਖੋ ਇਹ ਸਾਡੀ ਗੁਰੂ ਸਾਹਿਬ ਤੋਂ ਚੱਲੇ ਆ ਰਹੀ ਜਿਹੜੀ ਪਰੰਪਰਾ ਹੈ। ਹੁਣ ਇੱਕ ਸਾਡੇ ਨਾਲ ਵੀ ਟਕਰਿਆ ਸੀ ਇਸੇ ਤਰ੍ਹਾਂ ਦਾ ਇੱਕ ਗ੍ਰੰਥੀ ਸਿੰਘ, ਸਾਨੂੰ ਕਹਿੰਦਾ ਜੀ ਤੁਸੀਂ ਗਿਆਨੀ ਜੀ ਤੁਸੀਂ ਆਖਿਆ ਭੋਗ ਲਵਾਓ, ਅਤੇ ਕੀ ਮਹਾਰਾਜ ਜ਼ੁਬਾਨ ਹੈਗੀ ਜਿਹੜੀ ਭੋਗ ਲਾਉਂਦੀ ਹੈ ਕੜਾਹ ਪ੍ਰਸ਼ਾਦ ਨੂੰ, ਤਾਂ ਅਸੀਂ ਕਿਹਾ ਸਿੰਘਾਂ ਸ਼ਾਮ ਦੇ ਦਿਮਾਗ 'ਚ ਤੇਰਾ ਜਵਾਬ ਦੇਵਾਂਗੇ। ਕਹਿੰਦਾ ਲੋਕ ਤਾਂ ਕਹਿੰਦੇ ਵੀ ਗੁਰਪ੍ਰੀਤ ਸਿੰਘ ਫੜੇ ਪਏ ਜਵਾਬ ਦਿੰਦਾ, ਮੈਂ ਕਿਹਾ ਹਰ ਗੱਲ ਦਾ ਜਵਾਬ ਨਹੀਂ ਹੁੰਦਾ। ਸ਼ਾਮੀ ਉਹ ਜਦੋਂ ਦੇਗ ਲੈ ਕੇ ਸਾਡੀ ਕਥਾ ਚੱਲਦੀ ਤੇ ਮੈਂ ਸਿੰਘ ਨੂੰ ਕਿਹਾ ਸਿੰਘ ਵੀ ਦੇਗ ਰੱਖ ਕੇ ਸਾਹਮਣੇ ਬਹਿ ਜਾ। ਮੈਂ ਸੰਗਤ ਨੂੰ ਕਿਹਾ ਵੀ ਸਿੰਘ ਸਾਹਿਬ ਨੇ ਸਾਨੂੰ ਸਵਾਲ ਕੀਤਾ ਹੈ ਵੀ ਇਹ ਜੋ ਗੁਰੂ ਸਾਹਿਬ ਨੂੰ ਭੋਗ ਲਵਾਉਂਦੇ ਕੀ ਗੁਰੂ ਸਾਹਿਬ ਦੀ ਜ਼ੁਬਾਨ ਹੈ? ਅਸੀਂ ਕਿਹਾ ਅਸੀਂ ਭਾਈ ਸਾਨੂੰ ਸਵਾਲ ਕਰਦੇ ਜਿਹੜੇ 5-5, 10-10 ਰੁਪਏ ਲੈ ਕੇ ਗੁਰੂ ਸਾਹਿਬ ਨੂੰ ਅਰਦਾਸਾਂ ਕਰਦੇ ਕਿ ਗੁਰੂ ਸਾਹਿਬ ਦੇ ਕੰਨ ਹੈ ਨੇ? ਫਿਰ ਜੇ ਜ਼ੁਬਾਨ ਨਹੀਂ ਹੈ ਤੁਸੀਂ ਕੰਨ ਕਿਵੇਂ ਮੰਨਦੇ ਹੋ? ਅਰਦਾਸ ਕਰਾਉਣ ਲੱਗੇ ਮਾਰੇ ਤੇ ਕੰਨ ਨਿਕਲ ਆਉਂਦੇ ਆ, ਤੇ ਭੋਗ ਲਵਾਉਣ ਲੱਗੇ ਮਾਰੇ ਜ਼ੁਬਾਨ ਕਿੱਥੇ ਚੱਲ ਜਾਂਦੀ? ਫਿਰ ਗੁਰੂ ਪਿਆਰਿਓ ਇਹ ਸਾਰੀ ਹੈ ਜਿਹੜੀ ਹੁੰਦੀ ਭਾਵਨਾ, ਸਾਡਾ ਗੁਰੂ ਹਾਜ਼ਰ ਨਾਜ਼ਰ ਹੈ, ਸਾਡਾ ਗੁਰੂ ਸਰਬ ਕਲਾ ਸਮਰੱਥ ਹੈ। ਸਤਿਗੁਰ ਦੀ ਬਾਣੀ, ਸਤਿਗੁਰ ਦੀ ਬਾਣੀ ਦਾ ਉਦੇਸ਼ ਹੈ ਬਾਣੀ ਪ੍ਰਭ ਕੀ ਸਭ ਕੋ ਬੋਲੇ, ਬਸ ਡੋਲਾ ਕਦੋਂ ਡੋਲੇ, ਹਾਂਜੀ ਹਾਂਜੀ, ਜੇ ਬਾਣੀ ਬੋਲਦੀ ਆ ਤਾਂ ਉਹ ਫਿਰ ਇਹਨਾਂ ਨੂੰ ਉਹ ਰਤਨਾ ਦੀ ਸਮਝ ਨਹੀਂ ਲੱਗਦੀ। ਦੇਖੋ ਦੂਜੀ ਗੱਲ, ਕਿਉਂਕਿ ਇਹ ਗੁਰਗ੍ਰੰਥ ਸਾਹਿਬ ਜੀ ਕਿਤਾਬ ਮੰਨਦੇ ਨੇ, ਇਹ ਨਹੀਂ ਮੰਨਦੇ ਕਿ ਪੋਥੀ ਪਰਮੇਸ਼ਰ ਕਾ ਥਾਨ, ਪਰਮੇਸ਼ਰ ਦੀ ਪ੍ਰਥਾ ਸੰਸਾਰ ਤੇ ਅਵਤਰਿਤ ਹੋਈ ਹੈ। ਇਸ ਗੱਲ ਨੂੰ ਇਹਨਾਂ ਅਕੀਦਾ ਹੀ, ਇਹ ਤੇ ਰੁਮਾਲੇ ਵੀ ਬੜੇ ਵੱਧੇ ਰੁੱਧੇ ਪਾਉਂਦੇ ਨੇ। ਹੁਣ ਮੈਂ ਜਿਹੜੀ ਬੇਨਤੀ ਕਰਦਾ ਤੁਹਾਨੂੰ, ਜਿਹੜਾ ਪ੍ਰਚਾਰਕ ਆਇਆ ਹੋਇਆ, ਅਸੀਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀਗੀ ਵੀ ਇੱਕ ਪਾਸੇ ਉਹ ਸੰਪਰਦਾਵਾਂ ਜਿਹੜੀਆਂ ਗੁਰੂ ਸਾਹਿਬ ਤੋਂ ਲੈ ਕਰਕੇ ਹੁਣ ਤੱਕ ਚੱਲੀਆਂ ਆ ਰਹੀਆਂ ਸਾਡੀਆਂ ਰਵਾਇਤਾਂ, ਨਿਹੰਗ ਸਿੰਘ ਜਥੇਬੰਦੀਆਂ, ਨਿਰਮਲੇ ਉਦਾਸੀ, ਦਮਦਮੀ ਟਕਸਾਲਾਂ, ਇਹ ਗੁਰੂ ਕਾਲ ਤੋਂ ਚੱਲੀਆਂ ਆ ਰਹੀਆਂ ਨੇ। ਇਹਨਾਂ ਨੇ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਸਭ ਕੁਛ ਵਰਤਾਰਾ ਹੁੰਦਾ ਵੇਖਿਆ, ਉਹ ਇੰਨ ਭਿੰਨ ਲੈਂਦੇ ਆ ਰਹੇ ਨੇ, ਸਾਡੇ ਬਾਣੇ ਉਹ ਚੱਲੀ ਜਾ ਰਹੇ ਨੇ। ਅਤੇ ਜਿਹੜਾ ਕੱਲ੍ਹ ਦਾ ਜੰਮਿਆ, ਜਿਹੜਾ ਆਪਣੇ ਪਿਓ ਦਾ ਨਾਂ ਨਹੀਂ ਸਟੇਜ 'ਤੇ ਬਹਿ ਕੇ ਦੱਸ ਸਕਦਾ, ਜਿਹਨੂੰ ਪਿੱਛੇ ਤੇਰਾ ਪੁਰਾਣਾ ਨਾਂ ਕੀ, ਆਪਣਾ ਪੁਰਾਣਾ ਨਾਂ ਨਹੀਂ ਦੱਸ ਸਕਦਾ, ਜਿਹੜਾ ਪਹਿਲੀ ਪੀੜ੍ਹੀ ਦਾ ਸਿੱਖ ਹੈ, ਉਹ ਸਾਨੂੰ ਇਹ ਦੱਸ ਰਿਹਾ ਕਿ ਸਾਡੇ ਜਿਹੜੇ ਪਿਤਾ ਪੁਰਖੀ ਰਵਾਇਤਾਂ ਉਹ ਗਲਤ ਨੇ। ਹੁਣ ਤੁਹਾਡੇ ਘਰ ਦੇ ਵਿੱਚ ਕੋਈ ਬਾਹਰੋਂ ਆਇਆ ਹੋਵੇ ਤੇ ਆ ਕੇ ਤੁਹਾਡੇ ਪੁੱਤਰਾਂ ਦਾ ਮਾਰੇ ਹੱਕ ਤੇ ਕੋਈ ਹਿੱਸਾ ਚਾਹੀਦਾ, ਤੁਸੀਂ ਕੋਈ ਕੱਲ੍ਹ ਦੀ ਜੰਮੀ ਦੇ ਸਿਵਿਆਂ ਚੱਦ ਭਾਲਦੀ ਹੈ,
ਇਹਨਾਂ ਦੀ ਇਹ ਹਾਲਾਤ ਹੈ, ਇੱਕ ਤਾਂ 96 ਦੀ ਪੈਦਾ ਹੋਈ ਜਿਹੜੀ ਇਹ ਪੈਦਾਇਸ਼ ਸਾਰੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਾਲੇ। ਮੈਂ ਇੱਕ ਹੋਰ ਬੇਨਤੀ ਕਰ ਦੇਵਾਂ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦਾ ਸ਼ਹੀਦ ਸਿੰਘ ਮਿਸ਼ਨਰੀ ਕਾਲਜ ਨਾਲ ਕੋਈ ਲੈਣ ਦੇਣ ਨਹੀਂ ਹੈ। ਇਹ 96 'ਚ ਆਏ ਨੇ ਜਦੋਂ ਬੇਅੰਤ ਸਿੰਘ ਸੋਧਿਆ ਗਿਆ। ਉਹਦੇ ਬਾਅਦ ਸਰਕਾਰ ਨੇ ਵੇਖਿਆ ਵੀ ਸਿੱਖਾਂ ਨੂੰ ਖਤਮ ਕਿਵੇਂ ਕਰਨਾ, ਤਰੀਕਾ ਇੱਕੋ, ਸਿੱਖਾਂ ਕੋਲ ਬਾਣੀ ਬਾਣਾ ਖੋਵੋ। ਉਹਦੇ ਵਾਸਤੇ ਇਹਨਾਂ ਦੇਖਿਆ ਜਿਹੜੀ ਸਾਡੀ ਸੰਪਰਦਾ ਚੱਲਦੀ ਬੜੀ, ਜਿੱਥੋਂ ਰਾਗੀ ਸਿੰਘ ਤਿਆਰ ਹੋ ਰਹੇ ਪ੍ਰਚਾਰਕ, ਉਹ ਅਸੀਂ ਸ਼ਹੀਦ ਸਿੰਘ ਮਿਸ਼ਨਰੀ ਕਾਲਜ ਉਹਦੇ ਸਾਹਮਣੇ ਇਹਨਾਂ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਬਣਾ ਤਾ ਨਕਲੀ। ਹੁਣ ਜਿਵੇਂ 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 ਪ੍ਰਚਾਰਕ ਆਇਆ, ਇਹਨੇ ਬਾਣਾ ਤੇ ਪਾਇਆ ਸੰਤਾਂ ਵਾਲਾ, ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀ, ਫਿਰ ਚਿੱਟੇ ਕੱਪੜੇ ਕਰ ਤੋਂ ਪਾਣਾ ਵੀ ਨਾ ਪਈ ਤੂੰ ਪਾਇਆ ਕਰ। ਇਹ ਅਸਲ ਦੇ ਵਿੱਚ ਕਿਸੇ ਧਰਮ ਨੂੰ ਖਤਮ ਕਰਨਾ ਹੋਵੇ ਨਾ, ਜਿਵੇਂ ਅੱਜ ਚਰੋਕੀ ਸਾਡੇ ਅਮੈਰੀਕਨ ਜਿਹੜੇ ਅਸਲੀ ਇੰਡੀਅਨ ਨੇ ਨੇਟਿਵ ਅਮੈਰੀਕਨ, ਉਹਨਾਂ ਨੂੰ ਖਤਮ ਕਰਨ ਵਾਸਤੇ ਗੋਰਿਆਂ ਨੇ ਉਹਨਾਂ ਦੇ ਕੋਲ ਇਤਿਹਾਸ ਖੋ ਲਿਆ, ਉਹਨਾਂ ਦੀਆਂ ਪਰੰਪਰਾਵਾਂ ਖੋ ਲਈਆਂ, ਤੇ ਅੱਜ ਉਹਨਾਂ ਦੇ ਕੋਲ ਕੱਖ ਨਹੀਂ ਆਪਣੇ ਬੱਚਿਆਂ ਨੂੰ ਦੇਣ ਨੂੰ। ਜਦ ਸਾਡੇ ਕੋਲ ਸਾਡਾ ਇਤਿਹਾਸ ਖੋਇਆ ਜਾਏਗਾ, ਸਾਡੀਆਂ ਪਰੰਪਰਾਵਾਂ ਖੋਈਆਂ ਜਾਣਗੀਆਂ, ਤੇ ਸਾਡੇ ਕੋਲ ਬੱਚਿਆਂ ਨੂੰ ਦੇਣ ਨੂੰ ਕੀ ਹੈ? ਅਸੀਂ ਗੁਰੂ ਕਾਲ ਤੋਂ ਗੁਰੂ ਸਾਹਿਬ ਅੱਜ ਸਾਨੂੰ ਦੱਸਣਗੇ ਵੀ ਅਸੀਂ ਆਪਣੀਆਂ ਪਰੰਪਰਾਵਾਂ ਕਿਵੇਂ ਨਿਭਾਉਣੀਆਂ ਨੇ, ਇਹ ਕਿਵੇਂ ਹੋ ਸਕਦਾ? ਬਿਲਕੁਲ ਭਾਈ ਸਾਹਿਬ ਜੀ, ਜਿੱਦਾਂ ਦਾ ਸਵਾਲ ਸਾਡੇ ਕੋਲ ਬਹੁਤ ਹੈ, ਮੈਂ ਇਹਨਾਂ ਦੇ ਹੀ ਜ਼ਬਾਨ ਤੋਂ ਕਈ ਹੋਈ ਜੋ ਇਹਨਾਂ ਦੀਆਂ ਵੀਡੀਓ ਆ ਜੋ ਯੂਟਿਊਬ ਤੇ ਪਈਆਂ ਹੋਈਆਂ, ਜਿਹੜੇ ਸਾਨੂੰ ਵਾਰ ਵਾਰ ਪੁੱਛਦੇ, ਮੈਨੂੰ ਵੀ ਫੋਨ ਕਰਦੇ ਆ ਮਾਰ ਮੇਰੇ, ਜਦੋਂ ਮੈਂ ਉਹ ਬੇਨਤੀ ਕੀਤੀ ਤੁਹਾਡੇ ਨਾਲ ਵੀਡੀਓ ਪਾਈ ਇੱਕ, ਬਈ ਅਸੀਂ ਇਹਨਾਂ ਵਿਚਾਰ ਕਰਨੇ ਚਾਹੁੰਦੇ ਆ, ਗੱਲ ਕਰੋ। ਹਾਂਜੀ ਹਾਂਜੀ, ਸਾਨੂੰ ਬੜੇ ਕਾਇਦੇ ਕਾਨੂੰਨ ਦੱਸਦੇ ਆ, ਤੂੰ ਰੇਡੀਓ ਚਲਾਉਣਾ, ਤੈਨੂੰ ਪਤਾ ਹੋਣਾ ਚਾਹੀਦਾ ਡਿਬੇਟ ਦਾ ਕੀ ਆ। ਜਿਹੜੇ ਕੱਲ ਇੱਥੇ ਖੱਜਰ ਦਾ ਮੂੰਹ ਘੜਾਈ ਫਿਰਦੇ ਸੀਗੇ, ਹਜੇ ਉਹਨਾਂ ਨੇ ਅਮਲ ਨੀ ਛੱਡਿਆ, ਹਜੇ ਕੋਈ ਗੱਲ ਨੀ ਕੋਈ ਬਾਤ ਨੀ, ਤੇ ਉਹ ਮੱਥਾ ਲਾਉਣ ਲੱਗੇ ਹੋਏ ਆ ਗੁਰਮਤਿ ਦੀ ਉਸ ਕਸਵੱਟੀ ਦੇ ਉੱਤੇ ਆ ਕੇ ਗੱਲ ਕਰਨ ਲੱਗੇ ਹੋਏ ਆ। ਮੇਰਾ ਖਿਆਲ ਤਾਂ ਉਹ ਨਿਤ ਨੇ ਵੀ ਆਪਣਾ ਪੂਰਾ ਨੀ ਕਰਦੇ ਹੋਣੇ ਕਦੇ। ਹਾਂਜੀ ਹਾਂਜੀ ਹਾਂਜੀ, ਅਗਲੀ ਗੱਲ ਕੱਚੀ ਲੱਸੀ ਦੀ ਗੱਲ ਕਰਦੇ ਆ, ਦਰਬਾਰ ਸਾਹਿਬ ਦੇ ਵਿੱਚ ਕੱਚੀ ਲੱਸੀ ਦੇ ਨਾਲ ਇਸ਼ਨਾਨ ਕਰਾਇਆ ਜਾਂਦਾ ਰੋਜ਼ਾਨਾ। ਹਾਂਜੀ, ਇਹਨਾਂ ਨੂੰ ਪਤਾ ਕਿ ਦਰਬਾਰ ਸਾਹਿਬ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਕਿਸ ਤਰੀਕੇ ਨਾਲ ਜੁੜੀਆਂ ਹੋਈਆਂ। ਹਾਂਜੀ, ਜਿਹੜੇ ਹੋਰ ਇਤਿਹਾਸਕ ਗੁਰਦੁਆਰੇ ਜਿੱਥੇ ਲੱਖਾਂ ਲੋਕ ਆ ਕੇ ਲਾ ਕੇ ਮੱਥਾ ਟੇਕਦੇ ਆ, ਉੱਥੇ ਕੱਚੀ ਲੱਸੀ ਦਾ ਇਸ਼ਨਾਨ ਕਰਾਇਆ ਜਾਂਦਾ। ਹਾਂਜੀ ਹਾਂਜੀ, ਪਿੱਛੇ ਜਿਹੜੀ ਗੱਲਬਾਤ ਆ, ਮੇਰੇ ਕੋਲ ਬਹੁਤ ਵੱਡਾ ਲੇਖ ਪਿਆ, ਇੱਕ ਜਿਹੜਾ ਸਾਇੰਸ ਦੀ ਕੋਈ ਪੜ੍ਹਾਈ ਕਰਨ ਵਾਲਾ ਸੱਜਣ ਹੈ ਫਤਿਹਗੜ੍ਹ ਸਾਹਿਬ ਤੋਂ। ਹਾਂਜੀ ਹਾਂਜੀ, ਉਹਨੇ ਇਹਦਾ ਸਾਰਾ ਦੱਸਿਆ ਤੇ ਇਹਦਾ ਕੀ ਮਤਲਬ ਹੈ, ਕੀ ਕਹਾਣੀ ਆ, ਇਹਦੇ ਨਾਲ ਉੱਲੀ ਨੀ ਪੈਂਦੀ ਉਸ ਜਗ੍ਹਾ ਨੂੰ, ਬਹੁਤ ਸਾਰੇ ਕੀਟਨਾਸ਼ਕ ਇਹਦੇ ਵਿੱਚ ਇਹੋ ਜਿਹੀ ਚੀਜ਼ ਬਣ ਜਾਂਦੀ ਹੈ ਜਿਹੜੇ ਉੱਤੇ ਕੀੜੇ ਮਕੌੜੇ ਨੀ ਪੈਦਾ ਹੋ ਸਕਦੇ। ਹਾਂਜੀ ਹਾਂਜੀ, ਬਹੁਤ ਸਾਰੀਆਂ ਉਹਨੇ ਗੱਲਾਂ ਦੱਸੀਆਂ, ਤੇ ਇਹ ਜਿਹੜਾ ਕੱਚੀ ਲੱਸੀ ਦਾ ਇਹਨਾਂ ਨੇ ਕਿਹਾ ਗੰਦੀ ਕਹਾਣੀ, ਬੇਸ਼ੱਕ ਇਹ ਕੱਚੀ ਲੱਸੀ ਨੂੰ ਹੀ ਨੀ ਕੋਈ ਗੱਲ ਦੱਸਣੀ ਆ, ਇਹ ਕਹਿਣ ਤੇ ਕੱਚੀ ਲੱਸੀ ਦਾ ਇਸ਼ਨਾਨ ਕਰਾਉਣ ਦਾ ਭਾਈ ਠੀਕ ਨੀ ਹੈ, ਬੰਦਾ ਕੋਈ ਲਫ਼ਜ਼ ਇਸ ਤਰੀਕੇ ਨਾਲ ਵਰਤਦਾ। ਹਾਂਜੀ, ਇਹਦੇ ਉੱਤੇ ਜੋ ਲਿਖਿਆ ਆ ਕੱਚੀ ਲੱਸੀ ਦਾ ਪਖੰਡ ਤੇ ਗੰਦੀ ਕਹਾਣੀ। ਹਾਂਜੀ, ਇਹ 2, 4, 5, 10, 20, 50, 100 ਨਾਲ ਮੰਨਦਾ ਹੋਊਗਾ ਕਿੰਨੀ ਵੱਡੀ ਸਿੱਖ ਕੌਮ ਆ। ਹਾਂਜੀ ਜੀ, ਇਹਨਾਂ ਨੂੰ ਪਤਾ ਨੀ ਕਿ ਮਗਰ ਏਦਾਂ ਦੀ ਗੱਲ ਲੈ ਕੇ ਜਿੱਥੇ ਭਾਵਨਾਵਾਂ ਸਿੱਖਾਂ ਦੀਆਂ ਉਹਨਾਂ ਧਾਰਮਿਕ ਸਥਾਨਾਂ ਦੇ ਨਾਲ ਜੁੜੀਆਂ ਹੋਈਆਂ, ਕੱਚੀ ਲੱਸੀ ਦੀ ਗੰਦੀ ਕਹਾਣੀ ਕਹਿ ਕੇ ਤੁਸੀਂ ਉਹਦੇ ਆਧਾਰ ਨੂੰ ਖਤਮ ਕਰ ਰਹੇ ਆ ਤੇ ਉਹ ਸਫਾਈ ਵਾਸਤੇ ਆ, ਕਿਆ ਉਹ ਵਹਿਮ ਆ? ਤੁਸੀਂ ਕੋਈ ਪ੍ਰੂਫ ਤਾਂ ਕਰੋ, ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਤੋਂ? ਭਾਈ ਸਾਹਿਬ ਜੀ, ਮੈਂ ਇਹਨਾਂ ਨੂੰ ਅਕਸਰ ਪੁੱਛਦਾ ਹੁੰਦਾ ਜੀ ਕਿ ਜਾਂ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਜਾਂਦੇ ਹੋ, ਜੋੜੇ ਘਰ ਦੇ ਸੱਜੇ ਹੱਥ ਇੱਕ ਬਿਲਡਿੰਗ ਬੜੀ ਵੱਡੀ ਜਿਹਨੂੰ ਅਸੀਂ ਗੁਰਾਮਦਾਸ ਲੰਗਰ ਕਹਿੰਦੇ ਹਾਂ, ਇਹ ਕਹਿੰਦੇ ਜੀ ਲੱਸੀ ਕਿਸੇ ਗਰੀਬ ਦੇ ਮੂੰਹ 'ਚ ਪੈ ਸਕਦੀ ਹੈ, ਕਿਸੇ ਦਾ ਢਿੱਡ ਭਰ ਸਕਦਾ, ਡੋਲ ਕੇ ਖਰਾਬ ਕਰ ਦਿਓ। ਬੰਦਾ ਪੁੱਛੇ ਵੀ ਕਮਲਿਓ, ਲੱਖਾਂ ਪੁਰਾਣੇ ਜਿਹੜੇ ਉੱਥੇ ਅੰਮ੍ਰਿਤ ਲੰਗਰ ਛਕਦੇ ਨੇ, ਤੁਸੀਂ ਉਹਨਾਂ ਦੀ ਕਦੀ ਗੱਲ ਕੀਤੀ ਹੈ? ਤੁਹਾਨੂੰ ਉਹ 1.5 ਕਿਲੋ ਦੁੱਧ ਤੁਹਾਨੂੰ ਚੁੱਭਦਾ ਹੈ, ਗੱਲ ਲੱਸੀ ਦੀ ਨਹੀਂ ਹੈ, ਗੱਲ ਇਹ ਹੈ ਵੀ ਸਾਡੀ ਰਵਾਇਤਾਂ ਖੰਡਨ ਕਰਨ ਦੀ। ਔਰ ਮੈਂ ਇਹਨਾਂ ਨੂੰ ਪੁੱਛਿਆ ਕਿ ਸਰੋਵਰ ਕੀ ਸ੍ਰੀ ਦਰਬਾਰ ਸਾਹਿਬ ਦਾ ਹੀ ਹੈ, ਲੱਸੀ ਨਾਲ ਸ੍ਰੀ ਦਰਬਾਰ ਸਾਹਿਬ ਇਸ਼ਨਾਨ ਕਰਾਇਆ ਜਾਂਦਾ, ਤਰਨ ਤਾਰਨ ਦੀ ਗੱਲ ਕਿਉਂ ਨਹੀਂ ਕਰਦੇ, ਬਾਕੀ ਸਥਾਨਾਂ ਦੀ ਗੱਲ ਕਿਉਂ ਨਹੀਂ ਕਰਦੇ? ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਸਿੱਖ ਦੀ ਭਾਵਨਾਵਾਂ ਜੁੜੀ ਹੋਈ ਹੈ, ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਸਿੱਖ ਆਤਮਿਕ ਤੌਰ 'ਤੇ ਜੁੜਿਆ ਹੋਇਆ ਹੈ। ਜੇ ਤਾਂ ਉੱਥੇ ਸੁੱਚੇ ਦੁੱਧ ਨਾਲ ਹੀ ਦੇ ਜੇ ਥੜਾ ਧੋਤਾ ਜਾਵੇ ਸਾਡੇ ਵਾਸਤੇ, ਉਹ ਵੀ ਘੱਟ ਹੈ, ਕਿਉਂਕਿ ਉਹ ਉਸ ਗੁਰੂ ਦਾ ਸਥਾਨ ਹੈ ਜਿਸ ਗੁਰੂ ਨੇ ਉੱਥੇ ਬਹਿ ਕੇ ਉਹਦੀ ਤਿਆਰੀ ਕਰਵਾਈ ਹੈ, ਜਿਸ ਗੁਰੂ ਨੇ ਆਪ ਇੱਟਾਂ ਚੱਕ ਕੇ ਉੱਥੇ ਲਾਈਆਂ ਨੇ, ਜਿਸ ਗੁਰੂ ਨੇ ਆਪ ਮਿੱਟੀ ਢੋਈ ਹੈ, ਬਾਬੇ ਬੁੱਢੇ ਜੀ ਵਰਗਾ ਬ੍ਰਹਮ ਗਿਆਨੀ ਜਿੱਥੇ ਜਿਹੜਾ ਉੱਥੇ ਸੇਵਾ ਕਰਦਾ ਰਿਹਾ ਹੈ, ਇਹ ਉਹ ਸਥਾਨ ਹੈ। ਇਹ ਤਾਂ 1.5 ਕਿਲੋ ਦੁੱਧ ਦੀ ਕੱਚੀ ਲੱਸੀ ਬਣਾ ਕੇ ਧੋਤੀ ਜਾਂਦੀ ਤਾਂ ਅਸੀਂ ਸਾਇੰਟਿਫਿਕ ਪ੍ਰੂਫ ਲੱਭਦੇ ਫਿਰਦੇ ਹਾਂ। ਇਹਨਾਂ ਨਾਲੋਂ ਤਾਂ ਇੱਕ ਹਿੰਦੂ ਔਰਤ 100 ਦਰਜੇ ਚੰਗੀ ਹੈ, ਉਹਨੂੰ ਪੁੱਛੋ ਵੀ ਸੰਧੂਰ ਕਿਉਂ ਲਾਉਣੀ ਹੈ, ਉਹ ਕਹਿੰਦੀ ਮੇਰੇ ਪਤੀ ਦੀ ਨਿਸ਼ਾਨੀ ਹੈ, ਸਿਆਪਾ ਖਤਮ, ਉਹ ਕਿਸੇ ਦਲੀਲ 'ਚ ਨਹੀਂ ਪੈਂਦੀ। ਅਤੇ ਇਹ ਕੱਲ੍ਹ ਦੇ ਜੰਮੇ ਨਿਆਣੇ
ਇਹ ਜਿਹੜੇ ਇਹਨਾਂ ਦੇ ਤੁਸੀਂ ਦੇਖੋ ਸਮਰਥ ਵੀ ਸਭ ਸ਼ਰਾਬੀ ਕਬਾਬੀ ਜੇ ਹੋਣਗੇ। ਇਹਨਾਂ ਦੀ ਜਿਹੜੀ ਭਾਸ਼ਾ ਨਾ ਵੀ ਕੱਚੀ ਲੱਸੀ ਦੀ ਗੰਦੀ ਕਹਾਣੀ, ਦੇਖੋ ਸਤਿਗੁਰ ਜੋ ਅੰਦਰ ਹੈ ਨਾ ਉਹ ਬਾਹਰ ਨਿਕਲਦਾ ਹੈ, ਜਿੱਦਾਂ ਦੀ ਇਹਨਾਂ ਦੀ ਸੋਚ ਹੈ, ਜਿੱਦਾਂ ਦੀ ਪਰਵਰਿਸ਼ ਹੈ, ਉਸ ਤਰ੍ਹਾਂ ਦੇ ਲਫ਼ਜ਼ ਬਾਹਰ ਨਿਕਲਦੇ ਨੇ ਇਹਨਾਂ ਦੇ ਅੰਦਰੋਂ। ਕੱਚੀ ਲੱਸੀ ਨਾਲ ਅਸੀਂ ਤੇ ਜੇ ਸੁੱਚੇ ਦੁੱਧ ਨਾਲ ਹੀ ਧੋਣਾ ਪਵੇ ਸਾਡੇ ਵਾਸਤੇ ਤਾਂ ਉਹ ਵੀ ਚੰਗਾ ਹੈ। ਇੰਨਾ ਪਵਿੱਤਰ ਸਥਾਨ ਹੈ, ਇੰਨੀ ਵੱਡੀ ਜਗ੍ਹਾ ਜਿਹਨੂੰ ਸਤਿਗੁਰ ਨੇ ਆਪਣੇ ਹੱਥੀਂ ਉਸਾਰਿਆ ਹੈ। ਤੇ ਕੱਚੀ ਲੱਸੀ ਜੇ ਹੁਣ ਉਹ 'ਚ ਕੈਮੀਕਲ ਪਾਉਂਦੇ ਤਾਂ ਜਿਹੜਾ ਪਾਣੀ ਪੈਂਦਾ ਗੁਰੂ ਪਿਆਰੇ ਉਹ ਸਾਰਾ ਸਰੋਵਰ 'ਚ ਵਾਪਸ ਆ ਜਾਂਦਾ। ਜੇ ਕੈਮੀਕਲ ਪਾਵਾਂਗੇ ਤਾਂ ਕੈਮੀਕਲ ਸਰੋਵਰ 'ਚ ਆ ਜਾਣਗੇ ਸਾਡੇ। ਪਰ ਵਿਸ਼ਾ ਸਾਡਾ ਇਹ ਵੀ ਨਹੀਂ ਹੈ, ਅਸੀਂ ਕਹਿੰਦੇ ਕੱਚੀ ਲੱਸੀ ਕਾਹਤੋਂ ਪਾਉਂਦੇ, ਸੁੱਚੇ ਦੁੱਧ ਨਾਲ ਧੋਵੋ। ਜਿੱਥੇ ਹਰ ਵਕਤ ਜਿੱਥੇ ਜਾਏ ਬਹੇ ਮੇਰਾ ਸਤਿਗੁਰ ਸੋ ਥਾਨ ਸੁਹਾਵਾ, ਜਿੱਥੇ ਹਰ ਵਕਤ ਮੇਰੇ ਸਤਿਗੁਰ ਨੇ ਪ੍ਰਕਾਸ਼ ਹੋਣਾ, ਜਿੱਥੇ ਹਰ ਵਕਤ ਮੇਰੇ ਸਤਿਗੁਰ ਨੇ ਬੈਠਣਾ, ਉਹਨੂੰ ਤੁਸੀਂ ਦੁੱਧ ਨਾ ਧੋਵੋ, ਉਹਨੂੰ ਤੁਸੀਂ ਦਹੀਂ ਨਾ ਧੋਵੋ। ਉਸ ਜਿਹੜਾ ਫਰਸ਼ ਹੈ ਜਿਹੜਾ ਸੰਗਮਰਮਰ ਦਾ, ਜਿੱਥੇ ਮੈਂ ਸਤਿਗੁਰ ਨੇ ਬਹਿਣਾ, ਤੁਸੀਂ ਮਲਾਈਆਂ ਨਾਲ ਮਾਲਿਸ਼ ਕਰੋ ਉਸ ਸੰਗਮਰਮਰ ਦੀ ਜਿੱਥੇ ਮੈਂ ਸਤਿਗੁਰ ਨੇ ਬਹਿਣਾ, ਜਿੱਥੇ ਗੁਰੂ ਕੇ ਸਿੱਖਾਂ ਨੇ ਆ ਕੇ ਮੱਥੇ ਲਾਉਣੇ ਆ, ਜਿੱਥੇ ਗੁਰੂ ਕੇ ਸਿੱਖਾਂ ਨੇ ਆ ਕੇ ਬੈਠਣਾ, ਜਿੱਥੇ ਹਰ ਵਕਤ ਬਾਣੀ ਦਾ ਪ੍ਰਵਾਹ ਚੱਲਣਾ, ਉਹ ਤੁਸੀਂ 1.5 ਕਿਲੋ ਦੁੱਧ ਨੂੰ ਰੋਈ ਜਾਂਦੇ ਹੋ। ਇਹ ਭਾਈ ਸਾਹਿਬ ਜੀ ਇਹ ਨਾ ਕਾਮਰੇਡ ਹੁੰਦੇ ਸੀ ਪਹਿਲਾਂ, ਜਿਹੜੇ ਪੰਜਾਬ 'ਚ ਨੁੱਕੜ ਨਾਟਕ ਕਰਦੇ ਹੁੰਦੇ ਸੀਗੇ, ਉਹ ਸਿੱਖਾਂ ਨੇ ਭਜਾ ਤੇ ਇਹ ਸਾਰੇ ਕੈਡ ਬਣ ਗਏ ਸੀ ਬਾਅਦ 'ਚ ਸਰਕਾਰ ਦੇ, ਜਿਹਨੇ ਆਪਣੇ ਸਿੰਘਾਂ ਦੀ ਜਿਹੜੀਆਂ ਦਿੱਤੀਆਂ ਨੇ ਸੂਹਾਂ ਦੇ ਗਏ ਨੇ। ਉਹ ਜਦੋਂ ਸਿੰਘ ਜਦੋਂ ਬੇਅੰਤ ਸਿੰਘ ਹੁਣੀ ਆਏ ਤੇ ਸਿੰਘ ਜਿਹੜੇ ਖਤਮ ਹੋਣ ਤੇ ਆਪਣੇ ਆਏ ਤੇ ਇਹਨਾਂ ਨੇ ਜਿਹੜੇ ਕੈਦ ਕੂਟ ਸੀਗੇ ਉਹ ਸਾਰੇ ਵੀਜ਼ੇ ਲਵਾ ਕੇ ਬਾਹਰ ਭੇਜਤੇ, ਤੇ ਇਹ ਉਹੀ ਨੇ ਜਾਂ ਉਹ ਨੇ ਜਾਂ ਉਹਨਾਂ ਦੀ ਔਲਾਦਾਂ ਨੇ ਜਿਹਨਾਂ ਜਿਹਨਾਂ ਦਾ ਮੱਥਾ ਸਿੰਘਾਂ ਲੱਗਾ ਸੀ, ਤਾਂ ਹੀ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਖਿਲਾਫ ਹੀ ਇਹ ਲੋਕ ਗੰਦ ਬੋਲਦੇ ਨੇ, ਕਿਉਂਕਿ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ। ਅਸੀਂ ਚਿੰਤਾ ਬਾਬਾ ਜੀ ਜੇ ਨਿਰਾਕਾਰ ਹੈ ਤੇ ਸਭ ਕੁਛ ਹੈ, ਕਈ ਕੋਟ ਭੂਤ ਪ੍ਰੇਤ ਸੂਕਰ ਮੇਰੇ ਗਾਚ ਸਾਰੀਆਂ ਜੂਨਾਂ ਨੇ। ਇਹ ਕਹਿੰਦੇ ਨਾ ਅਸਲ ਚ ਦਿੱਕਤ ਪਤਾ ਕੀ ਭਾਈ ਸਾਹਿਬ ਜੀ, ਨਾ ਤੇ ਇਹਨਾਂ ਧਰਮ ਦੀ ਵਿਦਿਆ ਲਈ ਹੈ, ਨਾ ਸਕੂਲਾਂ ਦੇ ਅੱਗੋਂ ਦੀ ਕਈ ਡੰਗਰ ਲੈ ਕੇ ਲੰਘੇ ਵਿਚਾਰੇ। ਜੇ ਇਹ ਕਿਤੇ ਪੜ੍ਹੇ ਲਿਖੇ ਹੋਣ, ਇਹਨਾਂ ਨੂੰ ਪੁੱਛੋ ਪੈਰਾਸਾਈਕੋਲੋਜੀ ਕੀ ਹੈ, ਇਹ ਸਾਇੰਸ ਦੀਆਂ ਬੜੀਆਂ ਬੜੇ ਇਹ ਤੇ ਜਿਹੜੇ ਅਨਪੜ੍ਹ ਜੇ ਤੁਰੇ ਫਿਰਦੇ ਨੇ ਚਾਰਕ, ਅੱਠ ਅੱਠ 8ਵੀਂ ਫੇਲ ਪ੍ਰੋਫੈਸਰ ਕੋਈ ਪ੍ਰਿੰਸੀਪਲ ਬਾਹਾਂ ਮਾਰਦੇ ਜੀ, ਇਹ ਗੁਰਬਾਣੀ ਸਾਇੰਟਿਫਿਕ ਸਿੱਖ ਧਰਮ ਹੈ, ਇਹਨਾਂ ਪੁੱਛੋ ਸਾਇੰਟਿਫਿਕ ਲਿਖ ਕੇ ਦਿਖਾਓ, ਲਿਖੀ ਦੇ ਕਿਤੇ ਸਾਇੰਟਿਫਿਕ ਪੁੱਛੋ ਇਹਨਾਂ ਨੂੰ ਵੀ ਦੱਸੋ ਪੈਰਾਸਾਈਕੋਲੋਜੀ ਕੀ ਹੈ। ਅੱਜ ਜਿਹੜੇ ਜਿਹੜੇ ਸਾਈਕਾਇਟ੍ਰਿਸਟ ਨੇ ਜਾਂ ਸਾਈਕੋਲੋਜਿਸਟ ਨੇ ਜਾਂ ਜਿਹੜੀ ਇਹ ਦਿਮਾਗ ਦੀ ਪੜ੍ਹਾਈ ਪੜ੍ਹਦੇ ਨੇ ਜਾਂ ਜਿਹੜੇ ਜਿਹੜੇ ਐਨਰਜੀ ਪੜ੍ਹਦੇ, ਜਿਹੜੇ ਗੈਬੀ ਤਾਕਤਾਂ ਪੜ੍ਹਦੇ, ਪੁੱਛੋ ਇਹਨਾਂ ਨੂੰ ਪੁੱਛੋ ਵੀ ਉਹ ਕੀ ਹੈ। ਅੱਜ ਇਹਨਾਂ ਨੇ ਸਾਇੰਸ ਨੇ ਯੰਤਰ ਬਣਾਏ ਨੇ ਜਿਹੜੇ ਐਨਰਜੀ ਨੂੰ ਕੈਪਚਰ ਕਰਦੇ ਨੇ, ਦੱਸ ਵੀ ਇੱਥੇ ਕੋਈ ਪਰਾਈ ਚੀਜ਼ ਹੈ ਕਿ ਨਹੀਂ ਹੈ। ਜਿਹਨਾਂ ਨੂੰ ਤੁਸੀਂ ਰੋਂਦੇ ਹੋ, ਜਿਹਨਾਂ ਨੂੰ ਕਹਿੰਦੇ ਹੋ ਵੀ ਇਹ ਨਹੀਂ ਹੁੰਦੇ, ਵੀ ਇਹ ਜਿਹੜੇ ਈਸਾਈ ਸਭ ਤੋਂ ਪੜ੍ਹੇ ਲਿਖੇ ਨੇ, ਈਸਾਈਆਂ ਦਾ ਤਾਂ ਮੰਨਣਾ ਹੈ ਇਹ, ਕਿਉਂਕਿ ਇਹ ਅਸਲ 'ਚ ਈਸਾਈ ਧਰਮ ਦੇ ਪ੍ਰਚਾਰਕ ਨੇ, ਈਸਾਈਆਂ ਦਾ ਤਾਂ ਮੰਨਣਾ ਹੈ ਵੀ ਕਬਰ 'ਤੇ ਰੂਹ ਬਹਿੰਦੀ ਹੈ, ਜਦੋਂ ਆਖਰੀ ਦਿਨ ਆਏਗਾ ਅਤੇ ਜਿਹੜਾ ਖੁਦਾ ਇਹਨਾਂ ਦਾ ਨਿਬੇੜਾ ਕਰੇਗਾ ਅਤੇ ਆਪਣੇ ਆਪਣੇ ਘਰਾਂ ਨੂੰ ਜਾਣਗੇ, ਕੋਈ ਨਰਕ ਨੂੰ ਕੋਈ ਸਵਰਗ ਨੂੰ, ਉਹ ਤਾਂ ਭੂਤ ਮੰਨਦੀ ਹੈ ਅਤੇ ਰੂਹ ਮੰਨਦੀ ਹੈ। ਅਤੇ ਗੁਰਬਾਣੀ ਕਹਿੰਦੀ ਪ੍ਰੇਤ ਪਿੰਜਰ, ਇਹਦੇ ਸਰੀਰ ਦੇ ਵਿੱਚ ਵੀ ਤਾਂ ਪ੍ਰੇਤ ਹੀ ਹੈ ਨਾ, ਜਿਹੜਾ ਦੇਖਦਾ ਨਹੀਂ ਹੈ, ਜਿਹੜਾ ਬੋਲਦਾ ਤਾਂ ਹੈ। ਅਤੇ ਸਾਰੀਆਂ ਜੂਨ ਅਸਲ ਦੇ ਵਿੱਚ ਇਹਨਾਂ ਨੂੰ ਨਾਂ ਤੇ ਗੁਰਬਾਣੀ, ਮੈਂ ਤੇ ਅੱਜ ਸਿੰਘਾਂ ਨਾਲ ਗੱਲ ਚੱਲਦੀ ਪਈ ਸੀ, ਮੈਂ ਇੱਕ ਉਸ ਸ਼ਬਦ ਦੀ ਗੱਲ ਚੱਲਦੀ ਸੀ, ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀ, ਮੈਂ ਕਿਹਾ ਜੇ ਪੰਥ ਵੀ ਇਹਦੇ ਅਰਥ ਕਰ ਦੇਣਾ ਸ਼ਬਦ ਦੇ ਸਹੀ ਤੇ ਮੈਂ ਪ੍ਰਚਾਰ ਹੀ ਬੰਦ ਕਰ ਦਾਂਗਾ, ਮੈਂ ਲਾਈਵ ਰੇਡੀਓ ਤੁਹਾਨੂੰ ਕਹਿ ਰਿਹਾ। ਤੇ ਇਹੋ ਗੱਲ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਆਖੀ ਸੀਗੀ ਮੈਂ ਕਿਹਾ ਇੱਕ ਸ਼ਬਦ ਆਪਣੀ ਮਰਜ਼ੀ ਦਾ ਕੋਈ ਵੀ ਚੋਣਲਾ ਸਾਲ 2 ਸਾਲ ਅੱਜ ਕੇ ਤਿਆਰੀ ਕਰ ਲਾ, ਉਹਦੇ ਬਾਅਦ ਆ ਕੇ ਸਾਹਮਣੇ ਵਿੱਚ ਆਪਾਂ ਚਰਚਾ ਕਰ ਲਾਂਗੇ, ਤੁਹਾਨੂੰ ਦੇਖੇ ਤੁਹਾਡੇ ਪੱਲੇ ਗੁਰਬਾਣੀ ਕਹਿੰਦੇ। ਗੁਰੂ ਪਿਆਰਿਓ ਸਾਡਾ ਖਾਨਦਾਨ ਇਤਨਾ ਵੱਡਾ ਹੈ, ਅੱਜ ਅਗਰ ਅਸੀਂ ਕਹੀਏ ਕਿ ਪੰਥ ਸਭ ਤੋਂ ਵੱਡਾ ਖਾਨਦਾਨ ਸਾਡਾ ਧਰਮ ਪ੍ਰਚਾਰਕਾਂ ਦਾ,
ਚੋਟੀ ਦੇ ਉਸਤਾਦ ਤਬਲਾ ਨਿਵਾਜ਼ ਭਾਈ ਸਾਹਿਬ ਗੁਰਮੀਤ ਸਿੰਘ ਜੀ ਸ਼ਾਂਤ ਵਰਗੇ, ਗੰਧਰਵ ਕੀਰਤਨੀ ਪ੍ਰਿੰਸੀਪਲ ਸਾਹਿਬ ਬਲਦੇਵ ਸਿੰਘ ਹੋਣਾ ਵਰਗੇ, ਜਿਨ੍ਹਾਂ ਨੇ ਸੰਤ ਕਰਤਾਰ ਸਿੰਘ ਹੋਣਾ ਦੇ ਵੇਲੇ ਕੀਰਤਨ ਸਿਖਾਇਆ ਦਮਦਮੀ ਟਕਸਾਲ ਚੌਂਕ ਮਹਿਤੇ ਦੇ ਵਿੱਚ, ਐਸੇ ਐਸੇ ਵਿਦਵਾਨ ਸਾਡੇ ਖਾਨਦਾਨ, ਸਾਡੇ ਭਰਾ ਜਿਹੜੇ ਭਾਈ ਅਨੰਤਵੀਰ ਸਿੰਘ ਹੋਣਾ ਵਰਗੇ, ਭਾਈ ਕਰਮਜੀਤ ਸ਼ਾਂਤ ਹੋਣਾ ਵਰਗੇ, ਇੰਨੇ ਵੱਡੇ ਖਾਨਦਾਨ ਦੇ ਵਿੱਚੋਂ ਇੱਕ ਛੋਟਾ ਜਿਹਾ ਅੰਸ਼ ਮੇਰੀ ਝੋਲੀ ਪਿਆ ਹੈ ਕਥਾ ਦਾ। ਤੇ ਸਾਨੂੰ ਅਜੇ ਖਾਨਦਾਨੀ ਹੋਣ ਦੇ ਬਾਵਜੂਦ ਵੀ, ਪਿਤਾ ਪੁਰਖੀ ਹੋਣ ਦੇ ਬਾਵਜੂਦ ਵੀ, ਕਈ ਦਫਾ ਬੜੀ ਜੱਦੋਜਹਿਦ ਕਰਨੀ ਪੈਂਦੀ ਹੈ। ਤੇ ਤੁਸੀਂ ਕੱਲ ਦੇ ਜਮੇ 2 ਸਾਲ ਦੇ ਕੋਰਸ ਵਿੱਚ ਤੁਸੀਂ ਗੁਰਬਾਣੀ ਦਾ ਨਿਰਣਾ ਕਿਵੇਂ ਕਰ ਲਓਗੇ? ਇਹ ਕਹਿੰਦੇ ਨਾ, ਅਸੀਂ ਗੁਰਬਾਣੀ ਦਾ ਸੱਚ ਪ੍ਰਚਾਰਦੇ ਹਾਂ, ਅਸੀਂ ਚੈਲੰਜ ਕਰਦੇ, ਸਾਡਾ ਤੁਸੀਂ ਇੱਕ ਲਫ਼ਜ਼ ਦਾ ਸੱਚ ਤੁਸੀਂ ਸਾਡੇ ਸਾਨੂੰ ਉਸੇ 'ਤੇ ਚਰਚਾ ਕਰ ਲਓ। ਇਹਨਾਂ ਨੇ ਇਹਨੇ ਇੱਕ ਸ਼ਬਦ ਪੜ੍ਹਿਆ, ਵੈਸੇ ਮੈਨੂੰ ਸੁਣਦਾ ਨਹੀਂ ਕਿਉਂਕਿ ਬਹੁਤ ਬਸੁਰਾ ਗਾਉਂਦਾ ਅਤੇ ਵਾਜਾ ਵੀ ਬਹੁਤ ਬਸੁਰਾ ਇਹਦਾ ਅਤੇ ਕੰਨਾਂ ਨੂੰ ਤਕਲੀਫ਼ ਹੁੰਦੀ ਹੈ। ਇੱਕ ਸ਼ਬਦ ਇਹਦਾ ਸੀਗਾ, ਆ ਨੀ ਲੈ ਗਾਗਰ ਭਰਾਈ ਲੈ ਉਦਕ, ਠਾਕੁਰ ਕੋ ਇਸ਼ਨਾਨ ਕਰੂੰ 42 ਲੱਖ ਜੀ ਜਲਮੈ, ਉੱਥੇ ਠਾਕੁਰ ਭੱਲਾ ਕਾਇ ਕਰੋ। ਇਹਨੂੰ ਕਹਿੰਦੇ ਉਹ ਸ਼ਬਦ ਇੱਕ ਅਰਥ ਕੀਤਾ, ਆਪਾਂ ਉਸੇ ਸ਼ਬਦ 'ਤੇ ਤੇਰੇ ਨਾਲ ਗੱਲ ਕਰ ਲੈਂਦੇ, ਪਰ ਗੁਰਬਾਣੀ 'ਤੇ ਗੱਲ ਕਰ ਲੈਂਦੇ ਹਾਂ। ਅਸੀਂ ਗੁਰਬਾਣੀ ਤੋਂ ਬਾਅਦ ਜਾਂਦੇ ਨਹੀਂ ਕਿਤੇ, ਅਸੀਂ ਤਾਂ ਸਮਝੀ ਸੁਣਨ ਨੂੰ ਇਹੋ ਆਖਿਆ ਸੀਗਾ ਵੀ ਤੁਸੀਂ ਬੜਾ ਪ੍ਰਚਾਰ ਦੇਣਾ ਵੀ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵੀ ਚਾਰ। ਅਖਬਾਰ 'ਚ ਲੱਗਾ ਸੀ ਬਿਆਨ ਵੀ ਤੁਸੀਂ ਇਸ ਇੱਕ ਪੰਕਤੀ ਸਾਡੇ ਨਾਲ ਚਰਚਾ ਕਰ ਲਓ, ਜਿਹੜੀ ਪੰਕਤੀ ਤੁਸੀਂ ਗਾਉਂਦੇ ਹੋ ਭਾਈ, ਜਿਹਨੂੰ ਤੁਸੀਂ ਕਹਿੰਦੇ ਅਸੀਂ ਪ੍ਰਚਾਰਦੇ ਹਾਂ ਗੁਰਬਾਣੀ। ਦੇਖੋ ਭਾਈ ਸਾਹਿਬ ਜੀ, ਸਾਡੇ ਪੱਲੇ ਕੁਛ ਸੀ, ਸਾਨੂੰ ਗੁਰੂ 'ਤੇ ਭਰੋਸਾ ਸੀ ਅਤੇ ਅਸੀਂ ਐਡੀ ਦੂਰੋਂ ਚੱਲ ਕੇ ਆ ਗਏ ਹਾਂ। ਅਸੀਂ ਨਿਊਜ਼ੀਲੈਂਡ ਗਏ ਤਾਂ ਇਹ ਦੌੜੇ, ਅਸੀਂ ਇੰਗਲੈਂਡ ਗਏ ਤਾਂ ਇਹ ਦੌੜੇ, ਅਸੀਂ ਕੈਨੇਡਾ ਪਹੁੰਚੇ ਤਾਂ ਉੱਥੋਂ ਦੌੜ ਗਏ, ਹੁਣ ਜਰਮਨ ਆਏ ਤਾਂ ਇਹ ਲੁਕਦੇ ਫਿਰਦੇ ਨੇ। ਇੰਡੀਆ ਗਏ ਤਾਂ ਇੱਕ ਸੰਸਥਾ ਸੀ ਅਕਾਲੀ ਜਥਾ ਕਾਨਪੁਰ, ਪ੍ਰੋਫੈਸਰ ਦਰਸ਼ਨ ਸਿੰਘ ਹੋਣਾ ਦੀ, ਉਹਨਾਂ ਨੇ ਹਿੰਮਤ ਕੀਤੀ ਸਾਡੇ ਨਾਲ ਚਰਚਾ ਕੀਤੀ, 3.5 ਘੰਟੇ ਸੰਗਤ ਨੇ ਨਿਰਣਾ ਕਰ ਲਿਆ ਵੀ ਕਿੰਨੇ ਗਿਆਨ ਉਹਨਾਂ ਵਿਚਾਰਿਆਂ ਦੇ ਕੋਲ ਹੈ। ਜਦ ਇੱਕ ਸ਼ਬਦ ਗੁਰਬਾਣੀ ਦਾ ਪੁੱਛਿਆ, ਟੀਕੇ ਲੱਭਣ ਲੱਗ ਪਏ ਸਾਰੇ। ਇਹਨਾਂ ਬਾਅਦ ਗੁਰੂ ਮਹਾਰਾਜ ਪਤਾ ਕੀ ਕਹਿੰਦੇ ਨੇ, ਕਹਿੰਦੇ ਮੁਖ ਤੇ ਪੜਤਾ ਟੀਕਾ ਸਹਿਤ, ਇਹ ਉਹ ਨੇ ਇਹ ਟੀਕੇ ਟੁਕੇ ਪੜ੍ਹ ਕੇ ਅਰਥ ਕਰੀ ਜਾਂਦੇ ਵਿਚਾਰੇ। ਮੈਂ ਤੇ ਕਹਿੰਦਾ ਹੁੰਦਾ ਵੀ ਇਹ ਸਭ ਤੋਂ ਵੱਡੀ ਗਲਤੀ ਉਹਨੇ ਕੀਤੀ ਹੈ ਜਿਹਨੇ ਗੁਰਬਾਣੀ ਆਨਲਾਈਨ ਕੀਤੀ ਹੈ, ਜਿਹਨੇ ਗੁਰਬਾਣੀ ਆਪਣੇ ਫੋਨਾਂ 'ਤੇ ਲਿਆਉਂਦੀ ਹੈ, ਕਿਉਂਕਿ ਇਹ ਟੈਕਨੋਲੋਜੀ ਦੀ ਪੈਦਾਇਸ਼ ਨੇ ਨਾ। ਇਹ ਬਾਣੀ ਆਨਲਾਈਨ ਕਰਦੇ ਨਾ, ਇਹਨਾਂ ਨੂੰ ਪਤਾ ਵੀ ਤੁਕ ਤਤਕਰਾ ਕਿਵੇਂ ਪੜੀਦਾ ਹੈ ਅਤੇ ਸ਼ਬਦ ਕਿਵੇਂ ਲੱਭੀਦੇ ਆ, ਅਤੇ ਫਿਰ ਲੱਗਣਾ ਸੀ ਪਤਾ ਵੀ ਕਿੱਡੇ ਕੁ ਦੀਵਾਨ ਨੇ। ਇਹ ਤਾਂ ਸੱਚ ਮਾਰਦੇ ਨੇ, ਸ਼ਬਦ ਲਿਖ ਕੇ ਤਾਂ ਸ਼ਬਦ ਸਾਹਮਣੇ ਆ ਜਾਂਦਾ, ਉਸੇ ਪ੍ਰਕਾਰ ਦੇ ਕਿੰਨੇ ਸ਼ਬਦ ਆ ਜਾਂਦੇ ਨੇ ਅਤੇ ਪ੍ਰਮਾਣ ਬਣਾ ਕੇ ਗੱਲ ਕਰ ਜਾਂਦੇ ਨੇ ਉਹਨਾਂ ਸ਼ਬਦਾਂ ਦੀ। ਹੋਰ ਇਹਨਾਂ ਦੇ ਪੱਲੇ ਕੀ ਹੈ? ਜੇ ਪੱਲੇ ਕੁਛ ਹੁੰਦਾ ਤਾਂ ਲੁਕਦੇ ਫਿਰਦੇ ਵਿਚਾਰੇ। ਕਦੀ ਕੁੜੀ ਗਾਂਹ ਕਰਦੇ ਸਾਡੇ ਖਿਲਾਫ਼ ਝੂਠ ਬੋਲਦੀ ਹੈ ਜੀ, ਇਹਨੇ ਕੁੜੀਆਂ ਬਾਰੇ ਲਿਖਿਆ। ਪਰ ਸਾਹਿਬ ਜੀ, ਇਹ ਤਾਂ ਮੈਂ ਬੇਨਤੀ ਕਰਾਂ, ਇਤਨੇ ਕੁ ਇਹਨਾਂ ਦੀ ਕੀ ਦੱਸਾਂ ਵੀ ਨੀਚ ਨੇ। ਕੈਨੇਡਾ ਵਿੱਚ ਇਹਨਾਂ ਨੇ ਇੱਕ ਨਾ ਸਾਡੀ ਆਈਡੀ ਕਲੋਨ ਕੀਤੀ ਅਤੇ ਇੱਕ ਬੀਬੀ ਨੂੰ ਗਾਲਾਂ ਕਢਾ ਕੇ ਅਤੇ ਉੱਥੇ ਉਹਦੀ ਫੋਟੋ ਖਿੱਚ ਕੇ ਭੇਜੀ ਇਹਨਾਂ ਨੇ ਕੈਨੇਡਾ। ਅਤੇ ਬਰਾੜ ਸਾਹਿਬ ਸੀ ਉੱਥੇ, ਉਹ ਕਹਿੰਦੇ ਕੋਈ ਨਹੀਂ ਆ ਜਾਓ ਆਪਾਂ ਬਹਿ ਗੱਲ ਕਰਦੇ ਹਾਂ। ਅਤੇ ਜਦੋਂ ਉਹਨਾਂ ਨੂੰ ਕਿਹਾ ਨਾ ਵੀ ਜਿਹੜੀ ਆਈਡੀ ਤੋਂ ਗਾਲਾਂ ਆ ਰਹੀਆਂ ਉਹ ਆਈਡੀ ਕਲਿੱਕ ਕਰੋ, ਖੁੱਲਦੀ ਹੈ ਉਹ ਆਈਡੀ ਬੰਦ ਹੈ, ਸਾਡੀ ਆਈਡੀ ਖੁੱਲੀ ਹੋਈ ਹੈ। ਅਤੇ ਹੁਣ ਕਹਿੰਦੇ ਬੀਬੇ ਨੂੰ ਮੰਦਾ ਬੋਲਦਾ, ਬੀਬੇ ਨੂੰ ਗਾਲਾਂ ਕੱਢਦਾ, ਕਿੱਥੇ ਕੱਢੀ ਬੀਬੇ ਨੂੰ ਗਾਲਾਂ, ਅਸੀਂ ਕਿੱਥੇ ਮੰਦਾ ਬੋਲੇ ਹਾਂ? ਇਸ ਭੱਜਣ ਦੇ ਤਰੀਕੇ ਨੇ, ਗੱਲ ਕੁਛ ਨਹੀਂ ਹੈ। ਹੁਣ ਗੱਲ 'ਤੇ ਚੱਲਣੀ, ਗੱਲ 'ਤੇ ਚੱਲੀਏ ਵੀ ਸਰਦਾਰ ਸਿਮ ਇਹਦੀ ਪੰਥ ਪ੍ਰੀਤ ਨਾਲ ਚਰਚਾ ਦੀ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਗਾਲਾਂ ਕੱਢੀ ਜਾਂਦੇ ਨੇ। ਉਹਨਾਂ ਵਿਸ਼ਾ ਗੁਰਬਾਣੀ ਦੇ ਪੰਥ ਪ੍ਰੀਤ ਹੈ ਕਿ ਵਿਸ਼ਾ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ? ਸਵੇਰੇ ਮੈਂ 4:30 ਉੱਠਿਆ ਤੇ ਇਸ਼ਨਾਨ ਪਾਣੀ ਕੀਤੇ, ਨਿਤਨੇਮ ਕੀਤਾ, ਗੁਰਦੁਆਰੇ ਗਿਆ। ਜਦ ਮੈਂ ਕੰਮ ਤੇ ਗਿਆ ਤੇ ਬ੍ਰੇਕ ਤੋਂ ਬਾਅਦ 7:00 ਕੋਈ 11 ਮਿੰਟ ਦਾ ਮਾਰਾ ਦਾ ਟਾਈਮ ਸੀਗਾ, ਦੇਖਿਆ ਮੈਸੇਜ ਆਇਆ ਇਹਨਾਂ ਦੇ ਵਿਚਾਰਾ ਪੈਰੋਕਾਰ ਹੈਗਾ ਉਹ ਸੇਵਾਦਾਰ, ਤੇ ਉਹਨੇ ਪਹਿਲਾਂ ਤਾਂ ਮੇਰੇ ਬਾਰੇ ਵੀ ਉਹ ਅਕਾਲੀ ਦਲ ਦੇ ਪ੍ਰਧਾਨ ਨੂੰ ਸੱਦਿਆ ਜੀ, ਉਹ ਖੁੱਲਾ ਸੱਦਾ ਉਹ ਫਲਾਣੀ ਗੱਲ ਤੇ ਰਹਿਣੀ ਗੱਲ, ਤੇ ਉਹਦੇ ਵਿੱਚ ਖੁੱਲੇ ਸੱਦੇ ਦੇ ਵਿੱਚ ਮੈਨੂੰ ਕਿਹਾ ਵੀ 700 ਮੀਲ ਬਣਦਾ ਜੀ ਇੱਥੋਂ ਜਿਹੜਾ ਹੈਗਾ ਸਟੁੱਟਗਾ। ਹਾਂਜੀ 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 ਸਾਨੂੰ ਸਟੇਜ ਤੇ ਬੈਠ ਕੇ ਆਪੋ ਸਾਹਮਣੇ ਗੱਲ ਕਰਾ ਦਿਓ, ਤੁਸੀਂ ਜਿਹਨਾਂ ਨੇ ਬੈਠਾ ਨਾਲ ਤੁਸੀਂ ਬਹਿ ਲਿਓ,
ਨਹੀਂ ਜੀ, ਤੁਸੀਂ ਇੱਥੇ ਨੂੰ ਆਓ, ਅਸੀਂ ਕਿਹੜਾ ਸਾਨੂੰ ਕਹਿੰਦੇ ਦੀਵਾਨ ਦੇ ਟਾਈਮ ਤੇ ਆਓ। ਜਾਣੀ ਉਸ ਗੱਲ ਤੇ ਆਏ ਜੀ, ਆ 12:15 ਵਜੇ ਇੱਕ ਤਰਸੇਮ ਸਿੰਘ ਅਟਵਾਲ ਨਾਂ ਦਾ ਬੰਦਾ ਆ, ਉਹਨੇ ਇੱਕ ਵੀਡੀਓ ਪਾਤੀ। ਅਸੀਂ ਸੋਹਣ ਸਿੰਘ ਨੂੰ ਜੀ ਕਹਿੰਦੇ ਆ ਵੀ ਇੱਥੇ ਆ ਤੂੰ ਫਲਾਨੀ ਗੱਲ ਪਈ ਆ, ਤੂੰ ਉਹਨਾਂ ਦਾ ਪ੍ਰਧਾਨ ਆ, ਤੂੰ ਇੱਥੇ ਆਹ ਗੱਲ ਸਾਨੂੰ ਦੱਸੀ, ਅੱਜ ਪੁੱਛਾਂਗੇ। ਮੈਂ ਕਿਹਾ ਵੀ ਜੇ ਤਾਂ ਮਾਂ ਨਾਲ ਗੱਲ ਕਰਨੀ ਆ ਤਾਂ ਤੇਰੇ ਸ਼ਹਿਰ ਦੇ ਲਾਗੇ ਬੈਠਾ ਹੋਣਾ ਹੀ ਗੱਲ ਕਰਦਾ, ਜੇ ਮੇਰੇ ਨਾਲ ਗੱਲ ਕਰਦੀ ਤਾਂ ਮੈਂ ਰਹਿਣਾ ਜਰਮਨ ਕਿਆ ਜਲ ਮਰੀ ਆ। ਤੇ ਬਾਕੀ ਰਹੀ ਮੈਂ ਕਿਹਾ ਧਾਰਮਿਕ ਮੁੱਦਾ ਆ, ਤੇ ਤੁਸੀਂ ਮੈਨੂੰ ਕੈਦੇ ਕਾਨੂੰਨ ਸਿਖਾਉਂਦੇ, ਤੁਸੀਂ ਧਾਰਮਿਕ ਮੁੱਦੇ ਤੇ ਪਹਿਲੇ ਬਾਹਰ ਚਲੇ ਗਏ। ਬਿਹਤਰ ਇਹੀ ਆ ਤੇ ਮੈਂ ਕੱਲ, ਅੱਜ ਨੀ ਹੁਣ ਆ ਸਕਦਾ ਤੇ ਕੱਲ ਨੂੰ ਮਿਲਦਾ, ਨਹੀਂ ਜੀ ਸਾਡੇ ਕੋਲ ਅੱਜੇ ਟਾਈਮ ਆ, ਸਾਡੇ ਕੋਲ ਕੱਲ ਨੂੰ ਨੀ ਹੈ। ਕੱਲ ਨੂੰ ਜਦ ਕੇ 250 ਕਿਲੋਮੀਟਰ ਸਾਨੂੰ ਉੱਦਾਂ ਪੈਣਾ ਇੱਥੋਂ, ਤੇ ਇਹਨਾਂ ਨੇ ਵੀ ਉੱਥੇ ਹੋਣਾ, ਅਸੀਂ ਵੀ ਉੱਥੇ ਹੋਣਾ, ਅਸੀਂ ਸੰਗਤ ਦੇ ਟਾਈਮ ਦੇ ਵਿੱਚ ਉੱਥੇ ਬਹਿ ਜਾਣਾ, ਆਹਮਣੇ ਸਾਹਮਣੇ ਸਵਾਲ ਹੋ ਜਾਣਗੇ। ਔਰ ਤੁਸੀਂ ਹੈਰਾਨ ਹੋਵੋਗੇ ਭਾਈ ਸਾਹਿਬ ਜੀ, ਇਟਲੀ ਤੋਂ, ਇੰਗਲੈਂਡ ਤੋਂ, ਯੂਰਪ ਭਰ ਚੋਂ ਸਿੱਖ ਆ ਰਹੇ ਆ ਦੇਖਣ ਵਾਸਤੇ, ਤੇ ਤੁਹਾਡੀ ਵਿਚਾਰ ਚਾਚਾ ਦੇਖਣ ਵਾਸਤੇ। ਬਾਬੇ ਅਮਰੀਕਾ ਤੋਂ ਵੀ ਆਏ, ਅਸੀਂ ਅਮਰੀਕਾ ਤੋਂ ਵੀ ਆਏ ਹਾਂ। ਐਡੇ ਵੱਡੇ ਲੈਵਲ ਤੇ ਭਾਈ, ਜੇ ਮੈਂ ਕੱਲ ਨੂੰ ਗੁਰਪ੍ਰੀਤ ਕੈਲੀਫੋਰਨੀਆ ਨੂੰ ਹਰਾ ਦਿੱਤਾ ਇਸ ਗੱਲੋਂ, ਤੇ ਮੇਰੀ ਕਿੱਡੀ ਸ਼ੋਭਾ ਹੋਣੀ ਆ। ਹਾਂਜੀ ਭਾਈ ਸਾਹਿਬ, ਤੁਹਾਡੀ ਮੈਂ ਇਹੋ ਗੱਲ ਕਰਦਾ ਨਾ, ਹੁਣ ਇੱਕ ਪਾਸੇ ਇਹ ਕਹਿੰਦੇ ਵੀ ਗੁਰਪ੍ਰੀਤ ਸਿੰਘ ਦੇ ਪੱਲੇ ਕੱਖ ਨਹੀਂ ਆ, ਤੇ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ, ਤੁਸੀਂ ਸਗੋਂ ਸੰਗਤ 'ਚ ਗੁਰਪ੍ਰੀਤ ਸਿੰਘ ਨੂੰ ਬਿਠਾ ਕੇ ਤੇ ਉਹਦਾ ਜਲੂਸ ਕਰੋ ਵੀ ਗੁਰਪ੍ਰੀਤ ਸਿੰਘ ਦੇ ਪੱਲੇ ਕੱਖ ਨਹੀਂ ਹੈ, ਤੁਸੀਂ ਉਹਨੂੰ ਹਰਾਓ ਤਾਂ ਕਿ ਦੁਨੀਆ ਕਿਤੇ ਮੂੰਹ ਦਿਖਾਣ ਜੋਗਾ ਨਾ ਰਹੇ। ਭਾਈ ਸਾਹਿਬ ਜੀ, ਲੜਾਈ ਤਾਂ ਹੋ ਗਈ ਨਾ ਜਦੋਂ, ਲੜਾਈ ਉਹ ਕਰਦਾ ਜਿਹੜਾ ਹਾਰ ਰਿਹਾ ਹੁੰਦਾ। ਇਹਨਾਂ ਦਾ ਕੰਮ ਕੀ ਹੈ, ਜਦੋਂ ਵੀ ਇਹ ਦੇਖਦੇ ਵੀ ਹੁਣ ਕੰਮ, ਤੁਸੀਂ ਅਗਰ ਸਾਡੀ ਕਾਨਪੁਰ ਦਾ ਸਮਾਗਮ ਦੇਖੋ, ਜਦੋਂ ਦੇਖੋ ਇਹਨਾਂ ਪੱਲੇ ਕੁਛ ਰਿਹਾ ਨਹੀਂ, ਇਹਨਾਂ ਰੌਲਾ ਪਾਤਾ, ਤੇ ਲੜਾਈ ਤੇ ਇਹ ਆਪ ਚਾਹੁੰਦੇ ਆ। ਅਸੀਂ ਤੇ ਕਹਿੰਦੇ ਵੀ ਅਸੀਂ ਹੱਥ ਬੰਨ ਕੇ ਬੈਠੇ ਹਾਂ, ਸਿਰਫ ਔਰ ਸਿਰਫ ਗੁਰਬਾਣੀ ਦੇ ਵਿੱਚੋਂ ਗੱਲ ਕਰਾਂਗੇ, ਸ਼ਬਦ ਦਾ ਜਵਾਬ ਸ਼ਬਦ ਆਏਗਾ, ਪੰਕਤੀ ਦਾ ਜਵਾਬ ਪੰਕਤੀ ਦੇਗੀ, ਅਸੀਂ ਗੱਲ ਹੀ ਕੋਈ ਨਹੀਂ ਕਰਾਂਗੇ, ਅਸੀਂ ਪੰਕਤੀਆਂ ਦੀ ਗੱਲ ਕਰਾਂਗੇ। ਹੋਰ ਦੱਸੋ, ਗੁਰਪ੍ਰੀਤ ਸ਼ਰਮਾ ਆਰ ਐਸ ਦਾ ਬੰਦਾ ਹੈ ਨਾ, ਹੁਣ ਸਾਡਾ ਖਾਨਦਾਨ ਦੁਨੀਆ ਜਾਣਦੀ ਹੈ। ਭਾਈ ਸਾਹਿਬ ਜੀ, ਅਟਵਾਲ ਕੱਲਾ ਨੀ ਆ, ਅਟਵਾਲ ਜਿਹੜਾ ਨਾ, ਉਹ ਜਿਹੜਾ ਮੈਨੂੰ ਤਾਂ ਜਿਹੜਾ ਸ਼ਕਲੋਂ ਗਰੀਬ ਜਿਹਾ ਲੱਗਾ, ਬੜਾ ਤਰਸ ਆਇਆ ਵੀ ਜਿਵੇਂ ਨਾ ਉਹ ਜਿਹੜਾ ਚਮਨ ਵਿਚਾਰਾ, ਉਹਦੀ ਅਟਵਾਲ ਦੀ ਗੱਲ ਨੀ ਹੈ ਜੀ। ਬਾਬਾ ਜੀ, ਬੰਦਾ ਅਮੀਰ ਗਰੀਬ ਕਾਰੋਬਾਰ ਨਾਲ ਨੀ ਹੁੰਦਾ, ਆਤਮਿਕ ਤੌਰ ਤੇ ਹੁੰਦਾ। ਜਦੋਂ ਦਰਸ਼ਨ ਸਿੰਘ ਕਹਿੰਦਾ, ਉਹ ਵੀ ਕਹਿੰਦਾ ਵੀ ਗੁਰਪ੍ਰੀਤ ਸਿੰਘ ਨਾਲ ਗੱਲ ਨਹੀਂ ਕਰਨੀ, ਧੁੰਦਾ ਕਹਿੰਦਾ ਗੁਰਪ੍ਰੀਤ ਸਿੰਘ ਨਾਲ ਗੱਲ ਨਹੀਂ ਕਰਨੀ, ਇਹ ਸਾਰੇ ਗੁਰਪ੍ਰੀਤ ਸਿੰਘ ਨਾਲ ਗੱਲ ਨਹੀਂ ਕਰਨਾ ਚਾਹੁੰਦੇ, ਫਿਰ ਗੱਲ ਕਰਨੀ ਕਹਿੰਦਾ ਚਾਹੁੰਦੇ ਆ। ਹੁਣ ਇਹ ਵੀ ਕਹਿੰਦਾ ਗੁਰਪ੍ਰੀਤ ਸਿੰਘ ਨਾਲ ਗੱਲ ਨਹੀਂ ਕਰਨੀ, ਇੱਕ ਪਾਸੇ ਕਹਿੰਦੇ ਗੁਰਪ੍ਰੀਤ ਸਿੰਘ ਦੇ ਪੱਲੇ ਕੱਖ ਨਹੀਂ ਹੈ, ਦੂਜੇ ਪਾਸੇ ਤੁਸੀਂ ਲੁਕਦੇ ਕਾਹਤੋਂ ਫਿਰਦੇ ਗੁਰਪ੍ਰੀਤ ਸਿੰਘ ਕੋਲ, ਤੁਸੀਂ ਤੇ ਸਗੋਂ ਹੁਣ ਇਹ ਕਹਿੰਦੇ ਵੀ ਗੁਰਪ੍ਰੀਤ ਸਿੰਘ ਜੀ ਨੀਰਜ ਸ਼ਰਮਾ ਹੈ, ਤੇ ਜਿਹੜਾ ਖਾਨਦਾਨੀ ਸਿੱਖ ਹੈ। ਹਾਂਜੀ, 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 ਹਾਂਜੀ ਹਾਂਜੀ, ਭਾਈ ਸਾਹਿਬ ਜੀ ਗੱਲ ਪਤਾ ਕੀ ਆ, ਇਹ ਕਹਿੰਦੇ ਸ੍ਰੀ ਹਰਿਮੰਦਰ ਸਾਹਿਬ ਵੀ ਨਾ ਜਾਓ ਤੁਸੀਂ, ਇਹ ਕਹਿੰਦੇ ਤੁਸੀਂ ਤਰਨ ਤਾਰਨ ਸਾਹਿਬ ਵੀ ਨਾ ਜਾਓ, ਹਾਂ ਪਰਮੇਸ਼ਵਰ ਦੁਆਰਾ ਜ਼ਰੂਰ ਆਓ ਤੁਸੀਂ, ਪਰਮੇਸ਼ਵਰ ਦੁਆਰਾ ਸਾਹਿਬ
ਤੁਸੀਂ ਜ਼ਰੂਰ ਆਓ। ਦੇਖੋ ਇਹ ਗੁਰਸਿੱਖਾਂ ਨੂੰ ਗੁਰੂ ਸਥਾਨ ਜਦ ਗੁਰੂ ਸਥਾਨ ਜਾਂਦੇ ਹਾਂ, ਇਤਿਹਾਸ ਪੜ੍ਹਦੇ ਹਾਂ, ਯਾਦ ਆਉਂਦਾ ਹੈ, ਇਹ ਭਾਵਨਾ ਬਣਦੀ ਇੱਥੇ ਮੇਰੇ ਗੁਰੂ ਨੇ ਇਹ ਕੀਤਾ ਹੋਣਾ। ਇਹ ਸਿੱਖਾਂ ਦੀਆਂ ਭਾਵਨਾਵਾਂ ਖਤਮ ਕਰਨ ਦੇ ਵਾਸਤੇ, ਸਿੱਖਾਂ ਨੂੰ ਗੁਰੂ ਇਤਿਹਾਸ ਤੋਂ ਤੋੜਨ ਵਾਸਤੇ, ਸਿੱਖਾਂ ਨੂੰ ਗੁਰੂ ਅਸਥਾਨਾਂ ਤੋਂ ਤੋੜਨ ਵਾਸਤੇ ਸਰਕਾਰ ਦੇ ਛੱਡੇ ਹੋਏ ਬੰਦੇ ਨੇ, ਜਿਹਦਾ ਪਿਓ ਅੱਜ ਤੱਕ ਬਾਹਰ ਮੂਹਰੇ ਤੇ ਬਹਿ ਕੇ ਹੁੱਕਾ ਪੀਂਦਾ ਹੋਵੇ, ਉਹ ਆਪਣੇ ਪਿਓ ਦਾ ਹੁੱਕਾ ਨਹੀਂ ਛਡਾ ਸਕਿਆ, ਤੇ ਉਹ ਸਾਨੂੰ ਕੀ ਪ੍ਰਚਾਰ ਕਰੇਗਾ। ਇਹਨਾਂ ਦਾ ਜਿਹੜਾ ਕੰਮ ਹੈ ਨਾ ਜੀ, ਇਹਨਾਂ ਦਾ ਕੰਮ ਸਿਰਫ ਹਰ ਚੀਜ਼ ਤੋਂ ਆਹ ਵੀ ਹੈ ਨੀ, ਉਹ ਵੀ ਹੈ ਨੀ, ਬਈ ਅਸੀਂ ਤੇ ਕਹਿੰਦੇ ਤੁਸੀਂ ਵੀ ਹੈ ਨੀ, ਤੂੰ ਸਾਨੂੰ ਆਰ ਐਸ ਦਾ ਕਹਿੰਦੇ ਹੋ, ਅਸੀਂ ਤੇ ਖਾਨਦਾਨੀ ਹੈ, ਤੇਰਾ ਪਹਿਲਾ ਨਾਂ ਰਮੇਸ਼ ਕੁਮਾਰ ਹੈ, ਤੂੰ ਦੱਸ ਵੀ ਤੂੰ ਕਿਹੜਾ ਸਿੱਖ ਬਣਿਆ, ਤੂੰ ਕੱਲ ਅਗਰ ਤੂੰ ਸਿੱਖ ਬਣ ਗਿਆ ਤੇ ਤੂੰ ਆਉਂਦੇ ਸਾਡੇ ਸਾਡੇ ਗ੍ਰੰਥਾਂ ਨੂੰ ਪੈ ਗਿਆ, ਤੂੰ ਸਾਡੇ ਧਰਮ ਸਥਾਨਾਂ ਨੂੰ ਪੈ ਗਿਆ, ਤੂੰ ਸਾਡੀ ਰਵਾਇਤਾਂ ਨੂੰ ਪੈ ਗਿਆ, ਭਲਾ ਸਿੱਖ ਤੇ ਬਣ ਜਾ। ਤੂੰ ਭਾਈ ਸਾਹਿਬ ਜੀ, ਇਹਨਾਂ ਦਾ ਕੰਮ ਅਸੀਂ ਸਰਕਾਰ ਵੱਲੋਂ ਛੱਡੇ ਹੋਏ ਨੇ, ਜਿਹੜੇ ਵੀ ਸਰਕਾਰੀ ਬੰਦੇ ਨੇ ਗੁਰਧਾਮਾਂ ਤੋਂ ਤੋੜਨਗੇ, ਗੁਰਸਥਾਨਾਂ ਤੋਂ ਤੋੜਨਗੇ, ਗੁਰੂ ਗ੍ਰੰਥਾਂ ਤੋਂ ਤੋੜਨਗੇ, ਪੰਥ ਤੋਂ ਤੋੜਨਗੇ, ਗੁਰੂ ਰਵਾਇਤਾਂ ਤੋਂ ਤੋੜਨਗੇ, ਜਿਹੜੇ ਗੁਰੂ ਕੇ ਸਿੱਖ ਹੋਣਗੇ ਜੋੜਨਗੇ, ਬਸ ਇੰਨਾ ਹੀ ਕੰਮ ਹੈ। ਅਗਲੀ ਇਹ ਗੱਲ ਕਰਦੇ ਆ ਭਾਈ ਸਾਹਿਬ ਜੀ, ਤੇ ਗੁਰੂ ਨਾਨਕ ਜੀ ਨੇ ਕਿਵੇਂ ਮੱਕਾ ਫੇਰਿਆ? ਹਾਂਜੀ ਹਾਂਜੀ, ਜਦ ਕਿ ਭਾਈ ਗੁਰਦਾਸ ਜੀ ਇਸ ਗੱਲ ਦਾ ਦਾਵਾ ਕਰਦੇ ਆ ਮੱਕਾ ਫਿਰਨ ਦਾ ਦੁੱਖ ਮੁਸਲਮਾਨਾਂ ਨੂੰ ਹੋਵੇ, ਇਹਨਾਂ ਨੂੰ ਕਾਹਤੋਂ ਹੋਵੇ? ਸਿੱਖ ਨੂੰ ਦੁੱਖ ਜੇ ਮੱਕਾ ਫਿਰਿਆ ਮੁਸਲਮਾਨ ਦਾ, ਸਿੱਖ ਕਿਉਂ ਦੁਖੀ ਹੈ? ਇਹ ਤੇ ਫਿਰ ਜਿਹੜੇ ਦੁਖੀ ਆ ਉਹ ਤੇ ਫਿਰ ਜਾਂ ਤੇ ਮੁਸਲਮਾਨਾਂ ਦੀਆਂ ਗਾਂ ਰੂਹਾਂ ਆਈਆਂ ਨੇ, ਜਾਂ ਬੱਚੇ ਮੁਸਲਮਾਨਾਂ ਦੇ ਜਿਹੜੇ ਦੁਖੀ ਨੇ। ਦੂਜਾ ਇਹਨਾਂ ਨੂੰ ਮੈਂ ਸਵਾਲ ਕਰਦਾ, ਜੇ ਮੱਕਾ ਨਹੀਂ ਫਿਰਿਆ ਤੇ ਐਡਾ ਇਸਲਾਮ ਕਿਵੇਂ ਫਿਰ ਗਿਆ? ਗੁਰੂ ਨਾਨਕ ਸਾਹਿਬ ਨੂੰ ਜਿਹੜੀ ਮਦੀਨੇ ਚ ਮਹਾਰਾਜ ਦੀ ਖੜਾਵਾਂ ਪਈਆਂ ਸੋਨੇ ਦੇ ਵਿੱਚ ਜੜੀਆਂ ਹੋਈਆਂ, ਉਹ ਕਿਉਂ ਨੇ? ਤੇ ਜਦੋਂ ਉੱਥੇ ਹੱਜ ਹੁੰਦੀ ਆ ਤੇ ਜਿਹਦਾ ਕਹਿੰਦੇ ਹੱਥ ਲੱਗਦਾ ਖੜਾ ਨੂੰ, ਉਹਦੇ ਤਕਦੀਰ ਬਦਲ ਜਾਂਦੀ ਆ, ਇਹ ਕਿਉਂ ਹੈ? ਗੁਰੂ ਜੇ ਕਹਿੰਦੇ ਗੁਰੂ ਸਾਹਿਬ ਨੇ ਚਰਚਾ ਕੀਤੀ ਤੇ ਤੁਸੀਂ ਅੱਜ ਚਰਚਾ ਕਰ ਲਓ ਮੁਸਲਮਾਨਾਂ ਨਾਲ, ਉਹਨਾਂ ਨੂੰ ਕਹੋ ਚਰਚਾ ਕਰੋ ਸਾਡੇ ਤੇ। ਮੁਸਲਮਾਨ ਤੇ ਚਰਚਾ ਕਰਨ ਨੂੰ ਤਿਆਰ ਨਹੀਂ, ਉਹ ਅੱਜ ਵੀ ਕਹਿੰਦੇ ਧਰਤੀ ਚੰਦਰਮਾ ਦੁਆਲੇ ਘੁੰਮਦੀ ਹੈ। ਉਹ ਦੇਖ, ਜੋ ਕੁਰਾਨ ਚ ਲਿਖਿਆ ਹੈ ਉਹ ਮੁਸਲਮਾਨ ਦੇ ਵਾਸਤੇ ਪੱਥਰ ਤੇ ਲਕੀਰ ਹੈ, ਉਹ ਉਤੋਂ ਟਲ ਨਹੀਂ ਸਕਦਾ। ਤੇ ਜਿਹੜਾ ਇਸਲਾਮ ਕਹਿੰਦਾ ਵੀ ਜਿਹੜਾ ਸੰਗੀਤ ਮਕਰੂਹ ਹੈ, ਹਰਾਮ ਹੈ, ਤੇ ਅੱਜ ਉਸ ਇਸਲਾਮ ਦੇ ਵਿੱਚ ਜਿਹੜੇ ਸੰਗੀਤਕਾਰ ਪੈਦਾ ਹੋ ਜਾਂਦੇ ਨੇ। ਜਿਹੜਾ ਮੁਸਲਮਾਨ ਸਵਾਏ ਹਜ਼ਰਤ ਮੁਹੰਮਦ ਸਾਹਿਬ ਦੇ ਕਿਸੇ ਨੂੰ ਮੰਨਦਾ ਨਹੀਂ ਹੈ, ਉਹ ਗੁਰੂ ਨਾਨਕ ਦੀ ਖੜਾਵਾਂ ਪੂਜਦਾ ਹੈ, ਇਹ ਕਿਉਂ ਹੋ ਗਿਆ? ਮੁਸਲਮਾਨ ਕਰਾਮਾਤ ਤੋਂ ਡਰਦਾ ਹੈ। ਬਸ ਇਹਨਾਂ ਦੀ ਗੱਲ ਇਹ ਹੈ ਵੀ ਇਹ ਵਿਚਾਰੇ ਆਪਣਾ ਬੈੱਡ ਨਹੀਂ ਘੁਮਾ ਸਕਦੇ, ਤਾਕਤ ਇੰਨੀ ਕੁ ਵਿਚਾਰਿਆਂ ਦੇ ਵਿੱਚ, ਤੇ ਗੁਰੂ ਨਾਨਕ ਨੇ ਮੱਕਾ ਕਿਵੇਂ ਘੁਮਾਤਾ? ਤਕਲੀਫ਼ ਇਹਨਾਂ ਨੂੰ ਆਪਣੀ ਕਮਜ਼ੋਰੀ ਤੋਂ ਹੈ, ਗੁਰੂ ਨਾਨਕ ਦੀ ਤਾਕਤ ਤੋਂ ਨਹੀਂ ਹੈ। ਜੀ ਜੀ ਬਿਲਕੁਲ ਭਾਈ ਸਾਹਿਬ ਜੀ, ਦੇਖੋ ਸਭ ਤੋਂ ਵੱਡੀ ਗੱਲ ਇਹ ਆ ਬਈ, ਬਹੁਤ ਸਾਰੇ ਇਤਿਹਾਸ ਤੇ ਵੀ ਇਹ ਟੀਕਾ ਟਿੱਪਣੀ ਕਰਦੇ ਆ, ਫੇਰ ਪੁੱਛਦੇ ਆ, ਫੇਰ ਐਲਾਨ ਵੀ ਕੀਤਾ ਇਹਨਾਂ ਨੇ ਗੁਰੂ ਟੀਵੀ ਤੇ ਸੁਮੇਲਾ ਆ ਕੇ, ਕੋਈ ਗੱਲ ਜਿਹੜਾ ਮਰਜ਼ੀ ਕਰੇ ਸਾਡੇ ਸਾਹਮਣੇ ਖੜ ਨਹੀਂ ਸਕਦਾ ਕੋਈ, ਫੇਰ ਏਦਾਂ ਦੀਆਂ ਗੱਲਾਂ ਕਰਕੇ, ਫੇਰ ਇਹਦੇ ਜਿਹੜੇ ਪੁੱਛਣ ਵਾਲੇ ਦੇ ਸੇਵਕ ਹੈ ਇਹਨਾਂ ਦੇ, ਉਹ ਕਹਿੰਦੇ ਜੀ ਤੁਸੀਂ ਬੜੀ ਸ਼ਾਂਤੀ ਵਾਲੇ, ਬੜਾ ਤੁਹਾਡਾ ਵਿਸ਼ਾਲ ਹਿਰਦਾ, ਸਾਨੂੰ ਤਾਂ ਕੋਈ ਮਤਲਬ ਨਾ ਬਹੁਤ, ਤੁਸੀਂ ਕੋਈ ਗਾਲਾਂ ਕੱਢੀ ਜਾਵੇ ਸਾਨੂੰ, ਕੋਈ ਬੁਰਾ ਭਲਾ ਕਹੇ, ਉਹ ਕਹਿੰਦਾ ਹਾਂਜੀ ਹਾਂਜੀ ਬਿਲਕੁਲ, ਅਸੀਂ ਤਾਂ ਆਪਣਾ ਕੰਮ ਕਰਨਾ ਕਰੀ ਜਾਣਾ। ਭਾਈ ਸਾਹਿਬ ਜੀ, ਉਹ ਗਲੋਬਲ ਦੇ ਇਹਨੇ ਗਲੋਬਲ ਦੇ ਜਿਹੜਾ ਚੈਲੰਜ ਕੀਤਾ ਸੀ ਨਾ, ਉਹ ਜਿਹੜੇ ਗਲੋਬਲ ਦੇ ਚੈਲੰਜ ਕੀਤਾ ਸੀ, ਉਹ ਚੈਲੰਜ ਸੁਣ ਕੇ ਤੇ ਅਸੀਂ ਆਏ ਹਾਂ ਵੀ ਤੂੰ ਚੈਲੰਜ ਕੀਤਾ, ਤੂੰ ਥਾਂ ਥਾਂ ਚੈਲੰਜ ਕਰਦਾ, ਤੇ ਅਸੀਂ ਮਹਾਰਾਜ ਆ ਗਏ, ਚਲੋ ਹੁਣ ਗੱਲ ਕਰੀਏ। ਤੇ ਜਿਹੜੀ ਰਹੀ ਗੱਲ ਸ਼ਾਂਤੀ ਦੀ, ਬਈ ਤੁਸੀਂ ਬੜਾ ਵਿਸ਼ਾਲ ਹਿਰਦਾ, ਤੇ ਜਦੋਂ ਭਗਤਾਂ ਦਾ ਜ਼ੋਰ ਚੱਲਿਆ ਤੇ ਪੰਡਿਤ ਸਾਰੇ ਲੋਕੇ ਸੀ, ਪੰਡਿਤ ਸਾਰੇ ਢਿੱਗ ਗਏ ਸੀਗੇ, ਰਵਿਦਾਸ ਮਹਾਰਾਜ ਨੂੰ ਡੰਡੌਤ ਕਰਤੀ ਸੀ ਪੰਡਿਤਾਂ ਨੇ, ਜਿਹੜੇ ਚਮਾਰ ਕਹਿੰਦੇ ਸੀ ਰਵਿਦਾਸ ਜੀ ਨੂੰ, ਉਹ ਮੱਥਾ ਟੇਕ ਕੇ ਆ ਕੇ, ਜਦ ਗੁਰੂ ਨਾਨਕ ਸਾਹਿਬ ਦਾ ਪਹਿਰਾ ਹੋਇਆ ਤੇ ਪੰਡਿਤ ਝੁੱਕ ਗਿਆ ਸੀ, ਪੰਡਿਤ ਲੁਕ ਗਿਆ ਸੀ। ਜਿਹੜਾ ਪੰਡਿਤ ਹੈ ਨਾ, ਜਦੋਂ ਗਿਆਨ ਕੀ ਆਂਧੀ ਆਉਂਦੀ ਹੈ ਤੇ ਪੰਡਿਤ ਬਹੁਤ ਛਾਤਰ ਲੁਕ ਜਾਂਦਾ ਹੈ। ਕੈਨੇਡਾ ਤੇ ਯੂ ਐਸ ਏ ਦੇ ਜਿਹੜੇ ਸਾਂਝੇ ਨੰਬਰ ਹੈ ਜੀ 888-602-4740, ਆਸਟ੍ਰੇਲੀਆ ਤੋਂ 61-4040-01-8684, ਤੇ ਇਹ ਸਾਡੇ ਰੇਡੀਓ ਦੇ ਸਟੂਡੀਓ ਨੰਬਰ ਨੇ, ਤੁਸੀਂ ਇੱਥੇ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ। ਤੇ ਜਿਹਨਾਂ ਨੇ ਰੇਡੀਓ ਸੁਣਨਾ ਯੂ ਐਸ ਏ ਤੋਂ 716-748-740 ਤੇ 647
ਤੇ 552-10-12 ਇਹ ਕੈਨੇਡਾ ਤੋਂ ਆ ਜੀ, ਯੂਕੇ ਤੋਂ 2-03-500-0-35 ਕਿਉਂਕਿ ਮੈਂ ਵੈਸੇ ਬਹੁਤ ਹੁਣ ਘੱਟ ਦੱਸਦਾ, ਰੇਡੀਓ ਇੰਨਾ ਪਾਪੂਲਰ ਹੋ ਗਿਆ ਇਹ ਤੇ ਤਕਰੀਬਨ ਸਾਡੇ ਸੁਣਨ ਵਾਲੇ ਜਿਹੜੇ ਸੁਣਦੇ ਆ ਤੇ ਬਹੁਤ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਜੀ। ਭਾਈ ਸਾਹਿਬ ਜੀ ਇੱਕ ਗੱਲ ਹੋਰ ਇਹਨਾਂ ਨੇ ਬੜੀ ਸਿੱਖ ਹਿਰਦਿਆਂ ਨੂੰ ਦੁਖੀ ਕਰਨ ਵਾਲੀ ਕੀਤੀ ਹੈ, ਉਹ ਵੀ ਵੀਡੀਓ ਆ ਜਿਹਦੇ ਵਿੱਚ ਕਹਿੰਦੇ ਆ ਕਿ ਤੰਬੂ ਵਾਲੇ ਕੌਸਰ ਦਾ ਸੱਚ। ਉਹਦੇ ਵਿੱਚ ਤਾਂ ਕੁਛ ਇਹਦੇ ਬੰਦੇ ਕਹਿੰਦੇ ਤੰਬੂ ਪੱਟ ਦਈਏ ਏਦਾਂ ਦਾ ਵੀ ਫਿਰ ਕਹਿੰਦੇ ਨੂੰ ਕੋਈ ਦੰਦੇ ਤੰਬੂ ਕਿਹੜਾ ਵਰਤੇ ਆ, ਇਹ ਤੰਬੂ ਜਿਹੜਾ ਹੈਗਾ ਉਹ ਭਾਈ ਸਾਹਿਬ ਜੀ ਇਹ ਦੇਖੋ ਨਾ ਹੁਣ ਆ ਗਏ ਨਾ ਅੰਮ੍ਰਿਤ ਜਦ ਦੇਖੋ ਮੈਂ ਬੇਨਤੀ ਕਰਾਂ ਕਿਉਂਕਿ ਬਾਹਰ ਸਿੰਘ ਉਡੀਕ ਰਹੇ ਨੇ ਅਸੀਂ ਵੀ ਨਿਕਲਣਾ। ਤੰਬੂ ਦਾ ਜਿਹੜਾ ਸੱਚ ਹੈ ਨਾ, ਜਦ ਗੁਰੂ ਕਲਗੀਧਰ ਨੇ ਸਿਰ ਸਾਹਿਬ ਕੱਢੀ ਵੀ ਇੱਕ ਸਿੱਖ ਦੇ ਸਿਰ ਦੀ ਲੋੜ ਹੈ, ਭਾਈ ਦਇਆ ਸਿੰਘ ਸਿਰ ਦੇਣ ਵਾਸਤੇ ਆਏ, ਜੇ ਅੰਦਰ ਗੁਰੂ ਨੇ ਬੰਨੇ ਹੁੰਦੇ ਬੱਕਰੇ ਤੇ ਭਾਈ ਦਇਆ ਸਿੰਘ ਦਾ ਮਨ ਨਾ ਡੋਲਦਾ ਵੀ ਮੈਂ ਤੇ ਤੈਨੂੰ ਗੁਰੂ ਸਮਝ ਕੇ ਸਿਰ ਦੇਣ ਆਇਆ ਤੇ ਤੂੰ ਅੱਗੇ ਬੱਕਰੇ ਬੰਨੀ ਫਿਰਦਾ ਵੀ ਇਹ ਬੱਕਰੇ ਵੱਢਾਂਗੇ, ਲੋਕਾਂ ਨੂੰ ਕਹੋਗੇ ਸਿਰ ਵੱਢਿਆ ਤੇ ਤੇਰੀ ਗੱਲ ਹੋ ਜਾਏਗੀ। ਭਾਈ ਹਿੰਮਤ ਸਿੰਘ ਦਾ ਮਨ ਨਾ ਡੋਲਿਆ, ਭਾਈ ਸਾਹਿਬ ਸਿੰਘ ਦਾ ਮਨ ਨਾ ਡੋਲਿਆ, ਜਿਹੜੇ ਗੁਰੂ ਦੇ ਆਸ਼ਾ ਕਰਕੇ ਸਿਰ ਦੇਣਾ ਦੇ ਮੂਹਰੇ। ਦੇਖੋ ਸਤਿਗੁਰੂ ਮੇਰਾ ਮਾਰ ਜੀ ਵੱਲ ਹੈ, ਮੇਰਾ ਸਤਿਗੁਰੂ ਬੜਾ ਸਮਰੱਥ ਹੈ, ਸਤਿਗੁਰੂ ਜੀ ਉਹਦੇ ਕੁਛ ਵੀ ਕਰ ਸਕਦਾ ਜੇ ਉਹ ਚਾਹੇ ਤੇ ਇੱਕ ਖਿੰਦ ਦੀ ਧਰਤੀ ਨੂੰ ਰਾਖ ਕਰ ਦੇਵੇ, ਉਹ ਐਡਾ ਬਲਵਾਨ ਹੈ। ਇਹ ਲੋਕ ਕਿਹੜੇ ਨੇ, ਇਹ ਲੋਕ ਉਹ ਨੇ ਜਦੋਂ ਨਾ ਗੁਰੂ ਸਾਹਿਬ ਦੇ ਭੰਗਾਣੀ ਦਾ ਯੁੱਧ ਹੋਇਆ ਤੇ ਮਹਾਰਾਜ ਜੀ ਨੇ ਪਿੱਛੋਂ ਵੱਡੇ ਸਾਹਿਬਜ਼ਾਦੇ ਦੇ ਆਗਮਨ ਦਾ ਸੁਨੇਹਾ ਆਇਆ ਤੇ ਸਤਿਗੁਰ ਸੱਚੇ ਪਾਤਸ਼ਾਹ ਪਛਾਣ ਮੁੜੇ ਸਿੰਘਾਂ ਨੂੰ ਕਹਿਤਾ ਵੀ ਸਿੰਘੋ ਇਹ ਜਿਹੜੀਆਂ ਲਾਸ਼ਾਂ ਪਈਆਂ ਨੇ ਇਹਨਾਂ ਦੇ ਧਰਮ ਦੇ ਹਿਸਾਬ ਨਾਲ ਸਾਰੀਆਂ ਸੋਧ ਕੇ ਆਇਓ। ਤੇ ਮਹਾਰਾਜ ਦੇ ਪਹੁੰਚੇ ਤੇ ਮਗਰੇ ਫੌਜਾਂ ਆ ਗਈਆਂ, ਮਹਾਰਾਜ ਕਹਿੰਦੇ ਉਹ ਸਰੀਰਾਂ ਦਾ ਕੀ ਕੀਤਾ, ਕਹਿੰਦੇ ਮਹਾਰਾਜ ਸੰਸਕਾਰ ਕਰਤਾ, ਕਹਿੰਦੇ ਮੁਸਲਮਾਨ, ਕਹਿੰਦੇ ਉਹ ਵੀ ਸਾੜਤੇ। ਸਤਿਗੁਰੂ ਕਹਿੰਦੇ ਉਹ ਇਹ ਨਹੀਂ ਕਰਨਾ, ਕਹਿੰਦੇ ਇਹ ਤੁਹਾਡੇ ਘਰੇ ਹੀ ਆਉਣਗੇ ਸਾਰੇ, ਇਹ ਉਹ ਮੁਸਲਮਾਨ ਨੇ ਜਿਹੜੇ ਗੁਰੂ ਸਾਹਿਬ ਨਾਲ ਲੜਦੇ ਰਹੇ ਅੱਜ ਸਾਡੇ ਨਾਲ ਲੜਦੇ ਪਏ ਨੇ। ਹਾਂਜੀ ਮੈਂ ਰਵਿੰਦਰ ਸਿੰਘ ਬੋਲਦਾ ਜੀ, ਮੈਂ ਪੁੱਛਣਾ ਸੀ, ਮੈਂ ਕਿਹਾ ਜਿਤਨਾ ਆਪਾਂ ਇਹ ਕਹਿੰਦੇ ਸਰਕਾਰੀ ਬੰਦੇ ਆ, ਉਧਰ ਜਿਹੜਾ ਇੱਕ ਧੁੰਮਾ ਏ ਤੇ ਇੱਕ ਸੁਰਿੰਦਰ ਸਿੰਘ ਠੇਕਰੀਵਾਲ ਆ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ? ਉਹ ਵੀ ਮਾਨ ਬਾਰੇ ਬਹੁਤ ਖਿਲਾਫ਼ ਬੋਲਦਾ ਰਿਹਾ, ਮੈਂ ਹੀ ਪੁੱਛਣਾ ਸੀ ਜੀ। ਧੰਨਵਾਦ, ਤੁਹਾਡਾ ਸਵਾਲ ਦਾ ਜਵਾਬ ਮਿਲ ਜਾਂਦਾ, ਵੇਟ ਕਰੋ ਜਰਾ ਤੇ ਫੋਨ ਤੁਸੀਂ ਭਾਵੇਂ ਕੱਟ ਦਿਓ ਕਿਉਂਕਿ ਜਿਹੜੀ ਸਕਰੀਨ ਹੈ ਬਹੁਤ ਫੁੱਲ ਹੋਈ ਪਈ ਆ। ਤੇ ਅਗਲਾ ਨੰਬਰ ਹੈ ਜੀ ਸਾਡਾ 9898। ਵੀਰ ਜੀ ਸਵਾਗਤ ਆਪ ਜੀ ਦਾ ਰੇਡੀਓ ਵਾਸਤਵ ਖਾਲਸਾ ਤੇ, ਕੌਣ ਕਿੱਥੋਂ ਬੋਲਦੇ, ਕੀ ਕਹਿਣਾ ਚਾਹ ਰਹੇ ਹੋ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਦੋਨਾਂ ਵੀਰਾਂ ਨੂੰ ਹਰਮੇਲ ਸਿੰਘ ਬੋਲਦਾ, ਕਿਵੇਂ ਸੋਨੀਆ ਤੋਂ ਜੀ? ਭਾਈ ਸਾਹਿਬ ਜੀ ਸਵਾਗਤ ਆਪ ਜੀ ਦਾ, ਕੀ ਕਹਿਣਾ ਚਾਹ ਰਹੇ? ਬਾਬਾ ਜੀ ਬਹੁਤ ਵਧੀਆ ਵਿਸ਼ੇ ਦੀ ਗੱਲ ਹੋ ਰਹੀ ਆ ਜੀ, ਇਹ ਜਿਹੜੇ ਮੱਕੇ ਨੂੰ ਘੁਮਾਉਣ ਦੀਆਂ ਗੱਲਾਂ ਵਾਲੀ ਕਰਦੇ ਆ ਗੱਲਾਂ, ਇਹ ਤਾਂ ਕੱਲ ਨੂੰ ਸਕੇਮ ਕੇ ਗੁਰੂ ਨਾਨਕ ਦੇਵ ਜੀ ਨੇ ਦੂਜਾ ਭਾਰਤੀ ਰੋਕਿਆ ਸਪਿੰਡਾਂ ਲਾ ਕੇ, ਉਸ ਤੋਂ ਬਾਅਦ ਫਿਰ ਵਾਰੀ ਆ ਜਾਊਗੀ ਸਿੰਘਾਂ ਦੀ, ਕੋਈ ਸਾਕ ਸਿੱਖੇਰੀ ਚੱਲਿਆ ਕੁਛ ਨੀ ਹੋਇਆ, ਇਹ ਤਾਂ ਇੱਥੋਂ ਤੱਕ ਆ ਜਾਣਗੇ ਹੌਲੀ 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 ਇਹ ਸਾਰਾ ਕੁਛ। ਜਿਹੜੇ ਬੱਕਰਿਆਂ ਦੀ ਗੱਲ ਕਰਦੇ ਆ, ਉਹ ਬੱਕਰੇ ਕਿਹਦੇ ਕੋਲੋਂ ਲਿਆਂਦੇ, ਕਿੰਨੇ ਦੇ ਲਿਆਂਦੇ, ਤੇ ਉਹ ਬਾਅਦ ਦੇ ਵਿੱਚ ਮੀਟ ਕਿੱਥੇ ਗਿਆ, ਕਿਹਦੇ ਖਾਂਦਾ? ਜਿਹੜੇ ਬੱਕਰੇ ਵੱਡੀਆਂ ਗੱਲਾਂ ਕਰਦੇ ਆ, ਕੋਈ ਹੋਊਗਾ ਕਿਸੇ ਨਾ ਕਿਸੇ ਤੋਂ ਤਾਂ ਲੈ ਕੇ ਆਉਂਦੇ ਹੋਣਗੇ ਉਹ। ਭਾਈ ਸਾਹਿਬ ਜੀ ਮੈਂ ਗੁਸਤਾਖੀ ਮਾਫ ਬਾਹਰ ਨਾ, ਸਿੰਘ ਬਹੁਤ ਉਡੀਕਦੇ ਪਏ ਨੇ, ਹਾਂਜੀ ਭਾਈ ਸਾਹਿਬ ਜੀ ਬਾਹਰ ਨਾ ਸਿੰਘ ਕਾਫੀ ਉਡੀਕਦੇ ਪਏ, ਆਪਾਂ ਨੂੰ ਬੈਠੇ ਬੜੇ ਚੱਲ ਗਏ, ਹਨਾ ਬਾਹਰੋਂ ਸੰਗਤ ਬਾਹਰੋਂ ਆਈ ਹੈ ਤੇ ਹੁਣ ਸਾਨੂੰ ਆਗਿਆ ਬਖਸ਼ੋ, ਬਾਹਰੋਂ ਸਿੰਘ ਤੁਹਾਨੂੰ ਮਿਲਣ ਵਾਸਤੇ ਆਏ ਹੋ, ਬਸ ਆਪਣਾ ਇਹਦਾ ਜਿਹੜਾ ਸਿੰਘ ਹੈਗਾ ਹਾਂਜੀ ਮੈਂ ਉਹ ਤੁਹਾਨੂੰ ਦੱਸਾਂ, ਇਹ ਕਹਿੰਦੇ ਜੀ ਬਾਬਾ ਹਰਨਾਮ ਸਿੰਘ ਧੁੰਮੇ ਜੀ ਜਿਹੜੇ ਸਰਕਾਰੀ ਨੇ, ਬਾਬਾ ਹਰਨਾਮ ਸਿੰਘ ਧੁੰਮਾ ਉਹ ਸ਼ਖਸ ਹੈ ਜਿਹਨੇ ਸ਼ਹੀਦਾਂ ਦੀ ਯਾਦਗਾਰ ਬਣਵਾਈ 84 ਦੀ, ਕਿਉਂਕਿ ਅਟੈਕ ਤੇ 53 ਜੀ ਦਰਬਾਰ ਸਾਹਿਬ ਚ ਹੋਇਆ ਪਰ ਸਾਡੇ ਕੋਲ ਉਹਦੀ ਯਾਦ ਨਹੀਂ ਹੈ, ਅੱਜ ਹਿੰਦੁਸਤਾਨ ਦੀ ਹਿੱਕ ਤੇ ਦੀਵਾ ਬਾਲਿਆ ਹੈ। ਬਾਬਾ ਹਰਨਾਮ ਸਿੰਘ ਧੁੰਮਾ ਉਹ ਮਹਾਂਪੁਰਖ ਹੈ ਜਿਹਨੇ ਪਾਠ ਬੋਧ ਸਮਾਗਮ ਸ਼ੁਰੂ ਕਰਾਏ, ਬਾਬਾ ਹਰਨਾਮ ਸਿੰਘ ਧੁੰਮਾ ਉਹ ਹੈ ਜਿਹਨੇ ਮਿਸ਼ਰੀਆਂ ਦੇ ਗਲਾਂ 'ਚ ਰੱਸੇ ਪਾਏ ਤੇ ਦਿੱਲੀ ਕਮੇਟੀ ਆਪਣੇ ਕਬਜ਼ੇ 'ਚ ਕੀਤੀ, ਨਹੀਂ ਤਾਂ ਸਰਨੇ ਵੇਲੇ ਇਹ ਕਿੰਨੀ ਬਕਵਾਸ ਕਰਦੇ ਸੀ ਉੱਥੋਂ, ਬਾਬਾ ਜੀ ਇਹਨਾਂ ਨੇ ਜੋ ਉੱਥੋਂ ਕੂੜ ਕਬਾੜ ਬੋਲਿਆ ਬੰਗਲਾ ਸਾਹਿਬ ਤੋਂ, ਮੇਰੇ ਸਹੁਰੇ ਦਿੱਲੀ ਨੇ ਤੇ ਦਿੱਲੀ ਸੰਗਤਾਂ ਕਹਿੰਦੀ ਬਾਬਾ ਜੀ ਅਸੀਂ ਟੀਵੀ ਚੈਨਲ ਚੇਂਜ ਕਰ ਲੈਂਦੇ ਸੀਗੇ, ਸਾਡਾ ਤਾਂ ਦਿਨ ਹੀ ਮਾੜਾ ਚੜ੍ਹਦਾ ਹੁੰਦਾ ਜਦੋਂ ਇਹ ਆਉਂਦੇ ਹੁੰਦੇ ਸੀਗੇ, ਤੇ ਅਸੀਂ ਸੰਤ ਮਸਕੀਨ ਸਾਹਿਬ ਲਾ ਛੱਡਦੇ ਹੁੰਦੇ ਸੀਗੇ, ਤੇ ਉਹਨਾਂ ਸੁੱਖ ਦਾ ਸਾਹ ਲਿਆ ਬਾਬਾ ਜੀ ਦੇ ਆਉਣ ਦੇ ਨਾਲ। ਬਾਬਾ ਹਰਨਾਮ ਸਿੰਘ ਧੁੰਮ ਨੇ ਜੋ ਕਹਿ ਕੇ ਪ੍ਰੇਰ ਕੇ ਬਾਲ ਨੂੰ ਜਿਹੜਾ ਗਲਿਆਰਾ ਬਣਵਾਇਆ ਹੈ, ਇਤਿਹਾਸ ਦਸਾਨਾ ਜਿਹੜੀ ਸੇਵਾ ਕਰਵਾਈ ਹੈ ਇਹਦੇ ਬਾਬੇ ਹਰਨਾਮ ਸਿੰਘ ਨੇ ਕੀਤੀ ਹੈ, ਇਹ ਦੱਸਣ ਵੀ ਇਹਨਾਂ ਨੇ ਕੀ ਕੀਤਾ ਇਸਰੋ ਆਏ ਆਪਣੇ ਡੇਰੇ ਬਣਾਉਣ ਤੋਂ।
ਜਾਂ ਬਸੋਲੇ ਚ ਵਾਜੇ ਚੁੱਕੇ ਤੁਰੇ ਫਿਰਦੇ ਨੇ ਬਾਬਾ ਜੀ ਸਾਨੂੰ ਨਾ ਆਗਿਆ ਬਖਸ਼ੋ ਬਾਹਰ ਸਿੰਘ ਬੜੇ ਬੈਠੇ ਨੇ ਅਸੀਂ ਨਿਕਲ ਲੈਣਾ ਤੁਸੀਂ ਬੈਠੋ ਦੱਸ ਆਉਂਦੇ ਬੋਲੋ ਭਾਈਆ ਬਾਬਾ ਜੀ ਉਹਨੇ ਕਹਿਣਾ ਵੀ ਸਿੰਘ ਆ ਗਏ ਹੁਣ ਭੱਜਣਾ ਹੈ ਸਾਡੀ ਗੱਲ ਦਾ ਜਵਾਬ ਨੀ ਦੇਣਾ ਏਦਾਂ ਹੀ ਕਰਦੇ ਹੁੰਦੇ ਨੇ ਜਦੋਂ ਹਰਨੇਕ ਸਿੰਘ ਦੌੜਾਇਆ ਨਾ ਨਿਊਜ਼ੀਲੈਂਡ ਅਸੀਂ ਜਦੋਂ ਹਰਨੇਕ ਸਿੰਘ ਦੌੜਾਇਆ ਨਾ ਅਸੀਂ ਤੇ ਉਧਰੋਂ ਸਾਡੀ ਫਲਾਈਟ ਉਧਰ ਕਾਲ ਕਰਦੀ ਰੇਡੀਓ ਸਟੇਸ਼ਨ ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਮੈਂ ਕਿਹਾ ਮਹਾਰਾਜ ਮੇਰੀ ਫਲਾਈਟ ਆਈ ਆ ਤੇ ਮੈਨੂੰ ਫੋਨ ਬਾਏ ਕਰ ਦੋ ਮੈਂ ਜਹਾਜ਼ ਬਿਠਾ ਤੁਹਾਡੇ ਨਾਲ ਗੱਲਾਂ ਮਾਰੀ ਜਾਵਾਂਗਾ ਤੇ ਤੁਸੀਂ ਮੇਰੇ ਨਾਲ ਗੱਲ ਕਰ ਲਓ ਜਾਂ ਮੈਨੂੰ ਘਰ ਜਾਣ ਦਿਓ ਹੁਣ ਤੁਹਾਡੇ ਫੋਨ ਚੱਕਰ ਮੈਂ ਆਪਣੀ ਫਲਾਈਟ ਨੀ ਮਿਸ ਕਰ ਸਕਦਾ ਗੁਰਬਾਣੀ ਵਿਚੋਂ ਹੋਏ ਇਕੱਤਰ ਮੇਲੋ ਭਾਈ ਦੁਰਦਾ ਦੂਰ ਪਰ ਲਾਏ ਹਰਨਾਮੇ ਕੀ ਹੋਵੋ ਜੋੜੀ ਗੁਰਮੁਖ ਵਿੱਚ ਸਭ ਉਚਾਈ ਹਾਂਜੀ ਹਾਂਜੀ ਹੁਣ ਇੱਕ ਸਮਾਂ ਆਪਾਂ ਨੂੰ ਸਮਾਂ ਇਹ ਸਮਰਨਾ ਚਾਹੀਦਾ ਗੁਰਸਿੱਖਾਂ ਨਾਲ ਆਪਦੇ ਵਿੱਚ ਲੜਨਾ ਕਿਉਂ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦੇ ਅਸੀਂ ਗੁਰੂ ਮੰਨਦੇ ਹਾਂ ਹਜੇ ਤਾਂ ਕੁਛ ਵੀ ਨੀ ਹੈ ਇਹ ਕੱਲ ਨੂੰ ਪੁੱਛਣਗੇ ਸਾਨੂੰ ਤੁਸੀਂ ਦਸਾਂ ਗੁਰੂਆਂ ਦੀ ਜੋਤ ਮੰਨਦੇ ਹੋ ਇਹਦੇ ਵਿੱਚ ਤਾਂ ਛੇਆਂ ਗੁਰੂਆਂ ਦੀ ਬਾਣੀ ਹੈ ਬਾਬਾ ਜੀ ਪੁੱਛਣਗੇ ਨੀ ਇਹ ਪੁੱਛਦੇ ਪਏ ਨੇ ਹਾਂਜੀ ਹਾਂਜੀ ਇਹ ਪੁੱਛਦੇ ਪਏ ਨੇ ਇਹ ਤੇ ਇੱਥੋਂ ਤੱਕ ਇਹਨਾਂ ਨੇ ਬਿਆਨ ਲਾਇਆ ਇਹਨਾਂ ਦਾ ਜਿਹੜਾ ਪ੍ਰੋਫੈਸਰ ਹੈ ਇਹ ਤਾਂ ਬਹੁਤ ਨਜ਼ਦੀਕੀ ਯਾਰ ਹੈ ਇਹਨੂੰ ਸਰੂਪਾ ਪਾ ਕੇ ਆਉਂਦਾ ਇਹ ਜਿਹੜਾ ਕੀ ਨਾਂ ਇਹਦਾ ਪੰਥਪ੍ਰੀਤ ਸਰੂਪਾ ਪਾ ਕੇ ਆਉਂਦਾ ਉਹਨੂੰ ਪ੍ਰੋਫੈਸਰ ਨੂੰ ਉਹ ਕਹਿੰਦਾ ਕਿ ਇਹ ਭਗਤਾਂ ਦੀ ਬਾਣੀ ਕੱਢੋ ਧੰਨ ਧੰਨ ਉਹ ਰਾਮ ਬੇਨ ਬਾਜੇ ਹਿੰਦੂਆਂ ਦੀ ਬਾਣੀ ਕੱਢੋ ਕਹਿੰਦਾ ਵਿੱਚੋਂ ਇਹਦੇ ਬੜੀ ਅਗਾਂਹ ਚਲੇ ਗਏ ਨੇ ਜੀ ਤੇ ਪਾਸੇ ਸਾਨੂੰ ਸਾਨੂੰ ਹੁਣ ਛੁੱਟੇ ਬਖਸ਼ੋ ਬਾਹਰ ਸੰਗਤ ਵੇਟ ਕਰ ਰਹੀ 5-6 ਵਾਰੀ ਬੂਹਾ ਖੜਕਾ ਚੁੱਕੇ ਨੇ ਆਪਣਾ ਵਾਹਿਗੁਰੂ ਜੀ ਬਾਬਾ ਜੀ ਬਹੁਤ ਕੁਛ ਉਹ ਪਤਾ ਕੀ ਇਹਨਾਂ ਨੂੰ ਤਕਲੀਫ ਇਸ ਗੱਲ ਦੀ ਵੀ ਗੁਰੂ ਸਾਹਿਬ ਨੇ ਸਾਨੂੰ ਲਾਗੇ ਭਾਗੇ ਪੁੱਛ ਕੇ ਕਿਉਂ ਨੀ ਸ਼ੁੱਧ ਪਾਈ ਘੱਗਾ ਜੀ ਆਹ ਸ਼ੁੱਧ ਪਾ ਲਈਏ ਵੀ ਪੰਥਪ੍ਰੀਤ ਸਿੰਘ ਜੀ ਆਹ ਸ਼ੁੱਧ ਪਾ ਲਈਏ ਇਹਨਾਂ ਨੂੰ ਤਕਲੀਫ ਤੇ ਚਲੀ ਇਸ ਗੱਲ ਦੀ ਹੈ ਚਲੋ ਬਾਬਾ ਜੀ ਆ ਗਿਆ ਬਖਸ਼ ਪਤਾ ਜੀ ਸਿੰਘ ਸਾਰੇ ਬਾਰ ਬਾਰ ਆ ਰਹੇ ਨੇ ਅੰਦਰ ਨੂੰ ਹਾਂਜੀ ਕਿਰਪਾ ਮਾਰੇ ਬਹੁਤ ਧੰਨਵਾਦ ਚੜ੍ਹਦੀ ਕਲਾ ਹਾਂਜੀ ਹਾਂਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।